ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਇਸ ਸਮਾਜ ਵਿੱਚ ਆਏ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਧਿਆਨ ਨਾਲ, ਬੜੀ ਇਕਾਗਰਤਾ ਨਾਲ, ਬੜੀ ਗੰਭੀਰਤਾ ਦੇ ਨਾਲ ਸਤਿਗੁਰੂ ਨੇ ਇਸ ਸਮਾਜ ਨੂੰ ਦੇਖਣ ਦਾ ਉਪਰਾਲਾ ਕੀਤਾ। ਸਤਿਗੁਰੂ ਜਿਵੇਂ ਜਿਵੇਂ ਇਸ ਸਮਾਜ ਨੂੰ ਘਰ ਤੋਂ ਲੈ ਕੇ ਆਪਣੇ ਪਿੰਡ ਤੱਕ, ਫਿਰ ਧਰਮ ਅਸਥਾਨ ਤੋਂ ਲੈ ਕੇ ਪੁਜਾਰੀ ਤੱਕ, ਛੋਟੇ ਅਹਿਲਕਾਰਾਂ ਤੋਂ ਲੈ ਕੇ ਅੱਗੇ ਰਾਜਿਆਂ ਮਹਾਰਾਜਿਆਂ ਤੱਕ, ਚੌਧਰੀਆਂ ਤੱਕ, ਸਤਿਗੁਰੂ ਨੇ ਹਰ ਦ੍ਰਿਸ਼ਟੀਕੋਣ ਤੋਂ ਇਸ ਸਮਾਜ ਨੂੰ ਬੜਾ ਨੇੜਿਓਂ ਹੋ ਕੇ, ਬੜਾ ਸਤਿਗੁਰੂ ਨੇ ਮਤਲਬ ਨੇੜੇ ਜਾ ਜਾ ਕੇ ਐਨ ਬਰੀਕੀਆਂ ਨੂੰ ਸਾਹਮਣੇ ਰੱਖ ਕੇ ਸਮਝਣ ਦਾ ਯਤਨ ਕੀਤਾ। ਆਪ ਜੀ ਨੇ ਇਤਿਹਾਸ ਪੜ੍ਹਦਿਆਂ, ਇਤਿਹਾਸ ਸੁਣਦਿਆਂ ਇਹਨਾਂ ਗੱਲਾਂ ਵੱਲ ਕਦੀ ਧਿਆਨ ਦਿੱਤਾ ਹੋਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਕਾਜ਼ੀਆਂ ਦੇ ਕੋਲ, ਬ੍ਰਾਹਮਣਾਂ ਦੇ ਕੋਲ, ਯੋਗੀਆਂ ਦੇ ਕੋਲ ਔਰ ਤਮਾਮ ਹੋਰ ਜਿਹੜੇ ਫਿਰਕੇ ਸਨ ਉਹਨਾਂ ਮੁਖੀਆਂ ਦੇ ਕੋਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਸਮੇਂ ਸਮੇਂ 'ਤੇ ਪਹੁੰਚ ਕੀਤੀ। ਰਾਜਿਆਂ ਦੇ ਨਾਲ, ਚੌਧਰੀਆਂ ਦੇ ਨਾਲ ਜਿਹੜੇ ਇਸ ਸਮਾਜ ਦਾ ਰਾਜ ਪ੍ਰਬੰਧ ਸੰਭਾਲ ਰਹੇ ਸਨ, ਚਲਾ ਰਹੇ ਸਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤੱਕ ਵੀ ਪਹੁੰਚ ਕੀਤੀ। ਉਹਨਾਂ ਵਿੱਚੋਂ ਵਿਦੇਸ਼ ਵਿੱਚੋਂ ਹਮਲਾਵਰ ਬਣ ਕੇ ਆਇਆ ਬਾਬਰ ਵੀ ਇੱਕ ਹੈ, ਉਹਨਾਂ ਵਿੱਚੋਂ ਮਲਕ ਭਾਗੋ ਵੀ ਹੈ, ਉਹਨਾਂ ਵਿੱਚੋਂ ਰਾਏ ਬੁਲਾਰ ਵੀ ਹੈ, ਉਹਨਾਂ ਵਿੱਚੋਂ ਦੌਲਤ ਖਾਨ ਵੀ ਹੈ। ਗੁਰੂ ਨਾਨਕ ਸਾਹਿਬ ਨੇ ਰਾਜਨੀਤਿਕ ਲੋਕਾਂ ਤੱਕ ਵੀ ਪਹੁੰਚ ਕੀਤੀ। ਗੁਰੂ ਨਾਨਕ ਸਾਹਿਬ ਦੀ ਸਮਾਜਿਕ ਲੋਕਾਂ ਦੇ ਨਾਲ ਵੀ ਥਾਂ ਪੁਰ ਥਾਂ, ਹਰ ਪਿੰਡ ਸ਼ਹਿਰ ਵਿੱਚ ਜਿੱਥੇ ਵੀ ਸਤਿਗੁਰੂ ਨਿਵਾਸ ਰੱਖਦੇ ਉੱਥੇ ਉਹਨਾਂ ਦੇ ਨਾਲ ਗੱਲਬਾਤ, ਵਿਚਾਰ ਚਰਚਾ ਹੁੰਦੀ ਰਹੀ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਹ ਸਾਰੀਆਂ ਵਿਚਾਰ ਗੋਸ਼ਟੀਆਂ ਦੇ ਵਿੱਚੋਂ, ਜਿੰਨੀਆਂ ਵੀ ਇਹ ਵਿਚਾਰ ਗੋਸ਼ਟੀਆਂ ਸੀ, ਇਹਨਾਂ ਸਾਰੀਆਂ ਵਿਚਾਰ ਗੋਸ਼ਟੀਆਂ ਦੇ ਵਿੱਚੋਂ ਭਾਵੇਂ ਉਹ ਰਾਜਨੀਤਿਕ ਸਨ, ਧਾਰਮਿਕ ਸਨ, ਸਮਾਜਿਕ ਸਨ, ਇਹਨਾਂ ਸਾਰੀਆਂ ਗੋਸ਼ਟੀਆਂ ਦੇ ਵਿੱਚੋਂ ਮੁੱਖ ਤੱਤ ਇੱਕ ਜਿਹੜਾ ਸਾਡੇ ਸਾਹਮਣੇ ਲਿਆਂਦਾ ਕਿ ਇਹ ਸਮਾਜ ਲਗਾਤਾਰ ਡੁੱਬਦਾ ਹੀ ਜਾ ਰਿਹਾ ਹੈ, ਗਰਕਦਾ ਹੀ ਜਾ ਰਿਹਾ ਹੈ। ਸਮਾਜ ਦੀਆਂ ਕਦਰਾਂ ਕੀਮਤਾਂ ਹਰੇਕ ਪੱਖ ਤੋਂ ਰੁਲਦੀਆਂ ਹੀ ਨਜ਼ਰ ਆ ਰਹੀਆਂ ਨੇ, ਘਟਿਓਂ ਕੌਡੀ ਹੋ ਰਹੀਆਂ ਨੇ। ਸਤਿਗੁਰੂ ਨੇ ਸਿੱਟਾ ਇਹ ਕੱਢਿਆ ਕਿ ਇਹਦਾ ਜ਼ਿੰਮੇਵਾਰ ਕੌਣ ਹੈ, ਇਹਦਾ ਜ਼ਿੰਮੇਵਾਰ ਕੌਣ ਹੈ। ਸਮਾਜ ਦੇ ਲੋਕ ਜਿੱਦਾਂ ਦਾ ਉਹਨਾਂ ਨੂੰ ਸਾਹਮਣੇ ਰਾਜਨੀਤੀ ਦਾ ਪ੍ਰਬੰਧ ਮਿਲਦਾ ਉੱਦਾਂ ਦਾ ਉਹ ਲੈ ਕੇ ਉਹਦੇ ਵਿੱਚ ਚੱਲ ਰਹੇ ਨੇ, ਜਿੱਦਾਂ ਦਾ ਉਹਨਾਂ ਨੂੰ ਧਰਮ ਪੜ੍ਹਾਇਆ ਸਿਖਾਇਆ ਜਾ ਰਿਹਾ ਉੱਦਾਂ ਦਾ ਉਹ ਲੈ ਕੇ ਤੁਰ ਰਹੇ ਨੇ। ਇੱਦਾਂ ਦਾ ਹੀ ਰਾਜਨੀਤੀ ਦਾ ਮਸਲਾ ਹੈ, ਰਾਜਨੀਤੀ ਵੀ ਇੱਦਾਂ ਹੀ ਕਹਿੰਦੀ ਹੈ ਵੀ ਅਸੀਂ ਕੀ ਕਰ ਸਕਦੇ ਹਾਂ ਜੀ, ਜਿੱਦਾਂ ਦਾ ਸਮਾਜ ਦੇ ਲੋਕ ਚਾਹੁੰਦੇ ਆ ਉਨਾ ਕੁ ਅਸੀਂ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜੇ ਅਸੀਂ ਛੇੜਛਾੜ ਕਰਦੇ ਹਾਂ ਤਾਂ ਸਮਾਜ ਵਿੱਚੋਂ ਵਿਰੋਧ ਹੁੰਦਾ, ਕੀ ਕਰੀਏ ਜੀ। ਰਾਜਨੀਤੀ ਆਪਣੇ ਥਾਂ 'ਤੇ ਬਚਾਅ ਕਰਕੇ ਉੱਤਰ ਦਿੰਦੀ ਹੈ। ਧਾਰਮਿਕ ਲੋਕ ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ, ਧਾਰਮਿਕ ਲੋਕਾਂ ਨੇ ਜਿਵੇਂ ਪੰਡਤਾਂ ਨੇ ਖਾਸ ਕਰਕੇ ਕਿਹਾ ਕਿ ਗੁਰੂ ਨਾਨਕ ਸਾਹਿਬ ਇਸ ਵਿਗਾੜ ਦਾ ਕੋਈ ਹੱਲ ਨਹੀਂ, ਇਸ ਵਿਗਾੜ ਨੂੰ ਆਪਾਂ ਠੀਕ ਨਹੀਂ ਕਰ ਸਕਦੇ, ਇਸ ਵਿਗਾੜ ਦਾ ਕੋਈ ਜ਼ਿੰਮੇਵਾਰ ਨਹੀਂ, ਇਹ ਸਾਰਾ ਹੀ ਕਲਯੁੱਗ ਦਾ ਵਰਤਾਰਾ ਹੈ, ਕਲਯੁੱਗ ਨੇ ਇਹ ਸਾਰਾ ਪੁਆੜਾ ਖੜਾ ਕੀਤਾ, ਕਲਯੁੱਗ ਨੇ ਹੀ ਇਹ ਸਾਰੀ ਖੇਡ ਪੁੱਠੀ ਕੀਤੀ ਹੈ। ਪੰਡਤਾਂ ਨੇ ਇੰਨਾ ਕਹਿ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਟਾਲਣ ਦਾ ਯਤਨ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸਮਾਜ ਦੇ ਲੋਕਾਂ ਕੋਲ ਬੈਠੇ, ਸਤਿਗੁਰੂ ਨੇ ਬੜੇ ਖਰੇ ਸ਼ਬਦਾਂ ਦੇ ਵਿੱਚ ਇਹ ਬਾਤ ਸਮਝਾਈ, ਦੁਨੀਆ ਦੇ ਲੋਕੋ ਇਸ ਭੁਲੇਖੇ ਵਿੱਚ ਨਾ ਰਿਹੋ, ਇਹ ਤੁਹਾਡਾ ਵਹਿਮ ਹੈ, ਇਹ ਤੁਹਾਡਾ ਭੁਲੇਖਾ ਹੈ ਕਿ ਇਹ ਸਾਰੀ ਲੁੱਟ ਕੁੱਟ ਤੁਹਾਡੀ ਕਿਸਮਤ ਵਿੱਚ ਲਿਖੀ ਹੈ, ਨਹੀਂ ਤੁਹਾਡੀ ਕਿਸਮਤ ਵਿੱਚ ਲਿਖੀ, ਆ ਰਾਜਨੀਤਿਕ ਅਤੇ ਧਾਰਮਿਕ ਦੋਵੇਂ ਸ਼੍ਰੇਣੀਆਂ ਜਿਹੜੀਆਂ ਇਹ ਤੁਹਾਨੂੰ ਬਰਬਾਦ ਕਰ ਰਹੀਆਂ, ਉਹ ਮਿਲ ਕੇ ਕਰ ਰਹੀਆਂ ਨੇ।
ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਮਾਜ ਦੇ ਲੋਕਾਂ ਦੇ ਖਾਨੇ ਇਹ ਗੱਲ ਪਾਈ। ਗੁਰੂ ਨਾਨਕ ਸਾਹਿਬ ਰਾਜਨੀਤਿਕਾਂ ਨਾਲ ਸਾਹਮਣੇ ਹੋਏ ਅਤੇ ਸਤਿਗੁਰੂ ਨੇ ਲਲਕਾਰ ਕੇ ਆਖਿਆ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧਾਰਮਿਕ ਲੋਕਾਂ ਦੇ ਨਾਲ ਸਾਹਮਣੇ ਹੋਏ ਤਾਂ ਸਤਿਗੁਰੂ ਨੇ ਥਾਂ 'ਤੇ ਧਰਿਆ ਔਰ ਕਰੜੇ ਸ਼ਬਦਾਂ ਦੇ ਵਿੱਚ ਉਹਨਾਂ ਸਾਰੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਆਖਿਆ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਤਿੰਨੇ ਹੀ ਉਜਾੜੇ ਦਾ ਥਾਂ ਆ, ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ, ਤਿੰਨ ਗਲ ਤਾਗ ਤਿੰਨ ਘਰ, ਬ੍ਰਾਹਮਣ ਪੂਰੇ ਨਾਦ ਉਹਨਾਂ ਪਿਆਵੇਂ ਓਈ ਸਾਦ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਇਹ ਹਾਲਤ ਜਿਹੜੀ ਸਮਾਜ ਦੀ ਬਣੀ ਹੋਈ ਸੀ ਔਰ ਸਾਰੇ ਹੀ ਇੱਕ ਦੂਜੇ ਦੇ ਉੱਤੇ ਸੁੱਟ ਰਹੇ ਸਨ, ਸਮਾਜ ਦੇ ਲੋਕ ਕਹਿੰਦੇ ਸਨ ਕੀ ਕਰੀਏ, ਸਾਡੀ ਕਿਸਮਤ ਵਿੱਚ ਲਿਖਿਆ ਜੋ ਸਾਨੂੰ ਮਿਲ ਰਿਹਾ ਸੀ ਉਹਨੂੰ ਹੰਢਾ ਰਹੇ ਹਾਂ। ਰਾਜਨੀਤਿਕ ਕਹਿੰਦੇ ਸਨ ਸਾਡੇ ਵੱਸ ਦਾ ਮਸਲਾ ਨਹੀਂ ਹੈ, ਕੀ ਕਰ ਸਕਦੇ ਹਾਂ, ਲੋਕ ਹੈ ਹੀ ਇੱਦਾਂ ਦੇ, ਸਾਡੇ ਹੱਥ ਵੱਸ ਤੋਂ ਗੱਲ ਬਾਹਰ ਹੈ, ਲੋਕ ਹੈ ਹੀ ਇੱਦਾਂ ਦੇ, ਇਹਨਾਂ ਨੇ ਇੱਦਾਂ ਹੀ ਕੁੱਟ ਖਾਣੀ ਹੈ, ਇਹ ਕੁੱਟਿਆਂ ਹੀ ਸੂਤਰ ਆਉਂਦੇ ਆ, ਲੁੱਟਿਆਂ ਹੀ ਸੂਤਰ ਆਉਂਦੇ ਆ। ਧਾਰਮਿਕ ਲੋਕ ਆਉਂਦੇ ਸਨ, ਅਸੀਂ ਬੜਾ ਜ਼ੋਰ ਲਾ ਰਹੇ ਹਾਂ, ਅਸੀਂ ਬੜੀਆਂ ਗੱਲਾਂ ਕਰ ਰਹੇ ਹਾਂ, ਬਥੇਰਾ ਆਪਣੇ ਵੱਲੋਂ ਸਾਰਾ ਪ੍ਰਬੰਧ ਕਰ ਰਹੇ ਹਾਂ, ਪਰ ਅਸਲੀਅਤ ਵਿੱਚ ਰੱਬ ਨੇ ਇਹਨਾਂ ਦੀ ਕਿਸਮਤ ਵਿੱਚ ਸਾਰਾ ਕੁਝ ਲਿਖਿਆ, ਇਹਨਾਂ ਨੂੰ ਭੋਗਣਾ ਹੀ ਪੈਣਾ ਹੈ ਭਾਈ। ਧਾਰਮਿਕ ਲੋਕ ਇੱਦਾਂ ਸਾਰਾ ਕੁਛ ਟਾਲਾ ਮਟੋਲਾ ਕਰ ਰਹੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਰਾਹੀਂ ਨਿਤਾਰੇ ਕਰਕੇ ਫੈਸਲੇ ਦੇ ਕੇ ਸਾਨੂੰ ਸਮਾਜ ਨੂੰ ਪੂਰੀ ਤਰ੍ਹਾਂ ਜਾਗਰਤ ਕੀਤਾ, ਭਲਿਓ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੋ, ਆਪਣੀਆਂ ਜ਼ਿੰਮੇਵਾਰੀਆਂ ਸੰਭਾਲੋ। ਆਪਣੇ ਆਪਣੇ ਥਾਂ ਤੋਂ ਭੱਜਿਆਂ, ਆਪੋ ਆਪਣੀਆਂ ਜ਼ਿੰਮੇਵਾਰੀਆਂ ਦੇ ਕੋਟੇ ਦੂਜਿਆਂ 'ਤੇ ਪਾਇਆ ਕਿ ਇਹ ਉਹਦੀ ਜ਼ਿੰਮੇਵਾਰੀ, ਉਹਨੇ ਕਰਨਾ ਹੈ, ਉਹਨੇ ਕਰਨਾ ਹੈ, ਉਹਨੇ ਕਰਨਾ, ਉਹਨੇ ਨਹੀਂ ਇੰਝ ਕੀਤਾ ਇਸ ਕਰਕੇ ਅਸੀਂ ਵੀ ਇੰਝ ਨਹੀਂ ਕੀਤਾ। ਇਹ ਤੁਹਾਡੀਆਂ ਨਲਾਇਕੀਆਂ ਦੇ ਕਾਰਨ ਭਾਈ ਤੁਹਾਡਾ ਇਹ ਸਾਰਾ ਬੇੜਾ ਗਰਕ ਹੋ ਰਿਹਾ, ਆਪੋ ਆਪਣੇ ਥਾਂ 'ਤੇ ਡਟ ਜਾਓ। ਸਤਿਗੁਰੂ ਨੇ ਕਿਸਮਤ ਵਾਲਾ ਫੈਸਲਾ ਸਮਾਜ ਦੇ ਲੋਕਾਂ ਦੇ ਦਿਮਾਗ ਵਿੱਚੋਂ ਕੱਢ ਦਿੱਤਾ ਸੀ, ਇਹ ਕਿਸਮਤ ਨਹੀਂ ਹੈ, ਰੱਬ ਨੇ ਤੁਹਾਡੀ ਕਿਸਮਤ ਨਹੀਂ ਲਿਖੀ, ਰੱਬ ਨੇ ਤੁਹਾਡੇ ਕਰਮਾਂ 'ਚ ਲੇਖ ਨਹੀਂ ਲਿਖੇ ਕਿ ਤੁਸੀਂ ਲੁੱਟ ਕਰਾਓ ਕੁੱਟ ਕਰਾਓ, ਇਹ ਤੁਸਾਂ ਸਮਾਜ ਦਾ ਰਹਿਣ ਸਹਿਣ ਜਿਹੜਾ ਬਣਾ ਲਿਆ, ਤੁਹਾਡਾ ਆਪਣਾ ਆਲਸਪੁਣਾ, ਤੁਹਾਡੀਆਂ ਆਪਣੀਆਂ ਅਣਗਹਿਲੀਆਂ, ਤੁਸੀਂ ਫਰਜ਼ਾਂ ਤੋਂ ਭੱਜ ਰਹੇ ਹੋ, ਇਹ ਸਾਰਾ ਕੁਝ ਤੁਹਾਡੀ ਕਿਸਮਤ ਵਿੱਚ ਤਾਂ ਆ ਰਿਹਾ। ਉਹੀ ਲੋਕ ਸਨ ਜਿਹੜੇ ਕੁੱਟ ਵੀ ਹੱਥ ਜੋੜ ਕੇ ਖਾ ਲੈਂਦੇ ਸਨ, ਉਹੀ ਲੋਕ ਸਨ ਲੁੱਟ ਹੋਣ ਤੋਂ ਬਾਅਦ ਕਹਿੰਦੇ ਸੀ ਸਾਡਾ ਨਹੀਂ ਹੋਣਾ ਹੈ, ਇਹ ਰੱਬ ਨੇ ਇੱਦਾਂ ਹੀ ਲਿਖਿਆ ਹੋਣਾ ਅਤੇ ਇਹਨਾਂ ਨੇ ਲੁੱਟ ਕੇ ਲੈ ਹੀ ਜਾਣਾ ਸੀ, ਸਾਡਾ ਨਹੀਂ ਸੀ ਉਹਨਾਂ ਦਾ ਸੀ, ਉਹ ਲੈ ਗਏ। ਲੋਕ ਬਰਦਾਸ਼ਤ ਕਰੀ ਤੁਰੇ ਜਾ ਰਹੇ ਸਨ, ਮਰਦੇ ਜਾ ਰਹੇ ਸਨ, ਲਤਾੜੇ ਜਾ ਰਹੇ ਸਨ, ਵੰਡੇ ਹੋਏ ਸਨ। ਉਹੀ ਲੋਕ ਜਿਨ੍ਹਾਂ ਦੇ ਖਾਨੇ 'ਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਾਤ ਪਾਈ, ਧਾਰਮਿਕ ਵੀ ਲੁਟੇਰੇ ਹੈ, ਰਾਜਨੀਤਿਕ ਜ਼ਾਲਮ ਹੋ ਚੁੱਕੇ ਹੈ, ਔਰ ਦੁਨੀਆ ਦੇ ਲੋਕੋ ਤੁਸੀਂ ਆਪਣਿਆਂ ਫਰਜ਼ਾਂ ਵੱਲੋਂ, ਜ਼ਿੰਮੇਵਾਰੀਆਂ ਵੱਲੋਂ ਅੰਨੇ ਹੋ ਚੁੱਕੇ ਹੋ, ਇਸ ਕਰਕੇ ਸਾਰਾ ਬਖੇੜਾ ਖੜਾ ਹੈ। ਸਤਿਗੁਰੂ ਨੇ ਜਿਵੇਂ ਹੀ ਭਰਮਾਂ ਭੁਲੇਖਿਆਂ ਦੇ ਪਰਦੇ ਚੁੱਕੇ, ਸਤਿਗੁਰੂ ਨੇ ਜਿਵੇਂ ਹੀ ਗਿਆਨ ਦੇ ਛੱਟੇ ਮਾਰੇ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਥਾਂ ਪਰ ਥਾਂ ਪਹੁੰਚ ਕੇ ਜਿਵੇਂ ਹੀ ਲੋਕਾਂ ਦੇ ਦਿਮਾਗ ਦੇ ਕਪਾਟ ਖੋਲ੍ਹੇ, ਉਹੀ ਲੋਕ ਸਨ, ਤੁਸੀਂ ਦੇਖੋ ਉਹੀ ਲੋਕ ਸਨ ਜਿਹੜੇ ਸਾਰਾ ਕੁਝ ਮੰਨ ਕੇ ਚੱਲ ਰਹੇ ਸਨ। ਜਦੋਂ ਗੁਰੂ ਨਾਨਕ ਦੀ ਸੱਦ ਕੰਨਾਂ ਵਿੱਚ ਪੈਂਦੀ ਹੈ, ਉਹੀ ਲੋਕ ਗੁਰੂ ਨਾਨਕ ਨਾਲ ਖਲੋ ਕੇ ਉਹਨਾਂ ਰਾਜਨੀਤਿਕ ਅਤੇ ਧਾਰਮਿਕ ਲੋਕਾਂ ਦੇ ਜੂਲੇ ਲਾ ਰਹੇ ਸਨ। ਉਹੀ ਲੋਕ ਸਨ, ਨਵੇਂ ਤਾਂ ਨਹੀਂ ਆਏ, ਲੋਕ ਨਵੇਂ ਤਾਂ ਨਹੀਂ ਪੈਦਾ ਕੀਤੇ ਗਏ, ਉਹੀ ਲੋਕ ਸਨ, ਉਹੀ ਰੋਟੀ ਪਾਣੀ ਖਾ ਰਹੇ, ਉਹੀ ਸਾਰਾ ਇੱਥੇ ਦਾ ਵਾਤਾਵਰਨ ਹੈ, ਉਹੀ ਘਰ, ਉਹੀ ਉਹਨਾਂ ਦਾ ਪਹਿਰਾਵਾ, ਉਹੀ ਸਾਰਾ ਕੁਝ ਹੈ। ਪਰ ਆਖਰ ਉਹ ਕਿਹੜੀ ਚੀਜ਼ ਹੈ ਜਿਹੜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਦਿਮਾਗ ਵਿੱਚ ਬਿਠਾਈ ਔਰ ਉਹ ਲੋਕ ਭਰਮਾਂ ਭੁਲੇਖਿਆਂ 'ਚੋਂ ਨਿਕਲ ਕੇ, ਮੈਂ ਇੱਕ ਛੋਟੀ ਜਿਹੀ ਬਾਤ ਹੋਰ ਤੁਹਾਡੇ ਸਾਹਮਣੇ ਰੱਖਦਾ, ਔਰਤ ਨੂੰ ਕਿੰਨਾ ਗੁਲਾਮੀ ਵਿੱਚ ਧੱਕਿਆ ਹੋਇਆ ਸੀ, ਔਰਤ ਦੇ ਹਾਲਾਤ ਬੜੇ ਮਾੜੇ ਸਨ, ਔਰਤ ਨੂੰ ਕੋਈ ਧਰਮ ਮਾਨਤਾ ਨਹੀਂ ਸੀ ਦਿੰਦਾ, ਕੋਈ ਹਾ ਦਾ ਨਾਰਾ ਨਹੀਂ ਸੀ ਮਾਰਦਾ,
ਔਰਤਾਂ ਨੂੰ ਦਬਾਇਆ, ਔਰਤਾਂ ਨੂੰ ਮਾਰਿਆ, ਪੈਰ ਦੀ ਜੁੱਤੀ ਔਰ ਪਤਾ ਨਹੀਂ ਕਿੰਨਾ ਕੁਛ ਜਿਹੜਾ ਉਹ ਧਾਰਮਿਕ ਗ੍ਰੰਥਾਂ ਦੇ ਰਾਹੀਂ ਪਰੋਸ ਪਰੋਸ ਕੇ ਸਮਾਜ ਵਿੱਚ ਲਾਗੂ ਕੀਤਾ ਹੋਇਆ ਸੀ। ਗੁਰੂ ਨਾਨਕ ਸਾਹਿਬ ਔਰਤਾਂ ਦੇ ਹੱਕ ਵਿੱਚ ਖੜ੍ਹੇ, ਨਾਰਾ ਮਾਰਿਆ। ਸਤਿਗੁਰੂ ਨੇ ਹਾਂ ਦਾ ਨਾਰਾ ਮਾਰ ਕੇ ਇਹਨਾਂ ਭੈਣਾਂ ਨੂੰ, ਮਾਤਾਵਾਂ ਨੂੰ, ਧੀਆਂ ਨੂੰ, ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ। ਔਰ ਕਿੱਡੀ ਵੱਡੀ ਬਾਤ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪਣੀ ਭੈਣ ਸਤਿਕਾਰਯੋਗ ਬੇਬੇ ਨਾਨਕੀ ਜੀ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਂਦੀ ਹੈ। ਜਿਹੜੀ ਮੈਂ ਬਾਤ ਕਰਨ ਲੱਗਿਆਂ, ਔਰਤ ਨੂੰ ਪਰਦੇ ਵਿੱਚ ਰਹਿਣ ਦੀ ਇਜਾਜ਼ਤ ਹੈ, ਮਰਦਾਂ ਦੇ ਬਰਾਬਰ ਆਉਣ ਦੀ ਇਜਾਜ਼ਤ ਨਹੀਂ ਸੀ। ਨਾ ਉਹ ਧਾਰਮਿਕ ਥਾਵਾਂ 'ਤੇ ਆ ਸਕਦੀ ਸੀ, ਅੱਜ ਵੀ ਬੜੀਆਂ ਪਾਬੰਦੀਆਂ ਨੇ। ਨਾ ਉਹ ਧਾਰਮਿਕ ਥਾਵਾਂ 'ਤੇ ਮਰਦਾਂ ਦੇ ਬਰਾਬਰ ਆ ਸਕਦੀ ਸੀ, ਨਾ ਉਹ ਕਿਸੇ ਥਾਂ 'ਤੇ ਪਰੇ ਪੰਚਾਇਤ ਵਿੱਚ ਬੈਠ ਕੇ ਕਿਸੇ ਫੈਸਲੇ ਦੇ ਵਿੱਚ ਆਪਣੀ ਕੋਈ ਸਲਾਹ ਮਸ਼ਵਰਾ ਦੇ ਸਕਦੀ ਸੀ। ਉਹਨੂੰ ਚਾਰ ਦੀਵਾਰੀ ਦੇ ਵਿੱਚ ਕੈਦ ਰੱਖ ਕੇ ਪਰਦਿਆਂ ਦੇ ਵਿੱਚ ਰੱਖਣਾ ਉਹਦੀ ਇੱਕ ਫਿਤਰਤ ਬਣਾ ਦਿੱਤੀ ਸੀ, ਔਰ ਔਰਤ ਉਸੇ ਤਰ੍ਹਾਂ ਚੱਲਦੀ ਸੀ। ਮੈਂ ਜਿਹੜੀ ਬੇਨਤੀ ਕਰਨ ਲੱਗਾ ਧਿਆਨ ਨਾਲ ਸੁਣਨਾ, ਕਿੱਡੀ ਵੱਡੀ ਗੱਲ ਸੀ। ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਕਰ ਦਿੱਤੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੂਸਰੇ ਸਤਿਗੁਰੂ, ਉਹਨਾਂ ਦੇ ਮਹਿਲ ਸਤਿਕਾਰਯੋਗ ਮਾਤਾ ਖੀਵੀ ਜੀ। ਹੁਣ ਜੇ ਇੱਕ ਮਿੰਟ ਵਾਸਤੇ ਆਪਾਂ ਸਿੱਖ ਧਰਮ ਦਾ ਮਸਲਾ ਇੱਕ ਮਿੰਟ ਵਾਸਤੇ ਪਾਸੇ ਰੱਖ ਲਈਏ, ਤਾਂ ਬ੍ਰਾਹਮਣ ਵਾਲਾ ਮਸਲਾ ਉਹੀ ਹੈ ਨਾ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਚਾਰ ਫਿਰਕਿਆਂ 'ਚ ਵੰਡਿਆ ਹੋਇਆ। ਖੱਤਰੀਆਂ ਦੀ ਧੀ ਨੂੰ, ਖੱਤਰੀਆਂ ਦੀ ਨੂੰਹ ਨੂੰ ਇਹ ਇਜਾਜ਼ਤ ਹੀ ਨਹੀਂ ਕਿ ਉਹ ਮਰਦਾਂ ਦੇ ਵਿੱਚ ਨੰਗੇ ਮੂੰਹ ਕੋਈ ਇੱਦਾਂ ਦੀ ਸੇਵਾ ਕਰੇ ਜਿੱਥੇ ਆ ਕੇ ਉਹ ਆਪਣਾ ਕਿਸੇ ਪ੍ਰਕਾਰ ਦਾ ਕੋਈ ਭਰਮ, ਭੁਲੇਖਾ, ਕੋਈ ਵਹਿਮ, ਕੋਈ ਸਮਾਜ ਦਾ ਰੀਤੀ ਰਿਵਾਜ ਉਹ ਨਾਲ ਲੈ ਕੇ ਚੱਲਦੀ ਨਹੀਂ। ਸਾਰੀਆਂ ਪਾਬੰਦੀਆਂ ਸੀ, ਕਿੱਡੀ ਵੱਡੀ ਗੱਲ ਸੀ। ਗੁਰੂ ਨਾਨਕ ਨੇ ਸ਼ੁਰੂਆਤ ਕੀਤੀ, ਮਾਤਾ ਖੀਵੀ ਜੀ ਨੰਗਾ ਮੂੰਹ ਬਿਨਾਂ ਕੁੰਡ ਤੋਂ, ਨੰਗਾ ਮੂੰਹ ਹੱਥ ਵਿੱਚ ਬਾਲਟੀ ਲੈ ਕੇ ਗੁਰੂ ਨਾਨਕ ਦੇ ਦਰ 'ਤੇ ਆਏ ਹੋਏ ਜਿੰਨੇ ਸਿੱਖ ਸ਼ਰਧਾਲੂ ਹੈ ਉਹਨਾਂ ਨੂੰ ਉਹ ਪ੍ਰਸ਼ਾਦਾ ਪਾਣੀ ਆਪ ਲੰਗਰ ਵਿੱਚ ਮਰਦਾਂ ਦੇ ਨਾਲ ਵਰਤਾ ਰਹੀ ਹੈ। ਉਹਦੇ ਹਵਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੌਜੂਦ ਨੇ ਕਿ ਮਾਤਾ ਖੀਵੀ, ਉਹਦਾ ਲੰਗਰ, ਉਹਦੀ ਸੇਵਾ, ਮਾਤਾ ਖੀਵੀ ਜਿੰਨਾ ਪਾਰਉਪਕਾਰ, ਮਾਤਾ ਖੀਵੀ ਨੇ ਜਿੰਨਾ ਯੋਗਦਾਨ ਪਾਇਆ ਸਿੱਖ ਧਰਮ ਦੇ ਇਸ ਵਾਧੇ ਵਿੱਚ, ਉਹ ਆਪਣੀ ਮਿਸਾਲ ਇੱਕ ਆਪ ਹੈ। ਕਿੱਡੀ ਵੱਡੀ ਗੱਲ ਸੀ, ਗੁਰੂ ਨਾਨਕ ਸ਼ੁਰੂਆਤ ਕਰਦੇ ਆ ਅਤੇ ਅਗਲੇ ਪੜਾਅ 'ਤੇ ਮਾਤਾ ਖੀਵੀ ਜੀ ਮਰਦਾਂ ਦੇ ਵਿੱਚ ਨੰਗੇ ਮੂੰਹ ਬਿਨਾਂ ਘੁੰਡ ਤੋਂ ਉਹ ਸੇਵਾ ਕਰ ਰਹੇ ਆ, ਪ੍ਰਸ਼ਾਦੇ ਵਰਤਾ ਰਹੇ, ਖੀਰ ਵਰਤਾ ਰਹੇ, ਸਬਜ਼ੀ ਵਰਤਾ ਰਹੇ ਹੈ। ਇੱਕ ਵੱਡੀ ਕ੍ਰਾਂਤੀ ਸੀ ਇਹ। ਧਰਮ ਸ਼ਾਸਤਰਾਂ ਦੇ ਜਿੰਨੀਆਂ ਪਾਬੰਦੀਆਂ ਸੀ, ਜਿੰਨਾ ਕੁਝ ਉਲੀਕਿਆ ਸੀ, ਉਹਨੂੰ ਤਾਰੋ ਤਾਰ ਕਰਨ ਵਾਲੀ ਸਭ ਤੋਂ ਵੱਡੀ ਇਨਕਲਾਬੀ ਬਾਤ ਸੀ ਗੁਰੂ ਨਾਨਕ ਜੀ ਨੇ ਕਿਹਾ। ਔਰ ਭੈਣਾਂ, ਮਾਤਾਵਾਂ ਮਾਤਾ ਖੀਵੀ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਕਾਫਲੇ ਦੇ ਰੂਪ ਵਿੱਚ ਉੱਠ ਕੇ ਖੜੀਆਂ ਹੋ ਗਈਆਂ। ਅੱਜ ਸਾਨੂੰ ਵੇਖਣ ਦੀ ਲੋੜ ਹੈ, ਇਹੀ ਸੁਨੇਹਾ, ਇਹੀ ਗੱਲਾਂ ਬਾਤਾਂ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਸੰਭਾਲ ਕੇ ਰੱਖੀਆਂ, ਜਿਹੜਾ ਖਜ਼ਾਨਾ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ, ਜਿਸ ਖਜ਼ਾਨੇ ਨੂੰ ਅਸੀਂ ਨਮਸਕਾਰ ਕਰਦੇ ਹਾਂ। ਪਿਆਰੇ ਵੀਰੋ ਭੈਣੋ, ਇਹੀ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ ਅਸੀਂ ਥਾਂ ਪੁਰ ਥਾਂ ਸਮਾਂ ਕੱਢ ਕੇ ਤੁਹਾਨੂੰ ਆਵਾਜ਼ਾਂ ਮਾਰ ਰਹੇ ਹਾਂ। ਆਓ, ਬੜਾ ਕੁਝ ਅਸੀਂ ਗਵਾ ਰਹੇ ਹਾਂ, ਬੜਾ ਕੁਝ ਅਸੀਂ ਲਗਾਤਾਰ ਆਪਣੇ ਹੱਥੋਂ ਸੁੱਟੀ ਤੁਰੇ ਜਾ ਰਹੇ ਹਾਂ। ਸਮਾਜ ਦੀ ਦੌੜ ਵਿੱਚ ਸ਼ਾਮਿਲ ਹੋ ਕੇ ਅਸੀਂ ਇਸ ਦੁਨੀਆ ਦੀ ਚੱਕਾ ਚੌਂਦ ਦੇ ਰੰਗ ਵਿੱਚ ਆਪਣਾ ਜੋ ਅਸਲੀਅਤ ਪਵਿੱਤਰ ਖਜ਼ਾਨਾ ਹੈ ਉਹਦੇ ਵੱਲੋਂ ਅਸੀਂ ਅਵੇਸਲੇ ਹੁੰਦੇ ਤੁਰੇ ਜਾ ਰਹੇ ਹਾਂ। ਕਿਉਂ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ? ਔਰ ਆਖਰੀ ਬੇਨਤੀ ਕਰਨ ਲੱਗਾ, ਜਿੱਧਰ ਨੂੰ ਅਸੀਂ ਤੁਰ ਰਹੇ ਹਾਂ ਨਾ, ਜਿਵੇਂ ਤੁਰ ਰਹੇ ਹਾਂ, ਜਿੰਨਾ ਅਵੇਸਲਾਪਣ ਕਰ ਰਹੇ ਹਾਂ, ਜਿੰਨਾ ਅਸੀਂ ਅਵੇਸਲਾਪਣ ਕਰ ਰਹੇ ਹਾਂ, ਜਿਵੇਂ ਅਸੀਂ ਪਾਠ ਕਰਨਾ ਛੱਡ ਦਿੱਤਾ, ਜਿਵੇਂ ਇਤਿਹਾਸ ਆਪਣਾ ਪੜ੍ਹਨਾ ਛੱਡ ਦਿੱਤਾ, ਜਿਵੇਂ ਅਸੀਂ ਗੁਰੂ ਸਾਹਿਬ ਦੇ ਪਾਰਉਪਕਾਰਾਂ 'ਤੇ ਮਾਣ ਕਰਨਾ ਛੱਡ ਦਿੱਤਾ, ਜਿਵੇਂ ਅਸੀਂ ਪੱਗਾਂ ਨੂੰ ਵੰਡ ਲਿਆ, ਫਲਾਨੇ ਦੀ ਧੜੇ ਦੀ ਪੱਗ, ਫਲਾਨੇ ਧੜੇ ਦੀ ਪੱਗ, ਫਲਾਨੇ ਧੜੇ ਦੀ ਪੱਗ, ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ 'ਤੇ ਲਿਆ ਕੇ ਬੰਦਿਆਂ ਦੀ ਪੂਜਾ ਸ਼ੁਰੂ ਕਰ ਲਈ, ਜਿਹੜਾ ਅਸੀਂ ਰਾਹ ਅਖਤਿਆਰ ਕਰ ਰਹੇ ਹਾਂ, ਜੋ ਕੁਝ ਸਾਡੀਆਂ ਘਰਾਂ 'ਚ ਹੋ ਰਿਹਾ, ਜਿਹੜਾ ਅਸੀਂ ਆਪਣੀਆਂ ਘਰਾਂ ਦੇ ਵਿੱਚ ਲਾਗੂ ਕਰ ਰਹੇ ਹਾਂ, ਜੋ ਵੇਖਾ ਵੇਖੀ ਹੋ ਰਿਹਾ, ਖਿਮਾ ਕਰਿਓ, ਉਹ ਦਿਨ ਦੂਰ ਨਹੀਂ, ਉਹ ਦਿਨ ਦੂਰ ਨਹੀਂ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਕੱਢਿਆ ਸੀ
ਉਹਨਾਂ ਹੀ ਪਾਬੰਦੀਆਂ ਉਹਨਾਂ ਹੀ ਹਾਲਾਤਾਂ ਦੇ ਵਿੱਚ ਸਾਨੂੰ ਫਿਰ ਸੁੱਟਿਆ ਜਾਏਗਾ। ਉਹ ਤਿਆਰ ਬੈਠੇ ਨੇ, ਉਹ ਤਿਆਰ ਬੈਠੇ ਨੇ। ਇਸ ਵਾਰ ਪਹਿਲਾਂ ਨਾਲੋਂ ਵੀ ਮਾੜੇ ਹਾਲਾਤ ਸਾਡੇ ਹੋਣਗੇ ਜੇ ਅਸੀਂ ਆਪਣੇ ਆਪ ਨੂੰ ਸੰਭਾਲ ਨਾ ਸਕੇ। ਪਹਿਲਾਂ ਨਾਲੋਂ ਵੀ ਮਾੜੇ ਹਾਲਾਤ ਹੋਣਗੇ, ਕਿਉਂ? ਪਹਿਲਾਂ ਅਸੀਂ ਉਹਨਾਂ ਦੇ ਵਿੱਚ ਹੀ ਬੈਠੇ ਸੀ, ਅੱਜ ਅਸੀਂ ਗੁਰੂ ਨਾਨਕ ਸਾਹਿਬ ਦਾ ਲੜ ਫੜ ਕੇ ਇੱਕ ਵਾਰ ਉਹ ਰਾਹ ਤਿਆਗ ਕੇ ਇਨਕਲਾਬ ਦਾ ਇਤਿਹਾਸ ਸਿਰ ਚੁੱਕੇ ਹਾਂ। ਅਸੀਂ ਬਹੁਤ ਕੁਝ ਪਾਰਉਪਕਾਰ ਸਮਾਜ ਦੇ ਸਾਹਮਣੇ ਰੱਖ ਚੁੱਕੇ ਹਾਂ, ਸੁਨਹਿਰੀ ਪੰਨੇ ਇਤਿਹਾਸ ਦੇ ਲਿਖ ਚੁੱਕੇ ਹਾਂ, ਸਾਡਿਆਂ ਬਜ਼ੁਰਗਾਂ ਨੇ ਬਹੁਤ ਕੁਝ ਕਰ ਲਿਆ ਹੈ। ਔਰ ਜਦੋਂ ਅੱਜ ਉਹ ਸਾਨੂੰ ਆਪਣੇ ਮੂੰਹ 'ਚ ਪਾਉਣਗੇ ਨਾ, ਜਦੋਂ ਅੱਜ ਸਾਨੂੰ ਮੂੰਹ 'ਚ ਪਾਉਣਗੇ, ਤਾਂ ਇਹ ਜਿਹੜਾ 550 ਸਾਲ ਦਾ ਗੁੱਸਾ ਹੈ ਉਹ ਦੁਬਾਰਾ ਡਬਲ ਹੋ ਕੇ ਸਾਡੇ 'ਤੇ ਨਿਕਲੇਗਾ। ਕਿ ਤੁਸੀਂ ਉਹ ਹੀ ਹੈ ਨਾ ਜਿਨ੍ਹਾਂ ਨੇ ਆ ਸਾਰੀ ਬਣੀ ਮਰਿਆਦਾ ਜਿਹੜੀ ਵੰਡ ਵਰਨ ਉਹਨੂੰ ਸਾਰੀ ਨੂੰ ਤੋੜ ਕੇ ਤੁਸੀਂ ਇਕੱਠੇ ਬਹਿ ਗਏ ਸੀ, ਤੁਸੀਂ ਉਹ ਹੀ ਹੋ ਨਾ। ਔਰ ਬੜਾ ਕੁਝ ਸੋਚਣ ਸਮਝਣ ਵਿਚਾਰਨ ਦੀ ਲੋੜ ਹੈ। ਸਤਿਗੁਰੂ ਨੇ ਅੱਜ ਵੀ ਸਾਡੇ 'ਤੇ ਪਾਰਉਪਕਾਰ ਕੀਤਾ ਹੈ, ਸਤਿਗੁਰੂ ਅੱਜ ਵੀ ਸਾਨੂੰ ਉਡੀਕਦੇ ਆ, ਸਤਿਗੁਰੂ ਅੱਜ ਵੀ ਸਾਨੂੰ ਆਵਾਜ਼ਾਂ ਮਾਰਦੇ ਆ। ਔਰ ਇੱਕ ਵਿਦਵਾਨ ਦਾ ਕਥਨ ਬੜਾ ਸੋਹਣਾ ਸੀ, ਉਹ ਕਹਿੰਦੇ ਆ ਸਿੱਖ ਨੇ ਭਾਵੇਂ ਗੁਰੂ ਵੱਲੋਂ ਮੂੰਹ ਫੇਰਨਾ ਸ਼ੁਰੂ ਕਰ ਲਿਆ, ਸਿੱਖ ਭਾਵੇਂ ਮੂੰਹ ਫੇਰ ਵੀ ਰਿਹਾ, ਸਿੱਖ ਭਾਵੇਂ ਬੇਮੁੱਖ ਹੋ ਵੀ ਰਿਹਾ, ਸਿੱਖ ਭਾਵੇਂ ਛੱਡ ਕੇ ਤੁਰ ਵੀ ਰਿਹਾ, ਪਰ ਗੁਰੂ ਅਜੇ ਛੱਡਣ ਨੂੰ ਤਿਆਰ ਨਹੀਂ ਆ। ਗੁਰੂ ਅਜੇ ਵੀ ਮਗਰ ਹੈ, ਗੁਰੂ ਅਜੇ ਵੀ ਨਾਲ ਹੈ, ਗੁਰੂ ਅਜੇ ਵੀ ਉਡੀਕ ਰਿਹਾ। ਇਹ ਜੇ ਤੁਰ ਪਿਆ ਤਾਂ ਇਹਨੇ ਮੋੜ ਆਉਣਾ, ਮੈਂ ਇਹਨੂੰ ਮੋੜ ਲੈਣਾ। ਗੁਰੂ ਅਜੇ ਵੀ ਨਾਲ ਹੈ, ਗੁਰੂ ਅਜੇ ਵੀ ਉਡੀਕ ਕਰ ਰਿਹਾ ਹੈ। ਸਿੱਖਾਂ ਜੇ ਮੂੰਹ ਫੇਰ ਹੀ ਲਿਆ, ਗੁਰੂ ਨੇ ਨਹੀਂ ਫੇਰਿਆ, ਜਿੱਦਣ ਗੁਰੂ ਨੇ ਮੂੰਹ ਫੇਰ ਲਿਆ ਉਦਣ ਥਾਂ ਟਿਕਾਣਾ ਕੋਈ ਵੀ ਨਹੀਂ ਹੋਏਗਾ। ਅਜੇ ਗੁਰੂ ਨੇ ਮੂੰਹ ਨਹੀਂ ਫੇਰਿਆ, ਅਸੀਂ ਫੇਰਿਆ, ਗੁਰੂ ਨੇ ਨਹੀਂ ਫੇਰਿਆ, ਅਜੇ ਗੁਰੂ ਨਾਲ ਹੈ। ਆਓ ਕੋਸ਼ਿਸ਼ ਕਰੀਏ, ਸਤਿਗੁਰੂ ਨੇ ਜੋ ਸਾਨੂੰ ਇਹ ਬਖਸ਼ਿਸ਼ ਕੀਤਾ ਹੈ ਉਹ ਆਪਣੀ ਝੋਲੀ ਵਿੱਚ ਪਵਾਈਏ। ਅਗਲੇਰੀਆਂ ਵਿਚਾਰਾਂ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਸਰਬਜੀਤ ਸਿੰਘ ਜੀ ਧੁੰਦਾ ਜੀ, ਉਹ ਆਪ ਜੀ ਦੇ ਨਾਲ ਸਾਂਝੀਆਂ ਕਰਨਗੇ। ਮੈਂ ਆਪਣੇ ਇਹਨਾਂ ਵਿਚਾਰਾਂ ਨੂੰ ਇੱਥੇ ਹੀ ਵਿਰਾਮ ਦਿੰਦਾ ਹਾਂ, ਔਰ ਆਸ ਕਰਦਾ ਹਾਂ ਜਿਸ ਪਿਆਰ ਸਤਿਕਾਰ ਨਾਲ ਇਕਾਗਰਤਾ ਨਾਲ ਆਪ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ, ਇਸੇ ਪਿਆਰ ਸਤਿਕਾਰ ਨਾਲ ਬੈਠ ਕੇ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਅਗਲੇਰੀਆਂ ਵਿਚਾਰਾਂ ਸ਼੍ਰਵਣ ਕਰਨ ਦਾ ਯਤਨ ਕਰੋ। ਆਪਾਂ ਕੋਸ਼ਿਸ਼ ਕਰਾਂਗੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਦੀਵਾਨ ਨੂੰ ਅੱਗੇ ਲੰਬਾ ਨਾ ਖਿੱਚਿਆ ਜਾਏ, ਜਿੱਥੇ ਕੁ ਤੱਕ ਭਾਈ ਸਾਹਿਬ ਜੀ ਵਿਚਾਰ ਕਰਨਗੇ। ਅਗਲੇਰੇ ਮੌਸਮ ਨੂੰ ਹਾਲਾਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਫਿਰ ਆਪਾਂ ਅਗਲੇ ਦੀਵਾਨ ਦੇ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਭਾਈ ਸਾਹਿਬ ਜੀ ਵਿਚਾਰ ਕਰਨਗੇ, ਪਿਆਰ ਸਤਿਕਾਰ ਨਾਲ ਬੈਠ ਕੇ ਸ਼੍ਰਵਣ ਕਰਨ ਦਾ ਯਤਨ ਕਰਨਾ ਜੀ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੈਂ ਤੁਹਾਡੇ ਪਾਸੋਂ ਖਿਮਾ ਮੰਗਦਾ ਹਾਂ, ਆਸ ਕਰਦਾ ਬੇਨਤੀਆਂ ਪ੍ਰਵਾਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਗੁਰਬਿਨਾ ਘੋਰ ਅੰਧਾਰ, ਗੁਰੂ ਬਿਨਾ ਸਮਝ ਨ ਆਵੇ, ਗੁਰ ਬਿਨਾ ਸੁਰਤ ਨਾ ਸਿੱਧ, ਗੁਰੂ ਬਿਨਾ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁਨਾ, ਅਗਨ ਕਟੈ ਸਭ ਤੇਰੇ, ਗੁਰ ਨੈਣਾ ਬੈਣਾ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੇ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੈ ਅਕਿਆਥ ਸੰਸਾਰ ਮੈਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ ਭੈਰੋ ਮਹਲਾ ਪੰਜਵਾਂ, ਲਾਜ ਮਰੈ ਜੋ ਨਾਮ ਨਾ ਲਿਵੈ, ਨਾਮ ਬਿਹੂਨਾ ਸੁਖੀ ਕਿਉਂ ਸੋਵੈ, ਹਰ ਸਿਮਰਨ ਛਾਡ ਪਰਮ ਗਤ ਚਾਹੈ, ਮੂਲ ਬਿਨਾ
ਸ਼ਾਖਾਂ ਕਤ ਆਹੈ। ਗੁਰ ਗੋਬਿੰਦ ਮੇਰੇ ਮਨ ਧਿਆਏ, ਜਨਮ ਜਨਮ ਕੀ ਮੈਲ ਉਤਾਰੈ, ਬੰਧਨ ਕਾਟ ਹਰ ਸੰਗ ਮਿਲਾਏ। ਰਹਾਉ ਤੀਰਥ ਨਾਏ ਕਹਾਂ ਸੁਚ ਸੈਲ, ਮਨ ਕੋ ਵਿਆਪੈ ਹਉ ਮੈਂ ਮੈਲ। ਕੋਟ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨਾ ਬਿਰਥਾ ਪੂਲ। ਬਿਨ ਖਾਏ ਬੂਝੈ ਨਹੀਂ ਭੂਖ, ਰੋਗ ਜਾਏ ਤਾਂ ਉਤਰੈ ਦੁੱਖ। ਕਾਮ ਕ੍ਰੋਧ ਲੋਭ ਮੋਹ ਵਿਆਪਿਆ, ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ। ਧਨ ਧਨ ਸਾਧ ਧਨ ਹਰ ਨਾਉ, ਆਠ ਪਹਿਰ ਕੀਰਤਨ ਗੁਣ ਗਾਓ। ਧਨ ਹਰ ਭਗਤ ਧਨ ਕਰਨੈ ਹਾਰ, ਸ਼ਰਨ ਨਾਨਕ ਪ੍ਰਭ ਪੁਰਖ ਅਪਾਰ। ਸ਼ਰਨ ਨਾਨਕ ਪ੍ਰਭ ਪੁਰਖ ਅਪਾਰ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਦੋ ਰੋਜ਼ਾ ਗੁਰਮੁਖ ਸਮਾਗਮ ਦੇ ਦੂਸਰੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਮੌਸਮ ਦੀ ਖਰਾਬੀ ਕਾਰਨ ਬਹੁਤ ਸਰੋਤੇ ਬਹੁਤ ਸੰਗਤ ਅੱਜ ਦੇ ਦੀਵਾਨ ਵਿੱਚ ਪਹੁੰਚ ਵੀ ਨਹੀਂ ਸਕੀ। ਪਹਿਲਾਂ ਤਾਂ ਇੰਝ ਲੱਗਦਾ ਸੀ ਵੀ ਸ਼ਾਇਦ ਦੀਵਾਨ ਅੱਜ ਦਾ ਲੱਗੇ ਹੀ ਨਾ, ਪਰ ਫਿਰ ਵੀ ਆਪ ਸਮੂਹ ਸੰਗਤ ਨੇ ਬੜਾ ਉੱਦਮ ਕੀਤਾ ਹੈ ਕਿ ਬਾਰਿਸ਼ ਹਟੀ ਹੈ, ਤੁਸੀਂ ਬੜੇ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਜੁੜ ਕੇ ਪਹੁੰਚੇ ਹੋ। ਆਓ ਮਾਲਕ ਕਿਰਪਾ ਕਰੇ, ਜਿਸ ਇਕਾਗਰਤਾ ਦੇ ਨਾਲ ਆਪਾਂ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਭਾਈ ਸਾਹਿਬ ਹੁਣਾਂ ਦੇ ਜਥੇ ਪਾਸੋਂ ਸਰਵਣ ਕੀਤਾ ਹੈ, ਉਸ ਤੋਂ ਉਪਰੰਤ ਭਾਈ ਸੁਖਵਿੰਦਰ ਸਿੰਘ ਜੀ ਪਾਸੋਂ ਆਪ ਜੀ ਨੇ ਬਹੁਤ ਪਿਆਰ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੀਤੇ ਹੋਏ ਪਰਉਪਕਾਰ, ਉਹਨਾਂ ਦੀਆਂ ਪਿਆਰੀਆਂ ਸਿੱਖਿਆਵਾਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਬਹੁਤ ਸੁੰਦਰ ਵਿਚਾਰ ਸਰਵਣ ਕੀਤੇ ਨੇ। ਆਓ ਸਾਧ ਸੰਗਤ, ਜਿੰਨਾ ਕੁ ਸਮਾਂ ਆਪ ਜੀ ਇਕਾਗਰਤਾ ਬਖਸ਼ਿਸ਼ ਕਰੋਗੇ, ਕਿਉਂਕਿ ਸਮਾਂ ਕੱਲ੍ਹ ਨਾਲੋਂ ਕਾਫੀ ਲੇਟ ਚੱਲ ਰਿਹਾ ਹੈ, ਪਰ ਫਿਰ ਵੀ ਆਪਾਂ ਯਤਨ ਕਰਨਾ ਹੈ ਕਿ ਜਿੰਨਾ ਕੁ ਸਮਾਂ ਆਪਾਂ ਗੁਰੂ ਦੀ ਗੋਦ ਵਿੱਚ ਬੈਠੀਏ, ਗੁਰਬਾਣੀ ਗੁਰੂ ਸ਼ਬਦ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾ ਸਕੀਏ। ਅਦਬ ਸਤਿਕਾਰ ਨਾਲ ਸਾਰੀ ਸੰਗਤ ਫਤਿਹ ਬੁਲਾਓ ਅਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰ ਰਲ ਕੇ ਗੁਰਬਾਣੀ ਦੀਆਂ ਰਹਾਉ ਦੀਆਂ ਤੁਕਾਂ ਦਾ ਪਾਠ ਕਰ ਲਈਏ, ਤਾਂ ਕਿ ਸਾਡਾ ਮਨ ਗੁਰਬਾਣੀ ਇਤਿਹਾਸ ਇਸ ਨੂੰ ਸਰਵਣ ਕਰਨ ਵਾਸਤੇ ਸਾਡਾ ਮਨ ਇਕਾਗਰ ਹੋ ਸਕੇ। ਬੜੇ ਪਿਆਰ ਨਾਲ ਸਾਰੀ ਸੰਗਤ ਨੇ ਬਾਣੀ ਗਾਉਣੀ ਹੈ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੜੇ ਪਿਆਰ ਨਾਲ ਪੜੋ ਜੀ। ਗੁਰ ਗੋਬਿੰਦ ਮੇਰੇ ਮਨ ਧਿਆਏ, 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 ਜਨਮ ਜਨਮ ਕੀ ਮੈਲ ਉਤਾਰੈ, ਜਨਮ ਜਨਮ ਕੀ ਮੈਲ ਉਤਾਰੈ। ਵਾਹ ਵਾਹ। ਬੰਧਨ ਕਾਟ ਹਰ ਸੰਗ ਮਿਲਾਏ, ਬੰਧਨ ਕਾਟ ਹਰ ਸੰਗ ਮਿਲਾਏ,
ਗੁਰੂ ਗੋਬਿੰਦ ਮੇਰੇ ਮਨ ਧਿਆਏ, ਗੁਰੂ ਗੋਬਿੰਦ ਮੇਰੇ ਮਨ ਧਿਆਏ, ਜਨਮ ਜਨਮ ਕੀ ਮੈਲ ਉਤਾਰੈ, ਜਨਮ ਜਨਮ ਕੀ ਮੈਲ ਉਤਾਰੈ। ਵਾਹ ਵਾਹ। ਬੰਧਨ ਕਾਟ ਹਰ ਸੰਗ ਮਿਲਾਏ, ਬੰਧਨ ਕਾਟ ਹਰ ਸੰਗ ਮਿਲਾਏ, ਗੁਰ ਗੋਬਿੰਦ ਮੇਰੇ ਮਨ ਧਿਆਏ, ਗੁਰ ਗੋਬਿੰਦ ਮੇਰੇ ਮਨ ਧਿਆਏ, ਸਤ ਸੰਗਤ ਇਹ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜੋ ਭੈਰੋ ਰਾਗ ਅੰਦਰ 1149 ਅੰਕ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਵਮਾਨ ਹੈ। ਪਾਵਨ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸੰਖੇਪ ਸ਼ਬਦਾਂ ਵਿੱਚ ਆਪਾਂ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ 'ਤੇ ਇੱਕ ਪੰਛੀ ਝਾਤ ਪਾਉਣ ਦਾ ਯਤਨ ਕਰੀਏ, ਕਿਉਂਕਿ ਜਿਹੜੇ ਦੀਵਾਨ ਹੁੰਦੇ ਨੇ ਇਹਨਾਂ ਵਿੱਚ ਤੁਸੀਂ ਮੁਕੰਮਲ ਗੁਰੂ ਪਾਤਸ਼ਾਹ ਦੀ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦੇ। ਬੁਲਾਰਾ ਬੋਲੇਗਾ, ਢਾਡੀ ਬੋਲੇਗਾ, ਤੁਸੀਂ ਸੁਣੋਗੇ, ਘਰ ਨੂੰ ਚਲੇ ਜਾਓਗੇ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਿਮਰਤੀ ਦਾ, ਸਾਡੀ ਸੁਰਤ ਦਾ ਹਿੱਸਾ ਗਿਆਨ ਬਣੇ, ਚਾਹੇ ਉਹ ਬਾਣੀ ਹੈ ਚਾਹੇ ਇਤਿਹਾਸ ਹੈ, ਉਹਦੇ ਵਾਸਤੇ ਸਾਨੂੰ ਖੁਦ ਆਪ ਪੜ੍ਹਨਾ ਪੈਣਾ ਹੈ। ਟੀਚਰ ਕਲਾਸ ਵਿੱਚ ਜਿੰਨਾ ਮਰਜ਼ੀ ਪੜ੍ਹਾ ਦੇਵੇ, ਪਰ ਜੇ ਉਹਦੇ ਵਿਸ਼ੇ ਨਾਲ ਸੰਬੰਧਿਤ ਕਿਤਾਬਾਂ ਸਟੂਡੈਂਟ ਖਰੀਦ ਕੇ ਘਰ ਲੈ ਕੇ ਨਹੀਂ ਜਾ ਕੇ ਪੜ੍ਹਦਾ, ਤਾਂ ਕਦੀ ਕਲਾਸ ਵਿੱਚ ਇਕੱਲੀ ਕਰਾਈ ਹੋਈ ਪੜ੍ਹਾਈ ਦਾ ਵਿਦਿਆਰਥੀ ਨੂੰ ਲਾਭ ਉਨਾ ਨਹੀਂ ਪਹੁੰਚੇਗਾ ਜਿੰਨਾ ਉਹ ਘਰ ਆਣ ਕੇ ਖੁਦ ਟੀਚਰ ਦੀ ਦੱਸੀ ਹੋਈ ਗੱਲ ਨੂੰ ਜਦੋਂ ਕਿਤਾਬ ਵਿੱਚੋਂ ਆਪ ਪੜ੍ਹਦਾ ਹੈ, ਵਾਰ ਵਾਰ ਉਹਦੇ 'ਤੇ ਧਿਆਨ ਦਿੰਦਾ ਹੈ, ਫਿਰ ਉਹ ਟੀਚਰ ਦੀ ਪੜ੍ਹਾਈ ਹੋਈ ਗੱਲ ਜਿਹੜੀ ਹੈ ਉਹਦਾ ਵੀ ਉਹਦੇ ਜੀਵਨ 'ਤੇ ਕੁਝ ਨਾ ਕੁਝ ਅਸਰ ਰਹਿੰਦਾ। ਇੱਦਾਂ ਹੀ ਇਹ ਸਿੱਖੀ ਦਾ ਸਕੂਲ ਹੈ। ਮੰਨ ਲਓ ਆਪਾਂ ਕੋਈ ਇਤਿਹਾਸਿਕ ਘਟਨਾ ਸੁਣਦੇ ਹਾਂ, ਤੁਸੀਂ ਵਾਰ ਵਾਰ ਪੜ੍ਹੋਗੇ ਉਹਨੂੰ ਸਮਝ ਆਏਗਾ। ਤਾਂ ਖੈਰ, ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ ਗੁਰਮਤਿ ਸਮਾਗਮ ਉਲੀਕੇ ਨੇ, ਅਤੇ ਨਾਲ ਜੂਨ 1984 ਦੇ ਸਮੁੱਚੇ ਸਿੰਘਾਂ ਦੀ, ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਦੀਵਾਨ ਰੱਖੇ ਨੇ। ਸੰਖੇਪ ਸ਼ਬਦਾਂ ਵਿੱਚ ਪਹਿਲਾਂ ਆਪਾਂ ਬਾਣੀ ਦੀ ਵਿਚਾਰ ਤੋਂ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਬਾਰੇ। ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ, ਜਿੱਥੇ ਅੱਜ ਚੁਬਾਰਾ ਸਾਹਿਬ ਜਿਸ ਨੂੰ ਅਸੀਂ ਕਹਿੰਦੇ ਹਾਂ, ਉੱਥੇ ਉਹਨਾਂ ਦਾ ਜਨਮ ਹੁੰਦਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਅਤੇ ਬੀਬੀ ਭਾਨੀ ਜੀ ਦੇ ਘਰ। ਤੀਜੇ ਥਾਂ 'ਤੇ ਨੇ ਪ੍ਰਿਥੀ ਚੰਦ ਮਹਾਂਦੇਵ ਅਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ। 63 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ, 1563 ਵਿੱਚ। 11 ਸਾਲ, ਧਿਆਨ ਨਾਲ ਸੁਣਿਓ, 11 ਸਾਲ ਉਹਨਾਂ ਨੂੰ ਆਪਣੇ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ ਨਸੀਬ ਹੋਈ ਹੈ। ਇਹ ਮੈਂ ਸ਼ਬਦ ਤਾਂ ਵਰਤੇ ਨੇ ਕਿਉਂਕਿ ਜਦੋਂ ਉਹਨਾਂ ਦਾ ਜਨਮ ਹੋਇਆ ਹੈ, ਉਦੋਂ ਗੁਰਤਾ ਗੱਦੀ 'ਤੇ ਗੁਰੂ ਅਮਰਦਾਸ ਮਹਾਰਾਜ ਨੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ 1574 ਈਸਵੀ ਵਿੱਚ ਬੈਠਦੇ ਨੇ। 1570 ਈਸਵੀ ਵਿੱਚ ਅੰਮ੍ਰਿਤਸਰ ਸ਼ਹਿਰ ਦਾ ਨੀਂਹ ਪੱਥਰ ਸਤਿਕਾਰਯੋਗ ਬਾਬਾ ਬੁੱਢਾ ਜੀ ਅਤੇ ਭਾਈ, ਜਦੋਂ ਆਪਾਂ ਪੜ੍ਹਦੇ ਹਾਂ ਬਾਬਾ ਬੁੱਢਾ ਜੀ ਅਤੇ ਭਾਈ ਜੇਠਾ ਜੀ, ਇਹ ਗੁਰੂ ਨਹੀਂ ਸੀ ਬਣੇ ਉਸ ਵਕਤ, ਇਹ ਅੰਮ੍ਰਿਤਸਰ ਸ਼ਹਿਰ ਦਾ ਨੀਂਹ ਪੱਥਰ 1570 ਈਸਵੀ ਦੇ ਵਿੱਚ ਰੱਖਿਆ। 74 ਵਿੱਚ ਉਹ ਤੁਹਾਨੂੰ ਗੁਰਤਾ ਗੱਦੀ ਮਿਲਦੀ ਹੈ। 34 ਵਿੱਚ ਗੁਰੂ ਰਾਮਦਾਸ ਮਹਾਰਾਜ ਦਾ ਜਨਮ ਹੁੰਦਾ ਹੈ, ਯਾਨੀ ਕਿ 40 ਸਾਲ ਦੀ ਉਮਰ ਹੈ ਭਾਈ ਜੇਠਾ ਜੀ ਦੀ ਜਦੋਂ ਉਹ ਗੁਰਤਾ ਗੱਦੀ 'ਤੇ ਬੈਠਦੇ ਨੇ। 63 'ਚ ਉਹਨਾਂ ਦਾ ਜਨਮ ਹੋਇਆ। ਇਹਦਾ ਮਤਲਬ ਜਦੋਂ ਗੁਰੂ ਅਰਜਨ ਸਾਹਿਬ ਦਾ ਜਨਮ ਹੁੰਦਾ ਹੈ, ਉਦੋਂ ਉਹਨਾਂ ਦੇ ਪਿਤਾ ਜੀ ਯਾਨੀ ਕਿ ਗੁਰੂ ਰਾਮਦਾਸ ਮਹਾਰਾਜ ਜੀ ਅਜੇ ਭਾਈ ਜੇਠੇ ਦੇ ਨਾਮ ਨਾਲ ਜਾਣੇ ਜਾਂਦੇ ਨੇ, ਅਜੇ ਉਹ ਗੁਰਤਾ ਗੱਦੀ 'ਤੇ ਬਿਰਾਜਮਾਨ ਨਹੀਂ ਹੋਏ। ਫਿਰ ਦੁਬਾਰਾ ਮੈਂ ਤਾਂ ਕਹਿੰਦਾ, ਇਹ ਜਿਹੜੀਆਂ ਇਤਿਹਾਸਿਕ ਗੱਲਾਂ ਹੁੰਦੀਆਂ ਨੇ, ਇੱਥੇ ਬੁਲਾਰਾ ਬੋਲੇਗਾ, ਤੁਸੀਂ ਇੱਕ ਵਾਰ ਸੁਣੀ ਨਹੀਂ ਗੱਲ ਬਣਨੀ, ਤੁਸੀਂ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ, ਪ੍ਰੋਫੈਸਰ ਸਾਹਿਬ ਸਿੰਘ ਨੇ ਬਹੁਤ ਕਮਾਲ ਦੀਆਂ ਜੀਵਨੀਆਂ ਲਿਖੀਆਂ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ, ਜਿੱਥੇ ਉਹਨਾਂ ਨੇ ਗੁਰਬਾਣੀ ਦਾ ਵਿਆਕਰਨ ਲਿਖਿਆ ਹੈ, ਗੁਰਬਾਣੀ ਦੇ ਅਰਥ ਕੀਤੇ ਨੇ, ਨਾਲ ਨੋਟ ਦਿੱਤੇ ਨੇ। ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ 10 ਪਾਤਸ਼ਾਹੀਆਂ ਦਾ ਸੰਖੇਪ ਜੀਵਨ ਵੀ ਲਿਖਿਆ ਹੈ। ਤੋ ਖੈਰ, 1563 'ਚ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ, ਜਨਮ ਹੁੰਦਾ ਹੈ, ਅਤੇ
1574 ईस्वी गुरु रामदास महाराज गुरता गद्दी ते बैठते हैं, 81 तक गुरु रामदास जी गुरदा गद्दी ते रहिंदे ने, 74 तो लैके 81 तक, यानी कि 7 साल गुरु रामदास गुरता गद्दी ते रहे। 1581 च गुरु पंजवें पातशाह जी गुरता गद्दी ते विराजमान हुंदे ने, ते इन्हां दा जिहड़ा शहीदी दिन है 1606 नूं, यानी कि गुरु रामदास गुरु अर्जन साहिब महाराज की समुची उम्र 43 साल बनती है। तुहाडे विचों कई 43 पार कर गए होने ने, कई 43 दे होणगे, कई 43 दी बॉर्डर लाइन ते होणगे, सोचियो जरूर किन्ना काम कीता होएगा तुहानूं गुरु अर्जन साहिब महाराज जी ने इन्नी उम्र काल दे विच। हुणे ही भाई साहिब बड़ियां, मैं बैठा सोच रहा सी, इह गल्लां मामूली नहीं, जे चिंतन करोगे ना, अज भैण आण के ताबिया बह के पाठ कर सकदी, अज मामूली गल लगदी है तुहानूं, अज इत्थे बच्ची साडी धी इत्थे बैठ के कीर्तन कर सकदी, अज मामूली गल लगदी है। जदों भाई सुखविंदर सिंह हुणी बोल रहे सी ते मैं बैठा सोच रहा सी, अगले मस्जिद दीआं सीढ़ियां नहीं सी चढ़ दिंदे, जदों घरों भरा नूं इदां सारा समागम हुंदा सी जनेऊ पाउण दा, ते विचारी घर दी औरत मूँह वल नहीं सी वेंदी भी इन्नियां रोटियां पक रहीयां ने, इन्ने पकवान बन रहे ने, ये कादे लई हो रहे है, भी एक साढ़े घर के बच्चे नूं अज हिंदू धर्म विच प्रवेश कराया जाने है, ते मन च ना आउंदा होएगा, धी पुछदी ना होएगी भी माँ आपां ने सानू नहीं इस धर्म विच प्रवेश करन दी आग्या होएगी, सोचियो जरूर। जदों घर च भरा खंडे दी पौ लैके आउंदा भैण दे मन च आउंदा है ना, तो कहिंदी पुत तूं वी छक सकदी है, हिंदू परिवार विच पैदा होई धी उम्र च वड्डी है, छोटे भरा नूं जदों जनेऊ पाया जांदा होएगा, तो मैं बैठा सोच रहा सी वो सवाल ना करदी होएगी, तो अगे माँ कोल की जवाब होएगा, धीए औरतां वास्ते ये जनेऊ, उच्ची बोलो, औरतों वास्ते जनेऊ नहीं है। फर्क वेखो आ है समस्या, चाहे जून 1984 की गल ला लोगे, चाहे अगलिया नूं तुहाडी आजादी खोण, जिहड़े अज डेरेदार कहिंदे ने गुरु ग्रंथ साहिब की ताबिया औरत नहीं बैठ सकती, तुसीं की समझदे हो कि उन्हां विच विपर की रूह प्रवेश नहीं कर चुकी, चाहे वह अकाल तख्त का जथेदार ही यह गल क्यों ना कहे कि औरत पाठ नहीं कर सकती, भावें कोई डेरेदारी क्यों ना कहे। मेरिया धियां बैठियां ने, मेरी भैन की उम्र दियां बैठियां ने, मंथली पीरियड आउंदा है औरत नूं, ते पता है भी जे ए, ए इस समय विचों औरत ना गुजरे वह मां नहीं बन सकती। इत्थे ऐसे ऐसे हुक्मनामे भी जारी किए गए भी औरत जिहड़ी है वह अपवित्र हुंदी है, धार्मिक स्थान पर नहीं आ सकती। कभी सोच के वेखो जिस दलदल चों किड्डी वड्डी लड़ाई, अंदाजा ला के वेखो दुनिया के, तुसीं पढ़े लिखे बैठे हो, तुसीं रिसर्च करके वेखियो, दुनिया अंदर जे औरत नाल किसी ने इंसाफ किया है ना, औरत दे दर्द नूं किसी ने समझिया है ना, तो गुरु नानक साहब दा कार है। क्रिश्चना ने बड़ी वड्डी छाल मारी है, मैं इटली विचों रोम जगह वेख के आया जिथे वो पॉप तैयार करते ने, वह भी दसते ने कि ग्रिस्ती बंदा पॉप नहीं बन सकता, उन्होंने जो ग्रिस्ती होएगा तो ग्रिस्त छड़ना पवेगा, तो ग्रिस्ती बनता औरत नाल, इहदा अर्थ उन्हें बड़ी वड्डी छाल मारी है, पर औरत दे प्रति वह भी ईमानदार नहीं है। अच्छा, महात्मा बुद्ध बच्चों ने पढ़िया होने है, पढ़े लिखे बच्चे बैठे ने, महात्मा बुद्ध ने बड़ी वड्डी छाल मारी, मूर्ति पूजा के विरुद्ध सी, पर औरत प्रति उहदी यह सोच सी, अपने भिक्षुआं नूं कहिंदा सी भीख मंगण जाना, 5 फुट तो तां निगाह तां ना चक्यो जे औरत दे चेहरे वल ध्यान पै गया तुहाडा धर्म भ्रिष्ट हो जाएगा, कितें बाबे ने इंज आखिया, कितें गुरबाणी चों तुहानूं ऐसा पढ़ लई मिलिया होवे, जदों औरत नूं लोक पैर दी जुत्ती कहिंदे सन भी औरत वधिया नहीं है, ये बागण है, बघियारन है, जोगियां वर्गियां ने ऐसियां गल्लां कहतियां, ते उन्हां समयां च बाबे ने पता की आखिया, धन गुरु नानक साहिब कहिंदे कमलिओ इस जगत विच पुरख ही इको है, इस जग मैं पुरख एक है होर सगली नार सबाई, मैं समझदा आ तुक औरत दे हक विच एडी वड्डी आवाज़ बुलंद करदी है, आपां सारे जी विस्त्रियां हाँ, इस जगत विच पुरख ही इको है, पुरख ही इको है, पर पता नहीं क्यों डेरियां नूं असीं भज भज जांदे जिथे सानूं कहा जांदा है औरत, ईवन इत्थों तक आ तुसीं सिख रहत मर्यादा पढ़ के वेखो, खंडे की पौल तैयार करन वक्त भी बीबी पंजां प्यारियां शामिल हो सकती है, पर डेरेदारां नूं ये गल्लां हजम, बोलो हुण उच्ची बोलो जी, डेरेदारां नूं ये गल्लां हजम नहीं हुंदियां, इन्हां दा वस नहीं चलता, ये विचों लैण बाहर कढ़ा देण,
ਲਿਖਿਆ ਹੈ ਆ ਤੁਸੀਂ ਇੱਥੇ ਜਿੱਥੇ ਮਰਜ਼ੀ ਜਾ ਕੇ ਹੈੱਡ ਆਫਿਸ ਤੋਂ ਉਹ ਤੁਸੀਂ ਸਿੱਖ ਰਹਿਤ ਮਰਿਆਦਾ ਦੀ ਕਾਪੀ ਪ੍ਰਾਪਤ ਕਰ, ਉਹਦੇ ਵਿੱਚ ਲਿਖਿਆ ਤੋਂ ਮੈਂ ਮਹਿਸੂਸ ਕਰ ਰਿਹਾ ਸੀ ਕਿਸ ਦਲਦਲ 'ਚੋਂ ਆ ਗੱਲ ਕਿੱਡੀ ਵਜ਼ਨਦਾਰ ਸੀ। ਐਵੇਂ ਨਹੀਂ ਸੀ ਗੱਲ ਕਿ ਮਾਤਾ ਖੀਵੀ ਜਦੋਂ ਦਾਲ ਵਰਤਾਉਂਦੀ ਹੋਏਗੀ, ਮਾਤਾ ਖੀਵੀ ਜਦੋਂ ਖੀਰ ਵਰਤਾਉਂਦੀ ਹੋਏਗੀ, ਮਰਦਾਂ 'ਤੇ ਤਾਂ ਬਰਾਬਰ ਜਾਣ ਦਾ ਅਧਿਕਾਰ ਨਹੀਂ ਸੀ। ਉਹ ਜਦੋਂ ਮਰਦ ਪੰਗਤ ਵਿੱਚ ਬੈਠੇ ਹੋਣਗੇ, ਜਦੋਂ ਪ੍ਰਸ਼ਾਦਾ ਵਰਤਾ ਰਹੀ ਹੋਏਗੀ, ਕਿੰਨਾ ਸਵੈ ਮਾਣ ਨਾਲ ਅਣਖ ਗੈਰਤ ਨਾਲ ਸਿਰ ਉੱਚਾ ਹੁੰਦਾ ਹੋਏਗਾ, ਸੋਚਿਓ ਭਲਾ। ਗੁਰੂ ਅਮਰਦਾਸ ਮਹਾਰਾਜ ਨੇ ਸਮਾਜ ਸੁਧਾਰਕ ਕੰਮ ਕੀਤੇ, ਉਹਨਾਂ ਵਿੱਚੋਂ ਇੱਕ ਇਹ ਕੰਮ ਸੀ, ਘੁੰਡ ਪ੍ਰਥਾ ਖਤਮ ਕੀਤੀ। ਔਰਤ ਇੱਦਾਂ ਪੁਰਾਣੀਆਂ ਮਾਵਾਂ ਨੂੰ ਪੁੱਛ ਕੇ ਵੇਖਿਓ, ਉਹਨਾਂ ਦੇ ਇੱਥੋਂ ਤੱਕ ਘੁੰਡ ਹੁੰਦੇ ਸਨ, ਘਰ ਵਿੱਚ ਪਤਾ ਹੀ ਨਹੀਂ ਸੀ ਹੁੰਦਾ, ਦੇਰ ਜੇਠ ਸਹੁਰੇ ਤੁਰੇ ਫਿਰਦੇ ਨੇ। ਔਰਤ ਨੂੰ, ਔਰਤ ਵਿਚਾਰੀ ਨੇ ਆਪਣਾ ਚਿਹਰਾ ਢੱਕ ਕੇ ਰੱਖਣਾ, ਇਹ ਐਵੇਂ ਨਹੀਂ ਸੀ ਗੱਲ, ਇਹ ਸਤਿਕਾਰ ਨਹੀਂ ਸੀ, ਗੁਲਾਮੀ ਦਾ ਅਹਿਸਾਸ ਸੀ ਕਿ ਤੂੰ ਚਿਹਰਾ ਢੱਕ ਕੇ ਰੱਖ, ਅਸੀਂ ਆਪਣਾ ਚਿਹਰਾ ਨੰਗਾ ਰੱਖਾਂਗੇ। ਕਿਉਂ? ਔਰਤ ਦੇ ਚਿਹਰੇ ਵੱਲ ਵੇਖਾਂਗੇ ਤਾਂ ਸਾਡੇ ਮਨ 'ਚ ਮੈਲ ਆਏਗੀ। ਇਹਦਾ ਮਤਲਬ ਬੰਦਾ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਦਾ, ਔਰਤ ਨੂੰ ਢੱਕਣ ਲਈ ਮਜ, ਇਹ ਤਾਂ ਇੱਦਾਂ ਹੋ ਗਿਆ ਵੀ ਬੰਦੇ ਨੂੰ ਸ਼ੂਗਰ ਹੈ, ਆਪਣੇ ਮੂੰਹ 'ਤੇ ਕੰਟਰੋਲ ਨਹੀਂ ਕਰ ਸਕਿਆ, ਕਹਿੰਦਾ ਘਰ 'ਚ ਕੋਈ ਮਿੱਠਾ ਨਹੀਂ ਲੈ ਕੇ ਆਏਗਾ, ਉਹ ਭਲਿਆ ਤੇਰਾ ਕੰਟਰੋਲ ਹੋਣਾ ਚਾਹੀਦਾ, ਤੇਰੇ ਸਾਹਮਣੇ ਭਾਵੇਂ ਜਲੇਬ ਅਤੇ ਗੁਲਾਬ ਜਾਮਣ ਪਏ ਹੋਣ, ਤੇਰਾ ਆਪਣੇ ਆਪ 'ਤੇ ਕੰਟਰੋਲ ਚਾਹੀਦਾ। ਗੁਰੂ ਸਾਹਿਬ ਨੇ ਬੰਦੇ ਨੂੰ ਆਪਣੇ ਆਪ 'ਤੇ ਕੰਟਰੋਲ ਕਰਨਾ ਸਿਖਾਇਆ, ਉਹ ਇਹ ਨਹੀਂ ਆਖਿਆ ਚੀਜ਼ਾਂ ਨਹੀਂ ਹੋਣੀ, ਕਿਤੇ ਸਭ ਕੁਝ ਹੋਵੇ। ਭਾਈ ਗੁਰਦਾਸ ਦੀ ਤੁੱਕ ਪੜ੍ਹੋ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ, ਅੱਗੇ ਕੀ ਹੈ, ਪਰਾਈਆਂ ਸ਼ਬਦ ਵਰਤਿਆ, ਆਪਣੀਆਂ ਵੱਲ ਵੇਖ ਕੇ ਤਾਂ ਵਿਕਾਰ ਆਉਂਦੇ ਹੀ ਨਹੀਂ, ਆਉਂਦੇ ਆ ਪਰਾਈਆਂ ਵੱਲ ਵੇਖ ਕੇ ਆਉਂਦੇ, ਪਰ ਇਹ ਵੀ ਸ਼ਬਦ ਵਰਤਿਆ, ਹੁਣ ਵੀ ਚੰਗੀਆਂ ਰੱਜ ਕੇ ਸੁਨੱਖੀਆਂ ਹੋਣ, ਪਰ ਤਿੰਨ ਰਿਸ਼ਤੇ ਕਾਇਮ ਕਰ ਲਾ, ਵੱਡੀ ਹੈ ਅਤੇ ਕਹਿ ਇੱਦਾਂ ਦੀ ਮੇਰੀ ਚਾਚੀ ਵੀ ਹੈ ਘਰ, ਇੱਦਾਂ ਦੀ ਮੇਰੀ ਮਾਂ ਵੀ ਹੈ, ਇੱਦਾਂ ਦੀ ਮੇਰੀ ਭੂਆ ਵੀ ਹੈ, ਇੱਦਾਂ ਦੀ ਮੇਰੀ ਮਾਸੀ ਵੀ ਹੈ, ਬਰਾਬਰ ਦੀ ਹੈ ਅਤੇ ਕਹਿ ਇੱਦਾਂ ਦੀ ਮੇਰੇ ਚਾਚੇ ਦੀ ਬੇਟੀ ਵੀ ਹੈ, ਇੱਦਾਂ ਦੀ ਮੇਰੀ ਭੈਣ ਵੀ ਹੈ, ਇੱਦਾਂ ਦੀ ਮੇਰੀ ਮਾਸੀ ਦੀ ਬੇਟੀ ਵੀ ਹੈ, ਵੇਖ ਕੇ ਕਹਿ ਇੱਦਾਂ, ਇੱਦਾਂ ਦੀ ਮੇਰੀ ਧੀ ਵੀ ਹੈ। ਜੇ ਚੀਜ਼ ਸੁਰਤ ਵਿੱਚ ਬਹਿ ਜੂ, ਰੇਪ ਵਰਗੀਆਂ ਘਟਨਾਵਾਂ ਵਾਪਰਨਗੀਆਂ, ਸਾਧ ਸੰਗਤ ਬਲਾਤਕਾਰ ਹੋਣਗੇ। ਗੁਰੂ ਸਾਹਿਬ ਨੇ ਕਿੰਨੇ ਸੌਖੇ ਹੱਲ ਦਿੱਤੇ ਸੀ ਇੱਥੇ ਜੀ, ਸਾਡੇ ਬਾਬਾ ਜੀ ਔਰਤ ਦੇ ਮੱਥੇ ਨਹੀਂ ਲੱਗਦੇ, ਕਿਉਂ? ਤੁਹਾਡੇ ਬਾਬਾ ਜੀ ਪੈਰਾਸੂਟ ਨਾਲ ਸਿੱਧੇ ਉਤਰੇ ਨੇ, ਇਹ ਕਿਹੜੀ ਸਿੱਖੀ ਹੈ ਜਿਹੜੀ ਸਾਡੇ 'ਤੇ ਅਸੀਂ ਲੱਦੀ ਜਾ ਰਹੀ ਹੈ? ਇਹ ਤੁਹਾਨੂੰ ਜਾਗਣਾ ਪੈਣਾ, ਸੁਚੇਤ ਹੋਣਾ ਪੈਣਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਸਿੱਖੀ ਨਹੀਂ ਜਿਹੜੇ ਸਾਡੇ 'ਚ ਥੋਪੀ ਜਾ ਰਹੀ ਹੈ, ਜਿਹੜੀ ਸਾਡੇ ਅੰਦਰ ਪਾਈ ਜਾ ਰਹੀ ਹੈ। ਗੁਰੂ ਸਾਹਿਬ ਨੇ ਹੱਕਾਂ ਦੀ ਰਾਖੀ ਕਰਨੀ ਸਾਨੂੰ ਸਿਖਾਇਆ ਸੀ, ਜਿਹੜੀ ਸਾਡੇ ਵਿੱਚ ਅੱਜ ਘਸੋੜੀ ਜਾ ਰਹੀ ਹੈ। 43 ਸਾਲ ਦੀ ਆਰਜ਼ੂ 'ਚ ਗੁਰੂ ਅਰਜਨ ਸਾਹਿਬ ਦੇ ਕਿਹੜੇ ਐਸੇ ਕੰਮ ਸੀ ਜਿਹੜੇ ਸਮੇਂ ਦੇ ਰਾਜਿਆਂ ਨੂੰ ਅਤੇ ਅਖੌਤੀ ਧਾਰਮਿਕ ਲੋਕਾਂ ਨੂੰ ਚੁਭੇ ਹੋਣਗੇ, ਜਿਸ ਕਰਕੇ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ 'ਤੇ ਬਹਿਣਾ ਪਿਆ? ਸੋਚਿਓ ਜ਼ਰੂਰ ਕਿਹੜੇ ਕੰਮ ਹੋਣਗੇ, ਗੰਭੀਰਤਾ ਨਾਲ ਸੋਚ ਕੇ ਵੇਖਿਓ। ਜਿਸ ਜੂਨ 1984 ਦਾ ਸੀਨ ਪੜ੍ਹੋਗੇ, ਤੋ ਜਿੰਨੇ ਵੀ ਦਰਬਾਰ ਹੁਣ ਇਹ ਦਰਬਾਰ ਸਾਹਿਬ ਦਾ ਜਿੰਨਾ ਸਰੋਵਰ ਹੈ, ਇਹਦੇ 'ਤੇ ਜਿੰਨੇ ਹਮਲੇ ਪਹਿਲਾਂ ਹੋਏ, ਬਾਹਰੋਂ ਆਏ ਵਿਦੇਸ਼ੀ ਹਮਲਾਵਰਾਂ ਨੇ ਕੀਤੇ। ਇਹ ਪਹਿਲੀ ਵਾਰ ਹੋਇਆ ਸੀ ਕਿ ਇਸ ਦੇਸ਼ ਦੀ ਜਿਹੜੀ ਆਰਮੀ ਫੌਜ ਹੈ ਉਹਨੇ ਹਮਲਾ ਕੀਤਾ ਸੀ। ਅਤੇ ਚਲੋ ਮੰਨਿਆ ਜੀ, ਜਿਹੜੇ ਆਮ ਵਿਰੋਧੀ ਨੇ ਉਹ ਕਹਿੰਦੇ ਜੀ ਉਗਰਵਾਦੀ ਹੈ ਜੀ, ਅੱਤਵਾਦੀ, ਇਹ ਸ਼ਬਦ ਬੋਲਦੇ ਨੇ। 3 ਮਹੀਨੇ ਦਾ ਬੱਚਾ ਵੀ ਅੱਤਵਾਦੀ ਸੀ? ਬੋਲੋ ਸਾਧ ਸੰਗਤ, ਤੁਹਾਡੇ 'ਚ ਕੋਈ ਪੱਤਰਕਾਰ ਵੀ ਬੈਠਾ ਹੋਵੇਗਾ, 3 ਮਹੀਨੇ ਦਾ ਬੱਚਾ ਵੀ ਅੱਤਵਾਦੀ ਹੋ ਸਕਦਾ? ਦੁੱਧ ਪੀਂਦਾ ਬੱਚਾ ਵੀ ਅੱਤਵਾਦੀ ਹੋ ਸਕਦਾ? ਅੱਜ ਤੋਂ ਮੇਰੇ ਖਿਆਲ 'ਚ ਕੁਝ ਸਾਲ ਪਹਿਲਾਂ ਹਰਿਆਣੇ 'ਚ ਇੱਕ ਬੱਚਾ ਡਿੱਗਾ ਸੀ ਨਾ, ਪ੍ਰਿੰਸ ਨਾਂ ਦਾ, ਖੂਹ ਦੇ ਬੋਰ 'ਚ, ਪੜ੍ਹੀ ਸੀ ਨਾ ਖਬਰ ਤੁਸੀਂ, ਪ੍ਰਿੰਸ ਨਾਂ ਦਾ ਬੱਚਾ ਖੂਹ ਦੇ ਬੋਰ 'ਚ ਡਿੱਗ ਪਿਆ। ਉਹਨੂੰ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਉਹਨੂੰ ਕੱਢਿਆ ਗਿਆ ਲਾਈਵ, ਸਾਰਾ ਮੀਡੀਆ ਉੱਥੇ ਇਕੱਠਾ ਹੋ ਗਿਆ। ਇਸ ਦੇਸ਼ ਦੀ ਆਰਮੀ ਨੇ ਦਿਨ ਰਾਤ ਇਹ ਕਰ ਦਿੱਤਾ, ਦੇਸ਼ ਦਾ ਰਾਸ਼ਟਰਪਤੀ ਲਾਈਵ ਵੇਖ ਰਿਹਾ ਉਸ ਸੀਨ ਨੂੰ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਉਸ ਬੱਚੇ ਨੂੰ ਉਸ ਬੋਰ 'ਚੋਂ ਜਿੰਦਾ ਬਾਹਰ ਕੱਢਿਆ ਗਿਆ। ਉਸ ਬੱਚੇ ਨਾਲ ਸਾਡੀ ਹਮਦਰਦੀ ਹੈ, ਬੱਚਾ ਕਿਸੇ ਦਾ ਵੀ ਹੋਵੇ, ਬੱਚੇ ਸਾਂਝੇ ਹੁੰਦੇ ਨੇ, ਕਿਉਂਕਿ ਜਦੋਂ ਸਾਨੂੰ ਅਕਾਲ ਪੁਰਖ ਨੇ ਸਿੱਖਿਆ ਦਿੱਤੀ ਹੈ, ਹਮਦਰਦੀ ਹਰ ਇੱਕ ਦੀ ਹੋਣੀ ਚਾਹੀਦੀ ਹੈ, ਵੀ ਬੱਚੇ ਨੂੰ ਆਂਚ ਨਾ ਆਵੇ। ਬੜਾ ਵਧੀਆ ਕੰਮ ਕੀਤਾ ਦੇਸ਼ ਦੀ ਆਰਮੀ ਨੇ, ਦੇਸ਼ ਦਾ ਰਾਸ਼ਟਰਪਤੀ ਲਾਈਵ ਵੇਖ ਰਿਹਾ। ਪਰ ਇੱਕ ਅਫਸੋਸ ਹੋਇਆ, ਇੱਕ ਪ੍ਰਿੰਸ ਨਾਂ ਦੇ ਬੱਚੇ ਨੂੰ ਕੱਢਣ ਲਈ ਇੰਨੇ ਘੰਟਿਆਂ ਦੀ ਮਿਹਨਤ ਲਾਈ ਗਈ, ਪ੍ਰਿੰਸ ਤੋਂ ਵੀ ਛੋਟੇ ਬੱਚੇ ਹੋਣਗੇ ਜਿਹੜੇ ਦਰਬਾਰ ਸਾਹਿਬ ਦੀਆਂ ਪਰਿਕਰਮਾਂ 'ਚ ਲੱਤੋਂ ਫੜ ਫੜ ਕੇ ਕੰਧਾਂ ਨਾਲ ਮਾਰ ਮਾਰ ਕੇ ਸ਼ਹੀਦ ਕੀਤੇ ਹੋਣਗੇ।
ਉਦੋਂ ਆਰਮੀ ਨੂੰ ਕੀ ਹੋ ਗਿਆ? ਇਹ ਡਬਲ ਚਿਹਰਾ ਫਰਕ ਕੀ ਸੀ ਵੀ ਉਹਨਾਂ ਬੱਚਿਆਂ ਦੇ ਨਾਂ ਦੇ ਮਾਂ ਬਾਪ ਦੇ ਨਾਲ ਕਿਤੇ ਸਿੰਘ ਅਤੇ ਕੌਰ ਸ਼ਬਦ ਲੱਗਦਾ ਹੋਏਗਾ? ਸਮੱਸਿਆ ਹੈ ਜਿਹੜਾ ਵਿਪਰ ਬੈਠਾ ਹੈ ਨਾ, ਉਹਨੂੰ ਤੁਹਾਡੀ ਗੱਲ ਚੰਗੀ ਨਹੀਂ ਲੱਗਦੀ, ਭਾਵੇਂ ਉਹ ਡੇਰੇਦਾਰ ਦੇ ਰੂਪ 'ਚ ਬੈਠਾ ਹੈ। ਆਰ ਐੱਸ ਐੱਸ ਕੀ ਹੈ? ਕਈ ਕਹਿਣਗੇ ਜੀ ਇਹ ਆਰ ਐੱਸ, ਉਹ ਭਲੇ ਉਹ ਕੰਮ ਪਛਾਣੋ ਕਿਹਨਾਂ ਦੇ ਆਰ ਐੱਸ ਐੱਸ ਨਾਲ ਮੇਲ ਖਾਂਦੇ ਨੇ। ਉਹ ਅਗਲੇ ਮੂਰਤੀਆਂ ਦੀਆਂ ਆਰਤੀਆਂ ਕਰਦੇ ਨੇ, ਤੁਹਾਡੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਅਗਲਿਆਂ ਨੇ ਆਰਤੀਆਂ ਕਰਾ ਛੱਡੀਆਂ। ਕੰਮ ਪਛਾਣੋ ਨਾ, ਕੰਮਾਂ ਨੂੰ ਮੈਚਿੰਗ ਕਰਕੇ ਵੇਖੋ ਕਿਹਨਾਂ ਨਾਲ ਰਲਦੇ ਨੇ। ਉਹ ਮੰਦਰਾਂ ਦੇ ਬਾਹਰ ਨਾਰੀਅਲ ਪਾਉਂਦੇ ਨੇ, ਤੁਹਾਡੇ ਕੋਲੋਂ ਅਗਲੇ ਬੱਕਰੇ ਚੜਵਾ ਕੇ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਹੀ। ਕੰਮ ਪਛਾਣੋ ਨਾ, ਉਹ ਮੰਦਰ ਵਿੱਚ ਨਾਰੀਅਲ ਲੈ ਕੇ ਜਾਂਦੇ ਨੇ, ਤੁਹਾਡਾ ਮਹਾਰਾਜ ਦੇ ਸਰੂਪ ਦੇ ਲਾਗੇ ਖੰਡ ਪਾਠ ਨਾਰੀਅਲ ਤੋਂ ਬਿਨਾਂ ਨਹੀਂ ਹੁੰਦਾ। ਕੰਮ ਤਾਂ ਗਿਣੋ ਨਾ ਤੁਸੀਂ, 15-20 ਕੰਮ ਇਕੱਠੇ ਕਰਕੇ ਵੇਖ ਲਓ, 15-20 ਕੰਮ ਕਰ ਲਓ ਸੇਮ ਹੀ, ਤਾਂ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਉਹ ਕਹਿੰਦੇ ਇਹ ਸਾਡੇ ਵਰਗੇ ਹੀ ਨੇ। ਕੰਮਾਂ ਕਰਕੇ ਸਾਰੇ ਬੋਲੋ ਜੀ ਸਾਡੇ ਵਰਗੇ ਹੀ ਨੇ। ਤਾਂ ਫਿਰ ਗੱਲ ਨੂੰ ਸਮਝਿਓ, ਮਹਾਰਾਜ ਦੇ ਸਰੂਪ ਦੀਆਂ ਘਟਨਾਵਾਂ ਵਾਪਰੀਆਂ, ਕਿੰਨਾ ਕੁਝ ਵਾਪਰ ਚੁੱਕਾ ਹੈ। ਤਾਂ ਇਹ ਅਗਲਿਆਂ ਨੇ ਦਿਨ ਵੀ ਤਾਂ ਚੁਣਿਆ ਸੀ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਹੈ, ਆਮ ਸੰਗਤ ਗਈ ਹੈ ਉੱਥੇ ਨਮਸਕਾਰ ਕਰਨ ਵਾਸਤੇ, ਸਾਰਿਆਂ ਨੂੰ ਇੱਦਾਂ ਮੌਤ ਦੇ ਘਾਟ ਉਤਾਰ ਦਿਓ। ਤਾਂ ਇਹਨਾਂ ਨਾਨਾਵਤੀ ਕਮਿਸ਼ਨ ਬੈਠਾ, ਕਿੰਨੇ ਕਿੰਨੇ ਕਮਿਸ਼ਨ ਬੈਠੇ, ਇਨਸਾਫ ਮਿਲਿਆ? ਨਹੀਂ ਮਿਲਣਾ, ਉਹਦੇ ਪਿੱਛੇ ਵਜ੍ਹਾ ਇੱਕ, ਨਹੀਂ ਮਿਲਣਾ। ਪਤਾ ਕਿਉਂ ਨਹੀਂ ਮਿਲਣਾ? ਕਿਉਂਕਿ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜੋ ਧਿਆਨ ਨਾਲ, ਰਾਜਾ ਨਿਆਉ ਕਰੇ ਹੱਥ ਹੋਏ। ਹੁਣ ਪਿੰਡ ਵਿੱਚ ਸਰਪੰਚ ਕੋਲੋਂ ਇਨਸਾਫ ਮੰਗੋ ਤੁਸੀਂ, ਜੇ ਤੇ ਸਰਪੰਚ ਹੋਇਆ ਇਨਸਾਨ ਚੰਗਾ, ਫਿਰ ਉਹਨੇ ਕਹਿਣਾ ਨਾ ਭਾਵੇਂ ਤੂੰ ਮੇਰਾ ਦੋਸਤ ਹੈ ਨਾ, ਉਹ ਜਿਹੜਾ ਬੰਦਾ ਹੈ ਨਾ ਉਹ ਮੈਨੂੰ ਜਾਣਦਾ ਨਹੀਂ, ਉਹ ਵਿਰੋਧੀ ਪਾਰਟੀ ਦਾ, ਪਰ ਇਨਸਾਫ ਦੇ ਤੌਰ 'ਤੇ ਆਹ ਜਿਹੜੀ ਜਗ੍ਹਾ ਹੈ ਉਹਦੀ ਬਣਦੀ ਹੈ। ਭਾਵੇਂ ਤੂੰ ਮੇਰਾ, ਕਈ ਵਾਰੀ ਇੱਦਾਂ ਹੁੰਦਾ ਨਾ ਪਾਰਟੀਬਾਜ਼ੀਆਂ 'ਚ ਵੀ ਤੂੰ ਵੋਟ ਪਾਉਣ ਵਾਲੇ ਬੰਦਾ, ਤਾਂ ਇੱਕ ਹੁੰਦਾ ਜਿਹੜਾ ਵਿਰੋਧੀ ਹੈ, ਉਹ ਕਹਿੰਦਾ ਮੈਨੂੰ ਪਤਾ ਵੀ ਉਹ ਵਿਰੋਧੀ, ਉਹਨੇ ਮੈਨੂੰ ਵੋਟ ਨਹੀਂ ਪਾਈ, ਪਰ ਆਹ ਜਿਹੜੀ ਜਗ੍ਹਾ ਦਾ ਤੂੰ ਮੇਰੇ ਕੋਲ ਲੈ ਕੇ ਆਇਆ ਨਾ ਕੇਸ, ਇਸ ਮੁੱਦੇ 'ਤੇ ਮੈਂ ਤੇਰੇ ਪਿੱਛੇ ਨਹੀਂ ਤੁਰਾਂ, ਕਿਉਂਕਿ ਮੈਨੂੰ ਪਤਾ ਵੀ ਇਹ ਜਾਇਦਾਦ ਤਾਂ ਉਹਦੀ ਹੈ, ਜ਼ਮੀਨ ਤਾਂ ਉਹਦੀ ਹੈ, ਮੈਂ ਤੇਰੇ ਪਿੱਛੇ ਝੂਠੀ ਗਵਾਹੀ ਕਿੱਦਾਂ ਦੇ ਦੇਵਾਂ? ਜੇ ਤਾਂ ਇਨਸਾਨ ਹੋਏਗਾ, ਉਹਦੇ ਅੰਦਰ ਇਨਸਾਨੀਅਤ ਹੋਈ, ਅਤੇ ਜੇ ਉਹਨੇ ਇਹ ਵੇਖਣਾ ਵੀ ਇੱਥੋਂ ਮੈਨੂੰ ਕੁਝ ਮਿਲਣਾ ਜਾਂ ਇਹ ਮੇਰੀ ਪਾਰਟੀ ਦਾ ਬੰਦਾ ਹੈ, ਫਿਰ ਇਨਸਾਫ ਦੀ ਆਸ ਨਾ ਰੱਖੋ। ਇੱਦਾਂ ਤੁਸੀਂ ਰਾਜਿਆਂ ਕੋਲ ਚਲ ਜਾਓ, ਅਦਾਲਤਾਂ ਦੀ ਗੱਲ ਕਰ ਲਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰਾਜਾ ਨਿਆਉ ਕਰੇ, ਰਾਜਾ ਵੀ ਤਾਂ ਇਨਸਾਫ ਤਾਂ ਕਰੂ ਹੱਥ ਹੋਏ। ਜੇ ਉਹਦੇ ਹੱਥ ਵਿੱਚ ਕੋਈ ਤੁਸੀਂ ਦਿਓਗੇ, ਉਹਨੂੰ ਰਿਸ਼ਵਤ ਦਿਓਗੇ, ਪੈਸਾ ਦਿਓਗੇ, ਤਾਂ ਤੁਹਾਡੇ ਹੱਕ ਵਿੱਚ ਫੈਸਲਾ ਕਰ ਦਿਓ। ਕਹੇ ਖੁਦਾਏ ਨਾ ਮਾਨੇ ਕੋਈ, ਜਿੰਨੇ ਮਰਜ਼ੀ ਰੱਬ ਦੇ ਵਾਸਤੇ ਪਾਈ ਜਾਓ, ਕਹੀ ਜਾਓ ਹਾਏ ਤੈਨੂੰ ਖੁਦਾ ਦਾ ਵਾਸਤਾ, ਹਾਏ ਤੈਨੂੰ ਰੱਬ ਦਾ ਵਾਸਤਾ। ਜਿਨ੍ਹਾਂ ਬੰਦਿਆਂ ਨੇ ਮਿਸ਼ਨ ਹੀ ਆਪਣਾ ਜਾਇਦਾਦ ਬਣਾਉਣਾ ਰਿਖ ਲਿਆ ਨਾ, ਉਹਨਾਂ ਵਾਸਤੇ ਰੱਬ ਕੋਈ ਚੀਜ਼ ਨਹੀਂ, ਉਹਨਾਂ ਵਾਸਤੇ ਅੱਲਾਹ, ਵਾਹਿਗੁਰੂ, ਰਾਮ, ਇਹ ਸ਼ਬਦ ਕੋਈ ਅਹਿਮੀਅਤ ਨਹੀਂ ਰੱਖਦੇ। ਜਿਨ੍ਹਾਂ ਨੇ ਬਰਬਾਦ ਕਰਨ, ਜਿਨ੍ਹਾਂ ਨੇ ਸਿਰਫ ਆਪਣਾ ਢਿੱਡ ਅੱਗੇ ਰੱਖ ਲਿਆ, ਆਪਣੇ ਪਰਿਵਾਰ ਅੱਗੇ ਰੱਖ ਲਏ ਨੇ, ਉਹਨਾਂ 'ਤੇ ਇਹਨਾਂ ਚੀਜ਼ਾਂ ਦਾ 1% ਵੀ ਅਸਰ ਨਹੀਂ ਹੋਏਗਾ, ਇਹ ਗੱਲ ਪੱਕੀ ਹੈ। ਗੁਰੂ ਸਾਹਿਬ ਨੇ ਤਾਂ ਬਹੁਤ ਪਹਿਲਾਂ ਇਹ ਗੱਲ ਲਿਖ ਦਿੱਤੀ, ਪਾਤਸ਼ਾਹ ਨੇ ਗੱਲਾਂ ਕਹਿ ਦਿੱਤੀਆਂ ਵੀ ਗੁਰੂ ਸਾਹਿਬ ਦਾ ਇਹ ਸਿਧਾਂਤ ਇਸੇ ਕਰਕੇ। ਹੁਣ ਜਦੋਂ ਗੱਲ ਚੱਲ ਰਹੀ ਸੀ ਵੀ ਰਾਜੇ ਸ਼ੀਂ ਮੁਕੱਦਮ ਕੁੱਤੇ, ਹੁਣ ਆਪਾਂ ਆਮ ਕਹਿੰਦੇ ਨਾ ਵੀ ਗੁਰੂ ਸਾਹਿਬ ਵੇਖੋ ਰੱਬ ਨਾਲ ਜੋੜਨ ਆਏ ਸੀ, ਉਹ ਤਾਂ ਰੱਬ ਦੇ ਭਗਤ ਸੀ, ਉਹ ਤਾਂ ਬਹੁਤ ਮਿੱਠੀ ਵਿਚਾਰ ਸੰਸਾਰ ਨੂੰ ਦਿੰਦੇ ਸੀ, ਇੱਦਾਂ ਕਹਿੰਦੇ ਆਪਾਂ। ਜੇ ਉਹ ਸੱਚੀ ਰੱਬ ਦੀ ਗੱਲ ਕਰਨ ਆਏ ਸੀ, ਰਾਜਿਆਂ ਨੂੰ ਕੁੱਤੇ ਕਹਿਣ ਦੀ ਕੀ ਲੋੜ ਪੈ ਗਈ? ਰਾਜੇ ਸ਼ੀਂ ਮੁਕੱਦਮਾ ਨੂੰ ਕੁੱਤੇ ਕਹਿਣ ਦੀ ਕੀ ਲੋੜ ਪੈ ਗਈ? ਮਾਣਸ ਖਾਣੇ ਕਰੇ, ਬੋਲੋ ਮਾਣਸ ਖਾਣੇ, ਇਹ ਰੱਬ ਦੀ ਭਗਤੀ 'ਚ ਕਿੱਥੋਂ ਆ ਗਿਆ? ਉਹ ਤਾਂ ਰੱਬ ਦੀ ਭਗਤੀ ਕਰਨ ਆਏ ਸੀ, ਜਿਹੜੇ ਰੱਬ ਦੀ ਗੱਲ ਕਰਨ ਆਏ ਹੋਣ ਉਹਨਾਂ ਨੂੰ ਆਹ ਗੱਲ ਕਹਿਣ ਦੀ ਲੋੜ ਸੀ ਭਲਾ ਵੀ ਬੱਗਾਂ ਬੱਗੇ ਕੱਪੜੇ, ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ, ਇਹ ਕਹਿਣ ਦੀ ਕਿਉਂ ਲੋੜ ਪਈ? ਇਹਦਾ ਅਰਥ ਰੱਬ ਰਹਿੰਦਾ ਕਿੱਥੇ ਹੈ? ਰੱਬ ਤਾਂ ਮਨੁੱਖਤਾ 'ਚ ਰਹਿੰਦਾ, ਅਤੇ ਮਨੁੱਖਤਾ ਦੀ ਗੱਲ ਕਰਨੀ ਹੀ ਰੱਬ ਦੀ ਭਗਤੀ ਹੈ। ਰੱਬ ਰਹਿੰਦਾ ਕਿੱਥੇ, ਕਿੱਥੇ ਰਹਿੰਦਾ ਜੀ? ਬੋਲੋ ਸਾਧ ਸੰਗਤ, ਬੋਲੋ ਸਾਧ ਸੰਗਤ ਜੀ, ਰੱਬ ਜੀ ਕਿੱਥੇ ਰਹਿੰਦੇ ਨੇ ਜੀ? ਸਾਡੇ ਵਿੱਚ,
ਤੇ ਸਾਡੀ ਜਿਹੜਾ ਗੱਲ ਕਰੇਗਾ ਸਨ ਇਨਸਾਫ ਦੀ ਗੱਲ ਕਰੇਗਾ ਹੱਕਾਂ ਦੀ ਗੱਲ ਕਰੇਗਾ ਇਹੋ ਹੀ ਤੇ ਰੱਬ ਦੀ ਗੱਲ ਕਰਨੀ ਹੈ। ਤੇ ਜਿਹੜਾ ਕਵੇ ਇਹਨਾਂ ਨੂੰ ਲੁੱਟ ਲਓ ਉੱਥੇ ਜਾ ਕੇ ਮੱਥਾ ਟੇਕ ਕੇ ਕਹੋ ਮਾਲਕ ਜੀ, ਇਹੋ ਕੰਮ ਹੀ ਤੇ ਕਾਜ਼ੀ ਕਰਦੇ ਸੀ। ਗੁਰੂ ਸਾਹਿਬ ਮੱਕੇ ਕੀ ਲੈਣ ਗਏ? ਜਿਹੜੇ ਕਾਜ਼ੀ ਬਾਹਰੋਂ ਆਏ ਹਮਲਾਵਰਾਂ ਦੇ ਹੱਕ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਸੀ, ਕਹਿੰਦੇ ਕਮਲਿਓ ਆਹ ਕੀ ਪੁੱਠੇ ਕੰਮ ਕਰਦੇ ਹੋ, ਤੁਹਾਨੂੰ ਪਤਾ ਕਿੰਨਾਂ ਦੇ ਹੱਕ ਵਿੱਚ ਖਲੋਤੇ ਹੋ ਤੁਸੀਂ ਜਿਨ੍ਹਾਂ ਨੇ ਸਮਾਜ ਨੂੰ ਨਿਚੋੜ ਦਿੱਤਾ ਹੈ? ਕਿੱਧਰ ਤੁਸੀਂ ਤੁਰੇ ਫਿਰਦੇ ਹੋ? ਅੱਜ ਕੀ ਹੋ ਰਿਹਾ ਜਿਨ੍ਹਾਂ ਤੋਂ ਸਾਨੂੰ ਸਾਡੇ ਬਾਬਾ ਜੀ ਕੋਲ ਤਾਂ ਵੱਡੇ ਵੱਡੇ ਲੀਡਰ ਆਉਂਦੇ ਨੇ ਅਤੇ ਫਿਰ ਬਾਬਾ ਜੀ ਲੀਡਰ ਨੂੰ ਕਹਿੰਦੇ ਕਿਉਂ ਨਹੀਂ ਜੀ ਨਸ਼ਾ ਬੰਦ ਕਰਾਓ? ਬੋਲੋ ਜੀ, ਉਹ ਕਹਿੰਦੇ ਕਿਉਂ ਨਹੀਂ ਜੀ ਆਹ ਜੋ ਕ੍ਰਾਈਮ ਹੋ ਰਿਹਾ ਬੇਈਮਾਨੀਆਂ ਬੰਦ, ਕਿਉਂ ਮਾਵਾਂ ਦੇ ਪੁੱਤ ਮਰਦੇ ਨੇ? ਤੁਹਾਡੇ ਬਾਬਾ ਜੀ 'ਤੇ ਪਹੁੰਚ ਹੀ ਬੜੀ, ਅਸੀਂ ਤਾਂ ਕਹਿੰਦੇ ਨਹੀਂ ਵੀ ਸਾਨੂੰ ਆਣ ਕੇ ਲੀਡਰ ਮੱਥਾ ਟੇਕਦੇ, ਤੁਸੀਂ ਤਾਂ ਕਹਿੰਦੇ ਸਾਡੇ ਬਾਬਾ ਜੀ ਨੂੰ ਤਾਂ ਲੀਡਰ ਵੀ ਪੁੱਛ ਕੇ ਤੁਰਦਾ ਹੈ, ਕਿਤੇ ਅੰਦਰੋਂ ਰਲੇ ਤਾਂ ਨਹੀਂ? ਓਵਰਆਲ ਗੱਲ ਕਰਦਾ ਭਾਵੇਂ ਲੀਡਰ ਕਾਂਗਰਸ ਦਾ ਹੋਵੇ ਅਤੇ ਭਾਵੇਂ ਅਕਾਲੀਆਂ ਦਾ ਹੋਵੇ, ਕਿਉਂਕਿ ਮੈਂ ਕਿਸੇ ਧੜੇ ਦਾ ਪ੍ਰਚਾਰਕ ਨਹੀਂ ਹਾਂ, ਓਵਰਆਲ ਗੱਲ ਕਰਦਾ। ਕਦੀ ਐਸਾ ਤਾਂ ਨਹੀਂ ਵੀ ਅੰਦਰੋਂ ਸਾਰੇ ਰਲੇ ਹੋਏ ਨੇ, ਇਹ ਗੇਮ ਪਲੇ ਹੋ ਰਿਹਾ ਵੀ ਸਾਨੂੰ ਬਰਬਾਦ ਕਰਨ ਅਗਲਿਆਂ ਨੇ, ਰਲ ਕੇ ਸਮਝਣਾ ਪਵੇਗਾ ਸਾਨੂੰ, ਜਿਹੜਾ ਚਾਰ ਨਾਰੇ ਮਾਰ ਜਾਵੇ ਸਾਡੇ ਅਸੀਂ ਕਹਿੰਦੇ ਬੱਲੇ 'ਤੇ ਬੜਾ ਪੰਥਕ ਹੈ ਵੀ ਤਗੜਾ ਪੰਥਕ ਹੈ। ਜਿਹੜਾ ਸ਼ਰਿਆਂ ਪਹਿਲਾਂ ਨਸ਼ੇ ਵਰਤਾਉਂਦਾ ਸਾਡੇ ਘਰ ਮੌਤ ਹੋ ਜਾਂਦੀ ਹੈ, ਉਹ ਮੈਗ ਫੜ ਕੇ ਬੋਲਦਾ ਵੇਖੋ ਜੀ ਜਵਾਨੀ ਨੂੰ ਨਸ਼ਿਆਂ ਨੇ ਖਾ ਲਿਆ, ਵਿੱਚੇ ਬੈਠੇ ਹੁੰਦੇ ਨੇ ਵੀ ਇਹੋ ਹੀ ਤਾਂ ਪੇਟੀਆਂ ਦੇ ਕੇ ਗਿਆ ਸੀ ਵੰਡਣ ਲਈ ਸਾਨੂੰ, ਉਹ ਵੀ ਸਿਰ ਮਰ ਜਾਂਦੇ, ਹਾਂਜੀ ਖਾ ਲਿਆ ਨਸ਼ੇ ਨੇ, ਜਵਾਨੀ ਨੂੰ ਖਾ ਲਿਆ ਨਸ਼ੇ ਨੇ। ਅਸੀਂ ਬੁੱਤ ਬਣ ਚੁੱਕੇ ਹਾਂ ਸਾਧ ਸੰਗਤ ਜੀ, ਅਸੀਂ ਸੁੰਨ ਹੋ ਚੁੱਕੇ ਹਾਂ, ਜਿਵੇਂ ਇੰਜੈਕਸ਼ਨ ਲਾ ਦਿੱਤਾ ਨਾ ਕਿਸੇ ਦਾ ਕੋਈ ਟ੍ਰੀਟਮੈਂਟ ਜਦੋਂ ਡਾਕਟਰ ਕਰਦਾ ਹੈ ਜਿਸ ਜਿੱਦਾਂ ਬਾਂਹ ਦਾ ਹੀ ਕਰਨਾ, ਬਾਂਹ ਨੂੰ ਸਵਾ ਦਿੰਦਾ, ਸਾਨੂੰ ਅਗਲਿਆਂ ਸਵਾਂਤ ਆ ਹੁਣ ਇੱਦਾਂ ਬਾਂਹ 'ਤੇ ਚੀਰਾ ਦੇਣਾ ਹੋਵੇ, ਦੰਦ ਪੱਟਣਾ ਹੋਵੇ ਕਿਸੇ ਦਾ, ਇੱਦਾਂ ਹੱਥ ਲਾ ਕੇ ਵੇਖੇ ਕੋਈ, ਪਹਿਲਾਂ ਉਸ ਜਗ੍ਹਾ ਨੂੰ ਸਵਾਂਦੇਗਾ ਉਹ, ਫਿਰ ਪੱਟ ਤੂੰ, ਫਰਕ ਨਹੀਂ ਪੈਣਾ ਕੋਈ, ਅਗਲਿਆਂ ਸਵਾਇਆ ਸਾਨੂੰ। ਕਿੱਦਾਂ ਜਪ ਤਪ ਸਮਾਗਮਾਂ ਦੇ ਨਾਂ 'ਤੇ ਸਵਾਂਤਾ, ਚਿਲੀਆਂ ਦੇ ਨਾਂ 'ਤੇ ਸਵਾਂਤਾ, ਸਿਮਰਨ ਦੇ ਨਾਂ ਦੇ ਸਮਾਗਮਾਂ 'ਤੇ ਵੀ ਤਗੜੇ ਹੋ ਕੇ ਕਰੋ, ਅੱਖਾਂ ਬੰਦ ਕਰ ਲਓ, ਤੁਹਾਨੂੰ ਸੁੱਝਣਾ ਕੱਖ ਨਹੀਂ, ਤੁਸੀਂ ਅੱਖਾਂ ਬੰਦ ਕਰੋ, ਤੁਹਾਡੇ ਅੱਗੇ ਸਮਾਨ ਚੁੱਕੇ ਅਗਲੇ ਨੇ। ਅੱਖਾਂ 'ਤੇ ਦੇਸ਼ ਬੰਦ ਕਰਕੇ ਬੈਠਾ ਸੀ, ਗੁਰੂ ਸਾਹਿਬ ਨੇ ਅੱਖਾਂ ਖੁਲਾਈਆਂ ਨੇ। ਪੰਜਾਬੀ ਦਾ ਮੁਹਾਵਰਾ, ਪੁੱਤ ਰਾਤ ਨੂੰ ਲੇਟ ਆਵੇ ਅਤੇ ਘਰ 'ਚ ਦਾਦੀ ਪਤਾ ਕੀ ਆਉਂਦੀ ਆ, ਪੁੱਤ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ, ਤੂੰ ਘਰ ਆਉਂਦਾ ਸੌਂ ਕੇ ਤੁਰ ਜਾਂਦਾ, ਅੱਖਾਂ ਥੋੜ੍ਹੀਆਂ ਜਿਹੀਆਂ, ਬੋਲੋ ਅੱਖਾਂ ਥੋੜ੍ਹੀਆਂ ਜਿਹੀਆਂ, ਉਹ ਕੀ ਮੁਹਾਵਰੇ ਦਾ ਮਤਲਬ ਕੀ ਹੁੰਦਾ ਭਲਾ, ਵੀ ਥੋੜ੍ਹਾ ਜਿਹਾ ਆਸੇ ਪਾਸੇ ਵੇਖ, ਨਾ ਤੇਰੀ ਘਰਵਾਲੀ ਤੈਨੂੰ ਕੁਝ ਦੱਸਦੀ ਹੈ, ਨਾ ਤੂੰ ਕਦੀ ਤੂੰ ਬੱਚਿਆਂ ਨੂੰ ਪੁੱਛ ਕੇ ਵੇਖਿਆ, ਐਸਾ ਨਾ ਹੋਵੇ ਤੈਨੂੰ ਉਦੋਂ ਪਤਾ ਲੱਗੇ ਜਦੋਂ ਸਾਰਾ ਹੀ ਪਰਿਵਾਰ ਰੁੜ ਜਾਏ। ਅਤੇ ਇੱਥੇ ਅੱਖਾਂ ਖਿਲਾਉਣ ਵਾਲਿਆਂ ਤੋਂ ਹਮੇਸ਼ਾ ਹੀ, ਚਾਹੇ ਅਖੌਤੀ ਧਾਰਮਿਕ ਲੋਕ ਹੈ ਚਾਹੇ ਅਖੌਤੀ ਸਿਆਸੀ ਲੋਕ ਹੈ, ਉਹਨਾਂ ਨੂੰ ਖਤਰਾ ਭਾਸਦਾ ਰਿਹਾ। ਅੱਛਾ ਗੁਰੂ ਅਰਜਨ ਸਾਹਿਬ ਵੇਲੇ ਹੋਰ ਕਿੰਨੇ ਧਾਰਮਿਕ ਲੋਕ ਹੋਣਗੇ ਭਲਾ, ਉਹਨਾਂ ਨੂੰ ਤੱਤੀ ਤਵੀ 'ਤੇ ਕਿਉਂ ਨਹੀਂ ਬਿਠਾਇਆ? ਇੱਦਾਂ ਮੰਥਨ ਕਰੋ ਪਿਆਰਿਓ, ਧਿਆਨ ਦਿਓ ਇੱਧਰ ਥੋੜ੍ਹਾ ਸੁਰਤ ਨੂੰ ਟਿਕਾ ਕੇ, ਗੁਰੂ ਅਰਜਨ ਸਾਹਿਬ ਵੇਲੇ ਕਿੰਨੇ ਹੋਰ ਲੋਕ ਕਿੰਨੇ ਹੋਰ ਹੋਣਗੇ, ਉਹਨਾਂ ਨੂੰ ਤੱਤੀ ਤਵੀ 'ਤੇ ਕਿਉਂ ਨਹੀਂ ਬਿਠਾਇਆ? ਬੜੇ ਸਾਧੂ ਹੋਣਗੇ, ਜੜਾਵਾਂ ਵਧਾਉਣ ਵਾਲੇ ਹੋਣਗੇ, ਸਵਾਹ ਮਲਣ ਵਾਲੇ ਹੋਣਗੇ, ਚਲੀਏ ਕੱਟਣ ਵਾਲੇ ਹੋਣਗੇ, ਪਤਾ ਕੀ ਹੈ, ਨਾ ਉਹਨਾਂ ਤੋਂ ਚੰਦੂ ਨੂੰ ਖਤਰਾ, ਨਾ ਉਹਨਾਂ ਤੋਂ ਜਹਾਂਗੀਰ ਨੂੰ ਖਤਰਾ, ਖਤਰਾ ਸੀ ਗੁਰੂ ਅਰਜਨ ਸਾਹਿਬ ਤੋਂ। ਕਿਉਂਕਿ ਅੱਛਾ ਗੁਰੂ ਅਰਜਨ ਸਾਹਿਬ ਤੋਂ ਖਤਰਾ ਵੀ ਕਾਹਦਾ, ਕਿਸੇ ਦੀ ਜ਼ਮੀਨ ਨਹੀਂ ਨੱਪੀ, ਖਤਰਾ ਵੀ ਕਾਹਦਾ? ਲਾਹੌਰ ਕਾਲ ਪੈਂਦਾ ਅਤੇ ਗੁਰੂ ਅਰਜਨ ਸਾਹਿਬ ਸਿੱਖਾਂ ਨੂੰ ਕਹਿੰਦੇ ਆਓ ਇਲਾਜ ਕਰਾਈਏ, ਮੁਸਲਮਾਨ ਹੈ ਉਹਦਾ ਘਰ ਬਣਾਇਆ, ਹਿੰਦੂ ਦਾ ਘਰ ਬਣਾਇਆ, ਮੁਸਲਮਾਨ ਪੂਰਾ ਹੋਇਆ ਉਹਨੂੰ ਦਫਨਾਇਆ, ਹਿੰਦੂ ਪੂਰਾ ਹੋਇਆ ਉਹਦਾ ਸੰਸਕਾਰ ਕੀਤਾ, ਇੱਦਾਂ ਜ਼ਖਮ ਸਾਫ਼ ਕੀਤੇ, ਕੋੜੀ ਖਾਨਾ ਤਿਆਰ ਕੀਤਾ, ਇਹੋ ਜਿਹੀ ਸੇਵਾ ਵੇਖ ਕੇ ਤਾਂ ਹਰ ਇੱਕ ਦਾ ਦਿਲ ਕਰਦਾ ਹੋਏਗਾ ਮੈਂ ਗੁਰੂ ਅਰਜਨ ਸਾਹਿਬ ਤੋਂ ਆਪਣਾ ਆਪ ਵਾਰ ਦਿਆਂ, ਤੱਤੀ ਤਵੀ 'ਤੇ ਕਿਉਂ ਬਿਠਾਇਆ? ਦੇਗ ਚੁਬਾਲਾ, ਸੋਚਿਓ ਇੱਕ ਵਾਰ, ਦੇਗ ਚੁਬਾਲਾ ਕਿਉਂ ਦਿੱਤਾ? ਜਹਾਂਗੀਰ ਨੂੰ ਤਾਂ ਸਨਮਾਨਿਤ ਕਰਨਾ ਚਾਹੀਦਾ ਸੀ ਗੁਰੂ ਅਰਜਨ ਸਾਹਿਬ ਨੂੰ, ਵੀ ਕੰਮ ਸਾਡਾ ਕਰ ਤੁਸੀਂ ਰਹੇ ਹੋ, ਬੋਲੋ ਪਿਆਰੇ, ਕੰਮ ਤਾਂ ਸਾਡਾ ਸੀ ਕਰ ਤੁਸੀਂ ਰਹੇ ਹੋ, ਸਨਮਾਨਿਤ ਨਹੀਂ ਸੀ ਕਰਨਾ ਚਾਹੀਦਾ? ਪਰ ਗੁਰੂ ਅਰਜਨ, ਅਸਲ 'ਚ ਗੱਲ ਇਹ ਸੀ, ਗੁਰੂ ਅਰਜਨ ਸਾਹਿਬ ਜੀ ਦਾ ਆਮ ਮਾਨਵਤਾ ਦੇ ਹੱਕ 'ਚ ਖਲੋਣਾ ਅਖੌਤੀ ਰਾਜਨੀਤਿਕ ਬੰਦਿਆਂ ਨੂੰ ਚੁਭਦਾ ਸੀ ਵੀ ਜੇ ਇੱਦਾਂ ਹੀ ਚੱਲਦਾ ਰਿਹਾ ਸਾਡੀ ਸਿਆਸਤ ਗੰਦੀ ਚੱਲਣੀ ਨਹੀਂ।
ਅੱਜ ਵੀ ਗੰਦੀ ਰਾਜਨੀਤੀ ਵਾਲੇ ਲੋਕਾਂ ਨੂੰ ਸ਼ਬਦ ਦੀ ਵਿਚਾਰ ਕਦੀ ਵੀ ਪਸੰਦ ਬੋਲਿਓ ਹੁਣ ਉੱਚੀ ਨਹੀਂ ਹੈ। ਉਹਨਾਂ ਨੂੰ ਕਿਹੜੇ ਪਸੰਦ ਨੇ ਭਲਾ? ਜਿੰਨੇ ਟੀ ਵੀ ਚੈਨਲ ਵੇਖੋ, ਟੀ ਵੀ ਚੈਨਲਾਂ 'ਤੇ ਕਿਹੜੇ ਪ੍ਰੋਗਰਾਮ ਆ ਰਹੇ ਨੇ ਜਿਹੜੇ ਸੱਚੀ ਪੇਡ ਨੇ? ਚਿਮਟੇ ਖੜਕ ਰਹੇ ਨੇ, ਢੋਲਕੀਆਂ ਵੱਜ ਰਹੀਆਂ ਨੇ। ਆਓ ਸਾਧ ਸਿੰਘ ਜੀ ਆਪਾਂ ਸਿਮਰਨ ਕਰੀਏ, ਵਾਹਿਗੁਰੂ ਮਾੜਾ ਨਹੀਂ ਹੈ ਕਹੋ। ਪਰ ਅਗਲਾ ਕਹਿੰਦਾ ਮੇਰੀ ਤਾਂ ਸਮੱਸਿਆਵਾਂ ਕੁਝ ਹੋਰ ਨੇ, ਵਾਹਿਗੁਰੂ ਕਹਿਣਾ ਮਾੜਾ ਨਹੀਂ ਸੀ, ਮੈਨੂੰ ਸਮਝਾਓ ਜਿਹੜਾ ਆਹ ਘਟਨਾਵਾਂ ਵਾਪਰੀਆਂ ਨੇ ਇਹਨਾਂ ਦਾ ਮੈਂ ਮੁਕਾਬਲਾ ਕਿੱਦਾਂ ਕਰਾਂ? ਮੈਂ ਆਪਣਾ ਪੁੱਤ ਵੀ ਆਉਣਾ, ਮੈਂ ਆਪਣੀ ਧੀ ਵੀ ਆਉਣੀ, ਇੱਥੇ ਮੇਰੀਆਂ ਫਸਲਾਂ ਨਹੀਂ ਚੱਕੀਆਂ ਜਾ ਰਹੀਆਂ, ਮੇਰਾ ਨੁਕਸਾਨ ਹੋ ਰਿਹਾ, ਮੈਂ ਕਰਜ਼ੇ ਹੱਥੇ ਦੱਬਿਆ ਪਿਆ ਹੈ, ਮੈਂ ਕਿੱਦਾਂ ਸਮਾਜ ਵਿੱਚ? ਗੁਰੂ ਸਾਹਿਬ ਨੇ ਸਿਆਣੇ ਬਣਾਇਆ ਸੀ, ਸਿਆਣਪ ਕਿੱਥੇ ਗਈ? ਸਿਆਣਪ ਕਿੱਥੇ ਗਈ? ਸੋਚਿਓ ਜ਼ਰੂਰ। ਇਹਨਾਂ ਸਮਾਗਮਾਂ 'ਤੇ ਮੰਥਨ ਕਰਨ ਦੀ ਲੋੜ ਸੀ। ਇੱਦਾਂ ਤੁਹਾਡਾ ਪੁੱਤ ਪੁੱਛੇ ਵੀ ਗੁਰੂ ਅਰਜਨ ਸਾਹਿਬ ਨੇ ਕਿਹੜਾ ਐਸਾ ਕੰਮ ਕੀਤਾ, ਤੱਤੀ ਤਵੀ 'ਤੇ ਬਹਿਣਾ ਪਿਆ, ਦੇਗ 'ਚ ਉਬਾਲਾ ਖਾਣਾ ਪਿਆ? ਦਿਓ ਜਵਾਬ ਆਪਣੇ ਬੱਚਿਆਂ ਨੂੰ। ਘਰੇਲੂ ਲੜਾਈ ਸੀ, ਐਡੀ ਵੱਡੀ ਮਹਾਨ ਸ਼ਹਾਦਤ ਨੂੰ ਇੱਦਾਂ ਘਰ ਦੀ ਲੜਾਈ 'ਤੇ ਲਿਆ ਕੇ ਖੜਾ ਕਰ ਦਿੱਤਾ ਵੀ ਉਹ ਜਾ ਕੇ ਨਾ ਪ੍ਰਿਥੀ ਚੰਦ ਨੇ ਸ਼ਿਕਾਇਤ ਲਾ ਤੀ ਨਾ ਜਹਾਂਗੀਰ ਦੇ ਕੋਲ, ਤਾਂ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ 'ਤੇ ਬਹਿਣਾ ਪਿਆ। ਜਿਹੜਾ ਪ੍ਰਿਥੀ ਚੰਦ ਹੈ ਨਾ, ਉਹਦਾ 100 ਵਿੱਚੋਂ 0.5% ਵੀ ਰੋਲ ਨਹੀਂ ਹੈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਿੱਚ। ਗੱਲ ਕੁਝ ਹੋਰ ਚੱਬਦੀ ਹੈ, ਭਲਾ ਕਿਹੜੀ? ਸ਼ਬਦ ਪੜ੍ਹੋ ਗੁਰੂ ਅਰਜਨ ਸਾਹਿਬ ਦੇ, ਇੱਦਾਂ ਵਰਤ ਨਾ ਰਹੋ ਨਾ ਮੈਂ ਰਮਦਾਨਾ, ਤਿਸ ਸੇਵੀ ਜੋ ਰਖੈ ਨਿਦਾਨਾ, ਏਕ ਗੁਸਾਈ ਅੱਲਾ ਮੇਰਾ। ਪੜ੍ਹੋ, ਹਿੰਦੂ ਤੁਰਕ ਦੋਹਾਂ ਨਬੇਰਾ। ਸ਼ਬਦ ਜਿਹੜੇ ਗੁਰੂ ਅਰਜਨ ਸਾਹਿਬ ਦੇ ਅਗਲਿਆਂ ਨੂੰ ਚੁੱਭਦੇ ਸੀ ਵੀ ਇਹ ਤਾਂ ਜਗਾ ਰਹੇ ਆ, ਇਹ ਤਾਂ ਸਿੱਧਾ ਸਾਨੂੰ ਚੈਲੰਜ ਕਰ ਰਹੇ ਆ। ਘਰ ਮੈਂ ਠਾਕੁਰ ਨਦਰ ਨਾ ਆਵੇ, ਪੜ੍ਹੋ, ਗਲ ਮੈਂ ਪਾਹਣ ਪਰਮੇ ਪੂਲਾ ਸਾਕਤ ਫਿਰਤਾ ਨੀਰ ਬਿਰੋਲੈ। ਪੱਥਰ ਪੂਜਣ ਵਾਲੇ ਨੂੰ ਕਹਿੰਦੇ ਤੂੰ ਪਾਣੀ 'ਚ ਮਧਾਣੀ ਪਾ ਕੇ ਬੈਠੇ, ਦੱਸਿਓ ਜਿਨ੍ਹਾਂ ਦਾ ਜਿਨ੍ਹਾਂ ਨੇ ਪੱਥਰਾਂ ਅੱਗੇ ਮੱਥੇ ਟਕਾ ਟਕਾ ਕੇ ਅਰਬਾਂ ਦੀਆਂ ਜਾਇਦਾਦਾਂ ਤਿਆਰ ਕਰ ਲਈਆਂ, ਉਹਨਾਂ ਨੂੰ ਕਹਿਤਾ ਤੁਸੀਂ ਪਾਣੀ 'ਚ ਮਧਾਣੀ ਪਾ ਕੇ ਬੈਠੇ? ਜਿਹੜੇ ਪੱਥਰ ਨੂੰ ਰੱਬ ਕਹਿੰਦੇ ਸੀ ਉਹਨਾਂ ਬਾਰੇ ਇਹ ਸ਼ਬਦ ਬੋਲ ਦਿੱਤੇ ਗੁਰੂ ਸਾਹਿਬ ਨੇ। ਹੁਣ ਉਹਨਾਂ ਨੇ ਸੋਚਿਆ ਹੋਗਾ ਇਸ ਹੜ ਨੂੰ ਰੋਕ ਲਓ, ਇਸ ਹੜ ਨੂੰ ਰੋਕ ਲਓ। ਝੂਠ ਦੀ ਦੁਕਾਨ, ਜਿੱਥੋਂ ਸੱਚ ਦੀ ਆਵਾਜ਼ ਆ ਰਹੀ ਸੀ ਉਹਨੂੰ ਝੂਠ ਦੀ ਦੁਕਾਨ ਕਹਿ ਕੇ ਪ੍ਰਚਾਰੇ ਅਗਲਿਆਂ ਨੇ, ਇਹ ਝੂਠ ਦੀ ਦੁਕਾਨ ਹੈ। ਅਤੇ ਅੱਜ ਕੀ ਹੋ ਰਿਹਾ, ਜਿਹੜਾ ਸ਼ਬਦ ਦੀ ਵਿਚਾਰ ਕਰਦਾ ਉਹਨੂੰ ਕਹਿੰਦੇ ਇਹ ਕੂੜ ਪ੍ਰਚਾਰ ਹੈ। ਬੋਲਿਓ ਹੁਣ, ਜਿਹੜਾ ਸਿਰਫ ਕਹਿੰਦਾ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਅਸੀਂ ਉਹਦਾ ਪ੍ਰਚਾਰ ਕਰਨਾ ਹੈ, ਅਤੇ ਕੀ ਆਉਂਦੇ ਵਿਰੋਧੀ ਬੰਦੇ ਜੀ, ਬੋਲ ਕੇ ਦੱਸਿਓ। ਸੁਣਿਆ ਨਹੀਂ ਜੀ, ਕੀ ਆਖਿਆ? ਇਹ ਕੂੜ ਪ੍ਰਚਾਰ ਹੈ। ਗੁਰਬਾਣੀ ਦੇ ਅਰਥ ਦੀ ਵਿਚਾਰ ਦੱਸਣਾ ਕੂੜ ਪ੍ਰਚਾਰ ਹੈ, ਅਤੇ ਬਾਬਿਆਂ ਦੀਆਂ ਗੱਪ ਕਹਾਣੀਆਂ ਸੁਣੀਆਂ ਗੁਰਮਤ ਪ੍ਰਚਾਰ ਹੈ। ਇਹ ਤਾਂ ਫੈਸਲਾ ਭਾਈ ਆਪਣੇ ਆਪ ਹੀ ਹੋ ਜਾਣਾ, ਬਾਣੀ ਕੀ ਕਹਿ ਰਹੀ ਹੈ ਅਤੇ ਆਪਾਂ ਕੀ ਕਰ ਰਹੇ ਹਾਂ। ਅਗਲਿਆਂ ਨੂੰ ਚੁੱਭਦੀਆਂ ਇਹ ਗੱਲਾਂ ਸੀ। ਹੁਣ ਇੱਕ ਪ੍ਰਚਾਰਕ ਗੁਰਬਾਣੀ ਦੇ ਅਰਥ ਕਰ ਸੰਗਤਾਂ ਨੂੰ ਦੱਸੀ ਜਾਂਦਾ, ਬਾਣੀ ਆ ਕਹਿੰਦੀ ਭਾਈ ਆਪਾਂ ਕੋਲੋਂ ਨਹੀਂ ਬੋਲਦੇ। ਘੰਟਿਆਂ ਬੱਧੀ ਦੀਵਾਨ ਸੱਜਦਾ, ਬਾਣੀ ਦੀ ਇੱਕ ਤੁੱਕ ਨਹੀਂ ਬੋਲੀ ਜਾਂਦੀ। ਮਹਾਂਪੁਰਖ ਕਹਿੰਦੇ ਹੁੰਦੇ ਸੀ ਇੱਦਾਂ ਰੱਖ ਲੈਂਦੇ ਵਾਜਾ, ਬਾਬਾ ਜੀ ਫਰਮਾਉਂਦੇ ਹੁੰਦੇ ਸੀ, ਉਹ ਹੱਦ ਹੋ ਗਈ। ਤੁਹਾਡੇ ਬਾਬੇ ਕੋਲ ਗ੍ਰੰਥ ਲਿਖਿਆ ਜਿਹੜਾ ਤੁਹਾਡਾ ਬਾਬਾ ਫਰਮਾਉਂਦਾ ਸੀ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਤੁਸੀਂ ਐਡਾ ਕੁਫਰ ਤੋਲੀ ਜਾਂਦੇ ਹੋ? ਮੈਂ ਕਹਿੰਦਾ ਪ੍ਰਬੰਧਕ ਸਿਆਣੇ ਹੋ ਜਾਣਾ, ਇਹ ਜ਼ਿਆਦਾ ਦਿਨ ਲਾਉਣ ਦੀ ਲੋੜ ਨਹੀਂ, ਕੁਝ ਮਹੀਨਿਆਂ 'ਚ ਕੰਮ ਸਿੱਧਾ ਹੋ ਸਕਦਾ। ਵੀ ਜਿਹੜਾ ਪ੍ਰਚਾਰਕ ਆਵੇ ਉਹਨੂੰ ਕਹੇ ਜੀ ਗੁਰਬਾਣੀ ਦੀ ਗੱਲ, ਸਿਰਫ ਗੁਰਬਾਣੀ ਦੇ ਅਰਥਾਂ ਦੀ ਗੱਲ, ਸਿਧਾਂਤ ਦੀ ਗੱਲ। ਇਹ ਨਹੀਂ ਕਹਿਣਾ ਬਾਬਾ ਜੀ ਆਹ ਕਹਿੰਦੇ ਸੀ, ਤੁਹਾਡੇ ਬਾਬਾ ਜੀ ਦਾ ਕਿਹਾ ਸਾਰੀ ਕੌਮ ਨਹੀਂ ਮੰਨੇਗੀ, ਇਹ ਗੱਲ ਪੱਕੀ ਹੈ। ਕਿਉਂ ਮੰਨੇ? ਵੀ ਇੱਥੇ ਹੁਣ ਮੈਂ ਪਿਛਲੇ ਦਿਨ ਆਉਂਦੇ ਸੀ ਜੀ, ਮਰਿਆਦਾ ਦਾ ਰੌਲਾ ਹੈ। ਉਹ ਆਮ ਕਹਿੰਦੇ ਜੀ ਆ ਜਿਹੜੇ ਮਿਸ਼ਨਰੀ ਪ੍ਰਚਾਰਕ ਨੇ ਨਾ, ਇਹਨਾਂ ਨੇ ਨਵੇਂ ਬਖੇੜੇ ਖੜ੍ਹੇ ਕਰ ਦਿੱਤੇ ਨੇ। ਮੈਂ ਇੱਕ ਸਲਾਹ ਦੇਣ ਲੱਗਾ, ਧਿਆਨ ਨਾਲ ਸੁਣਿਓ, ਜੇ ਕੋਈ ਪੱਤਰਕਾਰ ਵੀ ਬੈਠਾ ਜਾਂ ਲਾਈਵ ਬੈਠਾ ਇਹਨਾਂ ਦਾ ਬੰਦਾ ਸੁਣਦਾ, ਆਹ ਸਾਡਾ ਸੁਝਾਅ ਜ਼ਰੂਰ ਦਿਓ ਆਪਣੇ ਵੱਡੇ ਡੇਰੇਦਾਰਾਂ ਨੂੰ। ਅਸੀਂ ਜਿੰਨੇ ਮਿਸ਼ਨਰੀ ਕਾਲਜਾਂ ਵਾਲੇ ਹਾਂ, ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰਕ, ਅਸੀਂ ਸਾਈਡ 'ਤੇ ਹੋ ਜਾਂਦੇ ਹਾਂ। ਅਸੀਂ ਆਪਣੀ ਜਿਹੜੀ ਮਰਿਆਦਾ ਅਕਾਲ ਤਖਤ ਤੋਂ ਸ਼ਬਦ ਉਹਨੂੰ ਪਾਸੇ ਲੈ ਕੇ ਹੋ ਜਾਂਦੇ ਹਾਂ, ਵੀ ਅਸੀਂ ਮਰਿਆਦਾ ਪਾਸੇ ਕਰ ਲੈਂਦੇ ਹਾਂ। ਹੁਣ ਦੱਸਿਓ ਅਸੀਂ ਪਾਸੇ ਹੋ ਗਏ ਹਾਂ, ਹੁਣ ਤੁਹਾਡੀ ਸਾਰਿਆਂ ਦੇ ਵਿੱਚ ਇਕਸਾਰਤਾ ਹੋ ਗਈ ਹੈ? ਤੁਸੀਂ ਸਾਰੇ ਸਹਿਮਤ ਹੋ ਗਏ ਜੇ? ਤੁਸੀਂ ਇੱਕ ਦੂਜੇ ਨਾਲ ਸਹਿਮਤ ਹੋ ਗਏ ਜੇ ਅਸੀਂ ਪਾਸੇ ਹੋ ਜਾਂਦੇ ਹਾਂ? ਟਕਸਾਲ ਵਾਲੇ ਅਖੰਡ ਕੀਰਤਨੀਆਂ ਨਾਲ, ਅਖੰਡ ਕੀਰਤਨੀਆਂ ਵਾਲੇ ਨਾਨਕਸਰੀਆਂ ਨਾਲ, ਨਾਨਕਸਰੀਆਂ ਵਾਲੇ ਰਾੜਿਆਂ ਵਾਲਿਆਂ ਨਾਲ,
राड़े वाले बिधी चंदियां नाल बिधी चंदी दूजे न्यंग जथेबंदियां नाल सारे एक दूजे नाल सहमत हो जाओगे, असी पासे हो जाने, असी घर बह जाने, गुरु की हजूरी च कहने असी कुछ नहीं करांगे। दस्यो भला तुहाडे च इकसारता आ गई है? वो बोलो प्यारे हो, इकसारता आ सकती है? ये बहाना है अगलिया नूं पता भी बनती तो साडे नाल भी नहीं। चलो मैं एक उदाहरण पिछे जी दित्ती सी भी जिन्नियां जथेबंदियां इन्हां नूं कहो भी तुसीं इदां कट्ठे हो जाओ, एक मर्यादा बना लो जिहड़ी तुसीं इह कहिंदे इह प्रवान नहीं है। चलो मन्निया इह प्रवान नहीं है, खरड़ा है, तुसीं इह काम करो एक नवीं बनाओ सारे रल के, ओ बना के सानू दस दिओ भी इत्थे साडी सहमती आ, एक बना लो वह तो सानू दस दिओ। टाइम लै लो महीना, दो महीने, तीन महीने, तो मज़ा तां है हर एक अपने डेरे चो मर्यादा पहले लागू करके विखावे। क्यों सतसंग जी बोलो प्यारे हो, यह नहीं भी वह कह कल बयान दे दें जी असी सहमत हो गए, ना ना ना, जिहड़ी मर्यादा बनेगी पहला सारे दे डेरे च लागू होएगी, फिर सानू दस देना भी असी आ एक सारता ले आंदी आ, तुसी भी लैओ भाई अपने च। बखेड़ा यह है प्यारे हो, ये बहाने ने चुभदी अगलिया नू गुरमत दी विचार है, चुभदा गुरु दा उपदेश है, जिहड़ी अगलिया ने दरबार साहब की तर्ज ते अपना डेरे च दरबार साहब बना लिया, किसी नू तकलीफ नहीं हुई, किसी ने रौला नहीं पाया। जिहड़े इतिहासिक सरोवर सी जिथे सच्ची जिन्हां दी को महानता सी, डेरिया च भी सरोवर बन गया। पुछया किसी ने बनाउण लग्या डेरे सरोवर बन गया, उत्थे लिखिया इत्थे दुध मिलदा, इत्थे पुत मिलदा, इत्थे इन्नियां मस्या नाओ, इत्थे आ मिलदा। दस्यो ये तुहानू किहड़े गुरु ने अथॉरिटी दे दित्ती, तुहानू किहड़ा गुरु दस गया भी तुसी अपने डेरे च भी इदां सरोवर बना लो? जे प्रचारक बोलू तो की कहणगे, भला ये सरोवरां दे उच्ची बोलो जी उल्ट बोलते। वह प्यारे हो समझो, गुरु अर्जन साहब महाराज जी का बोलिया होया सच, प्रचारिया होया सच, समय दे ना अखौती धार्मिक ते ना अखौती राजनीतिक लोगों हजम होया। ते अज भी गुरु अर्जन साहब साढ़े कोल ने, दूर थोड़ा, हजम अज भी नहीं हो रहा। गुरु अर्जन साहब तो अज भी साढ़े कोल ने, जदों गुरु अर्जन साहब अपने अपने कर कमलां नाल भगत रामानंद वर्गियां दे शब्द भाई गुरदास कोलों लिखा रहे होणगे, भाई गुरदास जी लिखो आ, लिखो आ भगतां दी बाणी गुरु नानक साहब तो करद्या करद्या साढ़े कोल पहुंची आ, लिखो किहड़े कत जाइए रे कर लागो रंग मेरा चेतना चले मन पयो पंग एक दिवस मन पई उमंग कस चंदन चोआ बहु सुगंध पूजन चल ही ब्रह्म ठाए। मेरे मन च भी चा आया मैं भी रब की पूजा करा, थाल लै लिया विच दीवे रख लै विच फुल रख लै विच समगरी रख ली भी पूजा करा मम्मी। पूजन चल ही ब्रह्म ठाए सो ब्रह्म बतायो, बोलो गुर मन ही माहे। ओ ब्रह्म मेरे गुरु ने मन च विखाता भी तेरे अंदर ही बैठा रब, आ ते तू बनाया इटां दा घर, जे च प्रकाश करता तू क्या ये रब दा घर, ये ता तू बनाया पर असली घर ता रब ने आ बनाया, तेरा हिरदा तेरा शरीर जिहदे विच ओ बैठा होया है, ओ अंदर बैठा तेरे। तो पता लग गया जे अंदर बैठा फिर वो पूजा कहदी, अंदर सच नू धारण करना ही वो असली पूजा है। हुण जिन्हां ने रब दे दुकाना खोल के कारोबार चलाए सी उन्हां नू ये शब्द हजम होने से भला? बोलो जी, इहो गल बाबे कबीर ने कही, जब हम एको पढ़ो, जब हम एको एक कर जाने आ। अच्छा जिन्हें आप बैठे आप सारे कही साढ़ा एको ही रब है, वखरेवा रहू कोई साढ़े च? बोलो जी, वखरेवा रहू कोई भी? एको ही रब है, वखरेवा कोई नहीं, एको ही रब है साढ़ा सारे का। जे सारिया के रब वखरे वखरे हो गए, वखरेवें वखरेवें की वखरेवें, मेरा रब इदा का तेरा रब इदा का। बाबा कबीर जी कहते मैं एक की गल की, जब हम एको एक कर जाने तब लोगा, पढ़ो
काहे दुख मानिया। मैनू नहीं समझ आई बाबा कबीर जी कहिंदे भी मेरे एक मनन नाल लोकां नूं की तकलीफ है, पिंडां च नहीं है। जिहड़ा कहिंदा मैं किसे कबर ते मत्था नहीं टेकणा, मैं किसे बाबे नूं नहीं मनदा, ते जिहड़े मनदे उह की आंदे आ। ਇਹ ਜਿੱਦਣ ਇਹਦੀ ਮੱਝ ਮਰੀ ਇਹਨਾਂ ਨੂੰ ਫੇਰ ਪਤਾ ਲੱਗਣਾ, ਜਿੱਦਣ ਇਹਨਾਂ ਦਾ ਕੋਈ ਕਾਰੋਬਾਰ ਨੁਕਸਾਨ ਹੋਇਆ ਨਾ ਇਹਨਾਂ ਨੂੰ ਬੋਲੋ ਹੁਣ ਇੱਦਾਂ ਡਰਾਉਂਦੇ ਆ ਜਿੱਦਾਂ ਆ ਜੋਤਸ਼ੀ ਨਹੀਂ ਆ ਬੈਠੇ ਆ ਟੀ ਵੀ 'ਤੇ ਵੀ ਮੰਗਲ ਗ੍ਰਹਿ ਬੁੱਧ 'ਚ ਵੜਿਆ, ਬੁੱਧ ਅੱਗੇ ਵੀਰ ਟੱਪ ਕੇ ਸ਼ੁੱਕਰ ਜਾ ਵੜਿਆ। ਉਹ ਨਿਆਣੇ ਵੇਖੋ ਤੁਹਾਡੇ ਕਿੱਧਰ ਜਾ ਵੜੇ, ਇਹ ਮੰਗਲ ਗ੍ਰਹਿ ਬੁੱਧ ਗ੍ਰਹਿ ਉੱਥੇ ਹੀ ਆ। ਆਪਣੇ ਜਵਾਕ ਸਾਂਭੋ ਜਾ ਕੇ, ਆਪਣੇ ਪਰਿਵਾਰਾਂ ਵੱਲ ਧਿਆਨ ਦਿਓ, ਮਾਫ਼ ਕਰਨਾ ਗੁੱਸਾ ਨਾ ਮਨਾਇਓ। ਇਹ ਗ੍ਰਹਿ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਉਹ ਆਪਣੀ ਚਾਲ ਤੁਰੇ ਜਾ ਰਹੇ ਨੇ, ਪਰ ਡਰਾ ਛੱਡਿਆ ਲੋਕਾਂ ਨੂੰ। ਤੁਹਾਡਾ ਪੁੱਤ ਮੰਗਲੀਕ ਹੈ, ਤੁਹਾਡੀ ਧੀ ਮੰਗਲੀਕ ਹੈ, ਉਹੋ ਜਿਹੇ ਲੋਕ ਨੇ ਜਿਹੜੇ ਇਹਨਾਂ ਕੋਲ ਪੁੱਛਣ ਤੁਰ ਪੈਂਦੇ ਨੇ, ਪੁੱਤ ਸਾਡਾ ਧੀ ਸਾਡੀ, ਇੱਦਾਂ ਹੱਥ ਜੋੜ ਕੇ ਬਾਬਾ ਜੀ ਪੁੱਤ ਵਿਆਹ ਦੀਏ, ਜੋਸ਼ੀ ਜੀ ਪੁੱਤ ਵਿਆਹ ਦੀਏ, ਉਹ ਹੱਦ ਹੋ ਗਈ। ਇਹ ਤੁਸੀਂ ਆਪਣਾ ਬਜਟ ਵੇਖੋ, ਪੁੱਤ ਧੀ ਨੂੰ ਪੁੱਛੋ ਵੀ ਪੜ੍ਹਨਾ ਤਾਂ ਨਹੀਂ ਤੂੰ ਅਜੇ, ਹੋਰ ਧੀ ਨੂੰ ਪੁੱਛੋ, ਪੁੱਤ ਨੂੰ ਪੁੱਛੋ, ਪਰਿਵਾਰ ਦੀਆਂ ਜੀਆਂ ਨੂੰ ਪੁੱਛੋ, ਕਿੱਥੋਂ ਲਿਆ ਕੇ ਸਾਨੂੰ ਕਿੱਥੇ ਖੜਾ ਕਰ ਦਿੱਤਾ। ਇਹੋ ਹੀ ਤਾਂ ਅਗਲੇ ਚਾਹੁੰਦੇ ਵੀ ਸਾਨੂੰ ਪੁੱਛ ਕੇ ਤੁਰਨ, ਸਾਨੂੰ ਪੁੱਛ ਕੇ ਦਿਨ ਚੜ੍ਹੇ, ਸਾਨੂੰ ਪੁੱਛ ਕੇ ਰਾਤ ਪਵੇ। ਇਹ ਸਮਾਂ ਸੀ ਪਿੰਡਾਂ ਵਿੱਚ ਕਿਸੇ ਨੇ ਜ਼ਮੀਨ ਬੀਜਣੀ ਹੁੰਦੀ ਸੀ, ਬਜ਼ੁਰਗਾਂ ਨੂੰ ਪਤਾ ਹੋਣਾ, ਪਿੰਡ ਵਿੱਚ ਪੁੱਛਣ ਜਾਂਦੇ ਸੀ ਪਹਿਲਾਂ ਵੀ ਬੀ ਪਾਉਣ ਤੋਂ ਪਹਿਲਾਂ ਪੰਡਿਤ ਜੀ ਨੂੰ ਪੁੱਛ ਆਓ, ਉਹ ਫਿਰ ਦੱਸਦਾ ਹੁੰਦਾ ਸੀ ਜ਼ਮੀਨ ਅਜੇ ਸੁੱਤੀ ਹੈ, ਜਦੋਂ ਜਾਗੇਗੀ ਮੈਂ ਦੱਸ ਦੇਵਾਂਗਾ। ਉਹ 2 ਰੁਪਈਏ ਉਦੋਂ ਮੇਰੇ ਖਿਆਲ 'ਚ 1-2 ਰੁਪਈਏ ਦੇਣੇ ਉਹਨੇ ਜ਼ਮੀਨ ਨੂੰ ਨਾਲ ਹੀ ਜਗਾ ਦੇਣਾ। ਉਹਨੇ ਕਹਿਣਾ ਜਾਗ ਪਈ ਆ, ਇੱਦਾਂ ਪਟੋਕੀ ਮਾਰ ਕੇ ਵੀ ਉੱਠ, ਮੱਕੀ ਤੇਰੇ 'ਚ ਬੀਜਣੀ, ਜਗਾ ਦੇ ਹੁਣ ਉਗ ਪਾਮਸ। 3-3, 4-4 ਛੱਲੀਆਂ ਲੱਗਣਗੀਆਂ, ਕਮਲੇ ਵਿਚਾਰੇ ਲੋਕ, ਭੋਲੇ ਲੋਕ ਇੱਦਾਂ ਹੀ ਤੁਰ ਪੈਂਦੇ ਸੀ। ਆ ਮੱਸਿਆ ਪੁੰਨਿਆ ਛੱਡਣ ਦੇ ਅਰਥ ਵੀ ਹੁੰਦੇ ਸੀ ਵੀ ਸਾਂਝੀ ਵਾਹੀ ਹੁੰਦੀ ਸੀ, ਕਹਿਣਾ ਇੱਕ ਦਿਨ ਛੱਡ ਦਿਓ, ਬਲਦਾਂ ਨੂੰ ਸਾਹ ਮਿਲ ਜੂ। ਹੁਣ ਟਰੈਕਟਰ ਹੁੰਦਾ ਤਾਂ ਵੀ ਸਾਹ ਦਵਾਈ ਜਾਂਦੇ ਆ। ਆ ਕੋ ਸਤਨਾਮ ਸ੍ਰੀ, ਮੈਂ ਮੱਸਿਆ ਛੱਡੀ, ਉਹ ਜ਼ਿਆਦਾ ਵਾਹੋ, ਦੱਬ ਕੇ ਵਾਹੋ ਅਤੇ ਰੱਜ ਕੇ ਖਾਓ, ਕੰਮ ਕਰੋ, ਮਿਹਨਤ ਕਰੋ। ਇੱਥੇ ਵਿਸ਼ਕਰਮਾ ਵਾਲੇ ਦਿਨ ਰੱਖ ਕੇ ਸੰਦ ਪੂਜੀ ਜਾਣਗੇ, ਉਦਨ ਜ਼ਿਆਦਾ ਵਰਤੋ, ਉਦਨ ਦੱਸੋ ਲੋਕਾਂ ਨੂੰ ਵੀ ਇਹ ਸਾਨੂੰ ਜਿਹੜੇ ਸੰਦ ਦਿੱਤੇ ਨੇ ਅਸੀਂ ਵਰਤੋਂ ਵਾਸਤੇ ਨੇ, ਜਿੰਨਾ ਬਣਾਏ ਸੀ ਉਹ ਪੂਜਾ ਨਹੀਂ ਕਰਦੇ, ਉਹਨਾਂ ਬੜੀਆਂ ਬੜੀਆਂ ਚੀਜ਼ਾਂ ਸਾਡੇ ਸਾਹਮਣੇ ਲੈ ਆਉਂਦੀਆਂ, ਅਸੀਂ ਪੂਜਾ ਕਰ ਕਰਕੇ ਮਰ ਗਏ। ਜਿੰਨਾ ਬਣਾਏ ਸੀ, ਜਿਨ੍ਹਾਂ ਪਹਿਲੀ ਵਾਰੀ ਟਰੈਕਟਰ ਅਤੇ ਟ੍ਰੇਨਾਂ ਬਣਾਈਆਂ ਉਹਨਾਂ ਨੂੰ ਪੂਜਾ ਦਾ ਪਤਾ ਵੀ ਨਹੀਂ ਵੀ ਇਹਦੀ ਪੂਜਾ ਵੀ ਹੁੰਦੀ ਹੈ। ਉਹਦੇ ਕੰਮ ਹੀ ਪੂਜਾ ਹੈ, ਕੰਮ ਕਰੋ, ਕੰਮ ਕਰਨਾ ਹੀ। ਸਕੂਲਾਂ ਬਾਹਰ ਕੀ ਲਿਖਿਆ ਹੁੰਦਾ ਭਲਾ ਜੀ, ਕੰਮ ਹੀ ਪੂਜਾ ਹੈ, ਤੁਹਾਡਾ ਇਮਾਨਦਾਰੀ ਨਾਲ ਕੀਤਾ ਕੰਮ। ਹੁਣ ਡਾਕਟਰ ਕਲੀਨਿਕ ਗਿਆ ਹੈ, ਮਰੀਜ਼ ਆਇਆ, ਉਹਦਾ ਇਲਾਜ ਕਰ ਰਿਹਾ, ਉਹਨੂੰ ਪਾਠ ਕਰਨ ਦਾ ਟਾਈਮ ਨਹੀਂ ਮਿਲਿਆ। ਸੱਚੀ ਗੱਲ ਇਹ ਹੈ, ਇਮਾਨਦਾਰੀ ਨਾਲ ਮਰੀਜ਼ਾਂ ਨੂੰ ਦਵਾਈ ਦੇਣੀ ਤੇਰੀ ਕਈ ਪਾਠਾਂ ਨਾਲੋਂ ਵੱਡਾ ਕੰਮ ਤੂੰ ਕਰ ਦਿੱਤਾ। ਅਤੇ ਜੇ ਤੂੰ ਇੱਧਰ ਪਾਠ ਕਰਦਾ ਰਹਿੰਦਾ, ਟੀਚਰ ਕਹੇ ਜੀ ਮੈਂ ਤਾਂ ਪਾਠ ਕਰ ਰਿਹਾ, ਨਹੀਂ, ਤੇਰਾ ਵਿਦਿਆਰਥੀ ਨੂੰ ਪੜ੍ਹਾਉਣਾ ਹੀ ਸਭ ਤੋਂ ਵੱਡੀ ਧਰਮ ਦੀ ਸੇਵਾ ਹੈ, ਇਹੋ ਹੀ ਤੇਰਾ ਧਰਮ ਹੈ। ਜਿੱਦਣ ਹਰ ਬੰਦੇ ਨੇ ਬਾਹਰਲੇ ਦੇਸ਼ ਤਰੱਕੀ ਕਿਉਂ ਕਰਦੇ ਨੇ, ਉਹ ਕਹਿੰਦੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੋ ਜਿੱਥੇ ਬੈਠੇ ਹੋ। ਅੱਜ ਮਾਫ਼ ਕਰਨਾ, ਨਾ ਗ੍ਰੰਥੀ ਇਮਾਨਦਾਰੀ ਨਾਲ ਡਿਊਟੀ ਕਰ ਰਿਹਾ, ਨਾ ਪ੍ਰਬੰਧਕ ਡਿਊਟੀ ਕਰ ਰਹੇ ਨੇ, ਨਾ ਰਾਗੀ ਪ੍ਰਚਾਰਕ, ਨਾ ਜਥੇਦਾਰ ਅਤੇ ਨਾ ਸਾਡੇ ਲੀਡਰ ਕਰ ਰਹੇ ਨੇ। ਵੋਟਾਂ ਲੈਣ ਵੇਲੇ ਇੱਦਾਂ, ਵੋਟਾਂ ਜਿੱਤਣ ਤੋਂ ਬਾਅਦ ਇੱਦਾਂ, ਤੁਸੀਂ ਵੇਖਿਓ ਵੋਟਾਂ ਤੋਂ ਪਹਿਲਾਂ ਕਿੱਦਾਂ ਫੋਟੋ ਲੱਗਦੀ ਭਲਾ ਬੋਰਡ 'ਤੇ, ਇੱਦਾਂ, ਅਤੇ ਮੁੜ ਕੇ 4-5 ਸਾਲ ਇੱਦਾਂ ਵੀ ਲੱਭਦੇ ਫਿਰੋ ਸਾਨੂੰ, ਹੁਣ ਅਸੀਂ ਨਹੀਂ ਲੱਭਣਾ ਤੁਹਾਨੂੰ ਹੁਣ। ਮਾਫ਼ ਕਰਨਾ, ਇੱਥੇ ਨੁਕਸਾਨ ਹੋਇਆ ਸਾਡਾ ਸਭ ਤੋਂ ਵੱਡਾ, ਇੱਥੇ ਸਾਡਾ ਨੁਕਸਾਨ ਹੋਇਆ, ਇੱਥੇ ਪ੍ਰੋਬਲਮ ਹੈ। ਕੰਮ ਹੀ ਪੂਜਾ ਹੈ, ਚਾਹੇ ਉਹ ਰਾਜਨੀਤਿਕ ਬੰਦਾ ਹੈ, ਮੈਂ ਗ੍ਰੰਥੀਆਂ ਦੀ ਵੀ ਗੱਲ ਕਰਦਾ, ਪ੍ਰਚਾਰਕਾਂ ਦੀ ਵੀ ਗੱਲ ਕਰਦਾ, ਹਰ ਇੱਕ ਦੀ ਡਿਊਟੀ ਹੈ, ਜੋਬ ਹੈ, ਤੇਰਾ ਕੰਮ ਹੈ। ਤੂੰ ਰਾਤ ਨੂੰ ਜਦੋਂ ਸੋਵੇਂ ਤੇਰੇ ਮਨ ਦੇ ਉੱਤੇ ਇੱਕ ਅਹਿਸਾਸ ਹੋਵੇ ਕਿ ਅੱਜ ਮੈਂ ਆਪਣੇ ਵੱਲੋਂ ਚੰਗਾ ਕੰਮ ਕਰਕੇ ਸੌਣ ਲੱਗਾ, ਸਵੇਰੇ ਫਰੈਸ਼ ਉੱਠੇਗਾ, ਦਿਮਾਗ 'ਤੇ ਬੋਝ ਕੋਈ ਨਹੀਂ ਹੋਏਗਾ। ਪਤਾ ਨਹੀਂ ਬੇਈਮਾਨੀ ਦੀਆਂ ਕਮਾਈਆਂ ਕਰਨ ਵਾਲੇ ਨੂੰ ਰਾਤ ਨੀਂਦ ਕਿੱਦਾਂ ਆ ਜਾਂਦੀ ਹੈ, ਆਉਂਦੀ ਆਉਂਦੀ ਕੋਈ ਨਹੀਂ ਹੈ, ਏਸੀ ਕਮਰੇ ਵਿੱਚ ਵੀ ਤਰੇਲੀਆਂ ਆਉਂਦੀਆਂ ਨੇ, ਉੱਠ ਉੱਠ ਕੇ ਬਹਿ ਜਾਂਦੇ ਨੇ, ਲਾਗੇ ਨਿਆਣਿਆਂ ਦੇ ਪਾਪਾ ਜੀ ਸੌਂ ਜਾਓ, ਪਾਪਾ ਹੁਣ ਕੀ ਦੱਸੇ ਵੀ ਜਿਨ੍ਹਾਂ ਦੀ ਤੂੰ ਖਾ ਗਿਆ, ਜੇ ਉਹਨਾਂ ਭੁੱਖਿਆਂ ਨੂੰ ਨੀਂਦ ਨਹੀਂ ਆਉਂਦੀ ਤਾਂ ਆਉਣੀ ਤੈਨੂੰ ਵੀ ਨਹੀਂ, ਸੌਣ ਤੈਨੂੰ ਕਿੱਦਾਂ ਦੇਣਗੇ, ਤੈਨੂੰ ਆਵਾਜਾਰੀ ਹੋਏਗੀ, ਪਰੇਸ਼ਾਨ ਹੋਏਗਾ, ਅਪਸੈਟ ਹੋਏਗਾ, ਪਿਆਰਿਆ ਚੰਗੇ ਕੰਮ ਕਰ। ਗੁਰੂ ਸਾਹਿਬ ਨੇ ਮਾਨਵਤਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ, ਇਹੋ ਧਰਮ ਹੈ, ਇਹੋ ਗੁਰੂ ਸਾਹਿਬ ਨੇ ਗੱਲ ਸਿਖਾਈ ਹੈ ਸਾਨੂੰ, ਹੱਕਾਂ ਦੀ ਗੱਲ ਕੀਤੀ।
गुरु साहब ने मानवता नूं जगाया, उठो भाई जागो, ज्ञानी होए सो चतन होए, अग्ञानी अंध कमाए। अपने फर्जा प्रति अपने हकां देखो, ध्यान ना सुनियो, बाप दे दो पुत्र ने, 20 किले जमीन है, पुत व्याया गया, पुत नूं इन्ना पता है ना, घर आई पत्नी, उन्हूं दसां दिनां बाद पता लग गया, उन्हूं पुछया गवांढण ने, उन्हूं पुछया उहदे पेकिआं ने किन्नी जमीन है सुखना तेरी, वह की आँदी है 10 किले, व्याई अजे कल आई, उन्हूं हक दा पता है भी सहुरे की जमीन जिहड़ी है मेरे पति की जमीन जिहड़ी 20 चों 10 किले मेरे, हकां दा पता है। तो फर्ज की ने भला, हक दा तो पता है भी जमीन मेरी है, दुकान मेरी है, कारोबार मेरा है, फर्ज की है? सस की सेवा करनी, सहुरे नूं पुछना, जमीन लिखा ली, हुण अख च काला मोती आ गया। कोई संस्था नहीं हैगी अख तक काला मोतिया कढ़न लई, इदा पुछदे ने कई आण के, इत्थे कोई कैंप नहीं लगना जिथे काला मोतिया, तो जे अग्गों कैंप वाले कहण काला मोतिया कढ़ा दिंदे आ, 10 किले सानू दे दिओ, बोलो जी, वो कहण जिहड़ी बापू ने 5 तों 10 बनाई वह सानू दे दिओ, काले छड के चिट्टा मोतिया भी कढ़ा लिओ, लेंज नवे पवा देवांगे, ऐनकां दी भी लोड़ नहीं पैंदी। समस्या सब तो वड्डी है भी सानू अपने हक्कां प्रति तो पता है, तो फर्ज, फर्ज की है जी, ये तो भुल गए आप, हक ना कहने कलगीधर पातशाह तुसी साडे गुरु, तो फर्ज की सी? फर्ज ये सी अपने साहबजादे चों बाबा अजीत सिंह दिसदा, फर्ज ये सी तेरे साहबजादे चों बाबा फतेह सिंह दिसदा, वह तोड़ दिता किसी होर ही राह, माण ना कहना आ प्यारे हो। जिहड़ी गल गुरु साहब ने दसी, जंग बड़ी वड्डी है, मामूली नहीं, ना सारिआं नूं सच दी समझ कदी आउंदी है, यह गल पक्की है, यह गल पक्की है, सारिआं नूं समझ नहीं आउणी, पर जिहदे अंदर तड़फ होई वह रात सौएगा नहीं, उहनूं होएगा नहीं पाई आ जाग, जिद्दन जागी उद्दन सवेरा। गुरु साहब ने इहो गल सानूं समझाई है, 43 साल की आरजू च किन्ना काम किया होएगा गुरु अर्जन साहब ने, जिदन तत्ती तवी ते बैठे ने धन गुरु अर्जन साहब महाराज, मीरी पीरी दे मालिक धन गुरु हरगोबिंद पातशाह की ज्यादा आरजू नहीं उस वक्त, माता गंगा जी के सिर दे वाल उस वक्त काले ने, 5 सिख नाल गए, भाई जेठा, भाई पैड़ा, भाई विधि चंद, भाई लंगाहा, ये 5 सिखां ने नाल गुरु अर्जन साहब दे गए, पर शहादत का जाम सिखां ने नहीं पीता, वो तो समा सी भी टीचर ब्लैकबोर्ड पर लिख रहा है, पर एक समा आया जदों गुरु तेग बहादुर साहब महाराज जी का समा सी, उदों सिखां नूं पहला शहीद किया गया, गुरु पातशाह की वारी बाद विच आई है, वो इंज सी जिवें टीचर 5वें जामे च लैसन दे के गया, 9वें जामे तक विद्यार्थियों ने लैसन मूँह जवानी याद कर लिया, उन्हें सोचा गुरु अर्जन साहब नूं शहीद कर देवांगे काम खत्म हो जाएगा, पर कौन जानता सी पातशाह ने उस सच ऐस महान ग्रंथ विच लिख दिता है, इनू पढ़ो विचारो ते अपनी सुरत नूं उच्चियां चुको, अपने हक्कां प्रति अपने फर्जां प्रति ईमानदार हो जाओ, ताकि तुसी पहचान कर सको, ना तुहानूं को अखौती धार्मिक बंदा लुट के खड़ सके, ते ना अखौती राजनीतिक बंदा लुट सके, राजनीति चाहीदी है, सरकारां तुहाडी पुछदिछ होनी चाहीदी है, तुहाडे बच्चे वड्डे अफसर बनने चाहीदे ने, तुहानूं किसे घड़ी लुलकली ना करनी, यह सब कुछ होना चाहीदा, पर राजनीति गंदी ना होवे, अखौती धार्मिक लोग अज लुट खसुट दसना कुछ नहीं चाहते, काम लैना चाहते ने साडे कोलों, आओ वापस परतो, गुरु पातशाह की महान शहादत, ये दिन ऐसे ने हर साल असी याद करते उन्हां महान योधिआं नूं, अगलिआं नूं तुहाडी दस्तार चुभदी है, ये देश है प्यारे, इत्थे को बोधी रखे, इत्थे को धोती बने, इत्थे को तिलक लावे वो देश का नागरिक है, इत्थे को दस्तार बने गल विच सरीसा पावे उन्हूं अगले उग्रवादी कह के पेश करदे ने, हुण ये आपां माहौल वधिया बना के समाज नूं दसीए चंगा जीवन जाच। हाँ, कुछ बहरूपीए लोग आण के जदों सिक्खी विच घुसपैठ करदे ने, चंगियां दा नाम भी उन्हां नाल खराब हुंदा है, आए दिन तुसीं वेखदे हो, इत्थे जी गातरेवाला शराब ठेके तो लैंदा फड़िया गया, सारे कुछ नहीं हुंदे, अगलियां दी चाल है इन्हां नूं किद्दां, क्योंकि इहदे पिछे इक वजह है, पाणी दुध नूं कहिंदा तूं विकदा है,
ਮੈਨੂੰ ਵੀ ਆਪਣੇ ਵਿੱਚ ਮਿਕਸ ਕਰ ਲਾ, ਮੇਰੀ ਵੀ ਕੀਮਤ ਤੇਰੇ ਨਾਲ ਪੈ ਜਾਏਗੀ। ਦੁੱਧ ਕਹਿੰਦਾ ਨਾ ਭਾਈ, ਮੈਂ ਤਾਂ ਮਹਿੰਗਾ ਵਾਂ, ਮੈਂ ਤਾਂ ਬਹੁਤ ਜ਼ਿਆਦਾ ਮਹਿੰਗਾ ਵਾਂ, ਮੈਨੂੰ ਤਾਂ ਵਰਤਿਆ ਜਾਂਦਾ, ਤੈਨੂੰ ਮੈਂ ਆਪਣੇ ਵਿੱਚ ਮਿਲਾ ਕੇ ਆਪਣੀ ਬਦਨਾਮੀ ਕਰਾਉਣੀ ਹੈ। ਕਿਸੇ ਸ਼ਰਾਰਤੀ ਬੰਦੇ ਨੇ 10 ਲੀਟਰ ਦੁੱਧ ਵਿੱਚ 2 ਲੀਟਰ ਪਾਣੀ ਸੁੱਟ ਦਿੱਤਾ, ਚੱਲਦਾ ਗਿਆ ਕੰਮ, 12 ਲੀਟਰ ਬਣ ਗਿਆ, ਵਿਕਦਾ ਗਿਆ ਵਿਕਦਾ ਗਿਆ ਵਿਕਦਾ ਗਿਆ, ਜਿਸ ਘਰ ਵਿੱਚ ਦੁੱਧ ਜਾਂਦਾ ਉੱਥੇ ਨਾਲ ਪਾਣੀ ਦੀ ਵੀ ਉਨੀ ਕੀਮਤ ਪੈਂਦੀ ਗਈ। ਪਰ ਇੱਕ ਸਮਾਂ ਆਇਆ, ਕਿਸੇ ਪਾਰਖੂ ਨੇ ਪਰਖ ਲਿਆ, ਜਦੋਂ ਪਰਖ ਕੀਤੀ ਉਹ ਕਹਿੰਦਾ ਹੋ, ਇਹ ਤਾਂ ਦੁੱਧ 'ਚ ਪਾਣੀ ਮਿਲਾਇਆ, ਦੱਸਿਓ ਹੁਣ ਬਦਨਾਮੀ ਕਿਹਦੀ ਹੋਈ, ਦੁੱਧ ਦੀ ਕਿ ਪਾਣੀ ਦੀ? ਬੋਲੋ ਜੀ, ਦੁੱਧ 'ਚ ਪਾਣੀ ਮਿਲਾ, ਕਿਸੇ ਨੇ ਆਖਿਆ ਤੂੰ ਪਾਣੀ 'ਚ ਦੁੱਧ ਮਿਲਾਇਆ? ਕੀ ਕਿਹਾ? ਦੁੱਧ ਵਿੱਚ ਪਾਣੀ ਮਿਲਾਇਆ, ਬਦਨਾਮੀ ਦੁੱਧ ਦੀ ਹੋਈ। ਜਿੰਨੀ ਦੇਰ ਤੱਕ ਚੱਲਦਾ ਗਿਆ ਪਾਣੀ ਦੀ ਕੀਮਤ ਵੀ ਦੁੱਧ ਦੇ ਨਾਲ ਪੈਂਦੀ ਗਈ। ਪਰ ਜਿੱਦਣ ਕਿਸੇ ਪਾਰਖੂ ਨੇ ਕਿਹਾ, ਉਦਣ ਕਹਿਤਾ ਭਾਈ ਇਹਨੇ ਦੁੱਧ ਵਿੱਚ ਪਾਣੀ ਮਿਲਾ ਦਿੱਤਾ, ਨਾਲ ਬਦਨਾਮੀ ਦੁੱਧ ਦੀ ਵੀ ਓਨੀ ਹੋਈ। ਸਿੱਖੀ ਪਿਓਰ ਦੁੱਧ ਸੀ, ਕਰਮ ਕਾਂਡ ਪਾਣੀ ਹੈ। ਲੋਕ ਇਹ ਕਰਮ ਕਾਂਡ ਨਾਲ ਲਾਈ ਕੇ ਆਪਣਾ ਮੁੱਲ ਪਵਾਈ ਜਾਂਦੇ ਨੇ, ਪਰ ਜਦੋਂ ਪਾਰਖੂ ਗੁਰੂ ਦੀ ਨਜ਼ਰ ਪੈਂਦੀ ਹੈ, ਉੱਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫਾਂ ਆਇਆ। ਜਦੋਂ ਨਜ਼ਰ ਪਈ ਉਹਨੇ ਆਖਿਆ ਆਹ ਕੀ ਕੀਤਾ ਜੀ, ਤੂੰ ਇੰਨੇ ਕੀਮਤੀ ਦੁੱਧ ਵਿੱਚ ਪਾਣੀ ਮਿਲਾ ਕੇ ਬੈਠਾ, ਇਹਨੂੰ ਪਰਾਂ ਕਰ, ਅੱਜ ਇੱਥੇ ਨੁਕਸਾਨ ਹੋ ਰਿਹਾ ਸਾਡਾ। ਪਿਓਰਟੀ ਆਉਣੀ ਚਾਹੀਦੀ ਹੈ, ਕਲੀਅਰ ਵਿਚਾਰ ਹੋਣੇ ਚਾਹੀਦੇ ਆ। ਬੰਦਿਆਂ ਦੀ ਗਿਣਤੀ ਨਹੀਂ ਵੀ 50,000, ਇੱਥੇ ਤਾਂ 2 ਹੀ ਸੀ, ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ। ਮੋੜੇ ਜੇ ਤੋੜੇ ਉਹਨਾਂ ਨੇ, ਨਾਕਾ ਲਾ ਕੇ ਬਹਿ ਗਏ। ਪਤਾ ਵੀ ਸੀ ਵੀ ਇਸਲਾਮੀ ਰਾਜ, ਅਸੀਂ ਕਰ ਕੁਝ ਨਹੀਂ ਸਕਦੇ, ਪਰ ਸੰਦੇਸ਼ ਦੇਣਾ ਸੀ ਨਾ ਵੀ ਸਿੱਖ ਸਿੱਖ ਅਜੇ, ਬਸ ਇੰਨਾ ਹੀ ਮੈਸੇਜ ਵੀ ਸਿੱਖ ਅਜੇ ਹੈਗੇ ਨੇ। ਤਾਂ ਜਦੋਂ ਅੱਜ ਇੱਕ ਸਿੱਖ ਇਹ ਕਹਿੰਦਾ ਨਾ, ਉਹ ਕਹਿੰਦੇ ਸਾਡੇ ਵਰਗੇ ਨੇ, ਇੱਕ ਸਿੱਖ ਵੀ ਕਹਿੰਦਾ ਨਾ ਜਿਹੜੇ ਤੁਹਾਡੇ ਵਰਗੇ ਲੈ ਜਾਓ ਉਹਨਾਂ ਨੂੰ, ਪਰ ਮੇਰਾ ਤਾਂ ਸਿਰ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ ਨਾ ਕਿਤੇ ਝੁਕਦਾ ਅਤੇ ਨਾ ਕਿਤੇ ਝੁਕਣਾ ਹੈ। ਉਹ ਇਹ ਸੰਕੇਤ ਅਗਲੇ ਨੂੰ ਦੱਸ ਦਿੰਦਾ, ਅਸੀਂ ਤੁਹਾਡੇ ਵਰਗੇ ਨਹੀਂ ਹੈਗੇ, ਤੁਸੀਂ ਜਿਹੜੇ ਹੈਗੇ ਉਹਨਾਂ ਨੂੰ ਲੈ ਜਾਓ, ਨਾਲੇ ਕੰਮ ਨਿਬੜ ਜਾ, ਸਾਨੂੰ ਵੀ ਪਤਾ ਲੱਗ ਜਾਵੇ ਵੀ ਅਸੀਂ ਇੰਨੇ ਕੀ ਹਾਂ। ਨੁਕਸਾਨ ਇੱਥੇ ਹੋ ਰਿਹਾ, ਕੀ ਕਰਨਾ? 10 ਲੀਟਰ ਦੁੱਧ ਵਿੱਚ 3 ਲੀਟਰ ਪਾਣੀ ਮਿਲਾ ਤਾ, 13 ਕਿਲੋ ਬਣ ਗਿਆ। ਆਪਾਂ 13 ਕਿਲੋ ਤੋਂ ਕੀ ਲੈਣਾ ਹੈ? ਤੁਸੀਂ ਆਪਣਾ 3 ਕਿਲੋ ਲੈ ਜਾਓ, ਸਾਨੂੰ 10 ਹੀ ਬਹੁਤ ਹੈ। 2 ਲੀਟਰ ਦੁੱਧ ਵਿੱਚ ਕਿਸੇ ਨੇ 4 ਲੀਟਰ ਪਾਣੀ ਲਾ ਤਾ, 6 ਲੀਟਰ ਬਣ ਗਿਆ, ਤੁਸੀਂ ਭਾਈ ਆਪਣਾ ਲੈ ਜਾਓ 4 ਲੀਟਰ, ਅਸੀਂ ਕੱਚੀ ਲੱਸੀ ਤੋਂ ਕੀ ਕਰਨਾ ਹੈ? ਗੁਰੂ ਸਾਹਿਬ ਨੇ ਵੀ ਤਾਂ ਇਹੋ ਕੁਝ ਆਖਿਆ ਸੀ, ਕਹਿੰਦੇ ਲੈ ਜਾਓ ਭਾਈ, ਮੈਨੂੰ ਨਹੀਂ ਲੋੜ, ਮੈਨੂੰ ਤਾਂ ਇੱਕੋ ਲੈਣਾ ਚਾਹੀਦਾ ਜਿਹੜਾ ਮੇਰੀ ਗੱਲ ਸਮਝ ਸਕੇ। ਜੇ ਸ੍ਰੀ ਚੰਦ ਖੜਿਆ ਤੁਹਾਡਾ ਸਰਦਾ ਤਾਂ ਲੈ ਜਾਓ, ਤੁਸੀਂ ਆਪਣਾ ਪੰਥ ਵੱਖਰਾ ਚਲਾ ਲਓ, ਮੈਨੂੰ ਤਾਂ ਲੈਣਾ ਚਾਹੀਦਾ ਜਿਹੜਾ ਮੇਰੀ ਗੱਲ ਸਮਝ ਗਿਆ। ਲੈਣੇ ਨੇ ਬਾਬੇ ਅਮਰਦਾਸ ਨੂੰ ਗੱਲ ਸਮਝਾ ਤੀ, ਬਾਬੇ ਅਮਰਦਾਸ ਨੇ ਅੱਗੇ ਜ਼ਿੰਮੇਵਾਰੀ ਗੁਰੂ ਰਾਮਦਾਸ ਨੂੰ ਦਿੱਤੀ, ਅੱਜ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ। ਪਰ ਸਾਡੀ ਵੇਖੋ ਹਾਲਤ ਕੀ ਬਣੀ ਪਈ ਹੈ, ਸਾਹਿਬਜ਼ਾਦੇ ਚਾਰੇ ਸਾਨੂੰ ਭੁੱਲ ਗਏ, ਅਤੇ ਜਿਹੜੇ ਗੁਰੂ ਪਾਤਸ਼ਾਹ ਤੋਂ ਆਕੀ ਸਨ ਉਹਨਾਂ ਦੇ ਜਨਮ ਦਿਹਾੜੇ ਜਥੇਦਾਰ ਵੀ ਸ਼ਾਨ ਦੇ ਨਾਲ ਮਨਾ ਰਹੇ ਹਨ। ਕਿਸ ਦਲਦਲ ਵਿੱਚ ਸਾਨੂੰ ਸੁੱਟਿਆ ਜਾ ਰਿਹਾ ਜੀ? ਗੁਰੂ ਰਾਮਦਾਸ ਮਹਾਨ ਸ਼ਖਸੀਅਤ, ਗੁਰੂ ਰਾਮਦਾਸ ਮਹਾਰਾਜ ਵਰਗੀ ਸ਼ਖਸੀਅਤ ਕੋਲੋਂ ਵੀ ਆਪਣੇ ਦਾੜੇ ਦੇ ਨਾਲ ਚਰਨ ਸਾਫ਼ ਕਰਦਿਆਂ ਵਿਖਾਤਾ, ਇਹ ਤੋਂ ਵੱਡੀ ਵੀ ਗਿਰਾਵਟ ਵਾਲੀ ਗੱਲ ਹੋਏਗੀ ਸਾਡੇ ਲਈ? ਉਦੋਂ ਹਿਰਦੇ ਵਲੂੰਦਰੇ ਨਹੀਂ ਜਾਂਦੇ ਸਾਡੇ ਵੀ ਇਹ ਕਿਹੜਿਆਂ ਗ੍ਰੰਥਾਂ ਦੀ ਦੇਣ ਹੈ? ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਵੀ ਗੁਰੂ ਰਾਮਦਾਸ ਮਹਾਰਾਜ ਵਰਗੀ ਸ਼ਖਸੀਅਤ ਇਹ ਦਾੜਾ ਪੁਰਖਾ ਕਿਉਂ ਵਧਾਇਆ ਜੀ? ਪਤਾ ਹੈ ਤੁਹਾਨੂੰ ਇਹ ਕਿਹਦੇ ਵੱਲੋਂ ਅਖਵਾਇਆ ਗਿਆ? ਤੁਹਾਡੇ ਵਰਗੇ ਮਹਾਂਪੁਰਖਾਂ ਦੇ। ਬੋਲੋ, ਗੁਰੂ ਰਾਮਦਾਸ ਨੇ ਜਵਾਬ ਦਿੱਤਾ ਹੋਏਗਾ ਕਿ ਪਿਆਰਿਓ, ਅੱਜ ਜਿੰਨੀਆਂ ਬੀਬੀਆਂ ਦਾੜੀਆਂ ਵਾਲੀਆਂ ਬੈਠੇ ਜੇ, ਤੁਹਾਨੂੰ ਕੋਈ ਪੁੱਛੇ ਇਹ ਜਵਾਬ ਦਿਓਗੇ ਵੀ ਦਾੜਾ ਮੈਂ ਤੁਹਾਡੇ ਚਰਨ ਸਾਫ਼ ਕਰਨ ਲਈ ਬਣਾਇਆ? ਕਦੀ ਸੋਚ, ਸੇ ਦਾੜੀਆਂ ਸੱਚੀਆਂ ਦੇ ਕੀ ਅਰਥ ਨੇ? ਬੀਬੀਆਂ ਦੇ ਅਤੇ ਦਾੜੀਆਂ ਨਹੀਂ, ਇਹ ਤਾਂ ਸ਼ਬਦ ਸਿਰਫ ਇਕੱਲਾ ਬੰਦਿਆਂ 'ਤੇ ਢੁੱਕਦਾ। ਫਿਰ ਇੱਥੇ ਦਾੜੀ ਦਾ ਅਰਥ ਹੈ ਮਤ, ਉਹ ਮਤ ਸੱਚੀ ਹੈ ਜਿਹੜੀ ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਹੈ, ਜਿਹੜੀ ਗੁਰੂ ਦੀ ਸਿੱਖੀ ਨੂੰ ਅਪਣਾਉਂਦੀ ਹੈ। ਪਰ ਗੁਰੂ ਰਾਮਦਾਸ ਵਰਗੀ ਸ਼ਖਸੀਅਤ ਨੂੰ ਵੀ ਇੱਦਾਂ ਪੇਸ਼ ਕੀਤਾ ਗਿਆ ਕਿ ਜਦੋਂ ਸ੍ਰੀ ਚੰਦ ਜੀ ਉੱਥੇ ਗਏ, ਉਹਨਾਂ ਪੁੱਛਿਆ ਪੁਰਖਾਂ ਇਹ ਇੰਨਾ ਦਾੜਾ ਕੋ ਵਧਾਇਆ ਜੀ? ਅਤੇ ਕੀ ਆਖਿਆ ਉਹਨਾਂ ਨੇ? ਇਹ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਚੜ੍ਹਨ ਲਈ। ਐਡੀ ਉੱਚੀ ਮਾਨ ਸ਼ਖਸੀਅਤ ਨੂੰ ਜਿਹੜਾ ਗੁਰੂ ਤੋਂ ਆਕੀ ਹੋ ਗਿਆ, ਉਹਦੇ ਚਰਨ ਸਾਫ਼ ਕਰਨ ਲਈ ਇਹ ਸ਼ਬਦ ਮੂੰਹ ਕਢਾ ਦਿੱਤੇ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ,
ਜਿਹੜੇ ਮਰਜ਼ੀ ਗ੍ਰੰਥ ਵਿੱਚੋਂ ਲਿਖਿਆ ਹੋਇਆ ਅਸੀਂ ਕਿਉਂ ਮੰਨੀਏ ਭਾਈ? ਤੁਹਾਡੇ ਪਿੰਡ ਵਿੱਚ ਵੀ ਤੁਹਾਡੇ ਦਾਦੇ ਪੜਦਾਦੇ ਦੀ ਕੋਈ ਕਹਾਣੀ ਤੁਹਾਨੂੰ ਆਣ ਕੇ ਦੱਸੇ ਵੀ ਤੁਹਾਡਾ ਦਾਦਾ ਇੱਦਾਂ ਦਾ ਸੀ? ਅਤੇ ਆਣ ਕੇ ਮੈਂ ਕੋਈ ਉਦਾਹਰਣ ਦਿੰਦਾ ਹੁੰਦਾ, ਮੰਨ ਲਓ ਕਿਸੇ ਪਿੰਡ ਵਿੱਚ ਕਿਸੇ ਦੇ ਦਾਦੇ ਦੀ ਕੋਈ ਕਹਾਣੀ ਹੈ ਵੀ ਉਹ ਦਾਦਾ ਕਰੈਕਟਰ ਦਾ ਸਹੀ ਨਹੀਂ ਸੀ, ਪੋਤਰੇ ਨੂੰ ਪਿੰਡ 'ਚੋਂ ਕਿਸੇ ਨੇ ਦੱਸ ਦਿੱਤਾ, ਉਹਨੇ ਆਣ ਕੇ ਆਪਣੇ ਪਿਤਾ ਨੂੰ ਪੁੱਛਿਆ, ਪਿਤਾ ਜੀ ਆਪਣੇ ਦਾਦਾ ਜੀ ਤਾਂ ਮੈਂ ਵੇਖੇ ਨਹੀਂ, ਉਹ ਤਾਂ ਪਹਿਲਾਂ ਚੜ੍ਹਾਈ ਕਰ ਗਏ, ਪਰ ਮੈਨੂੰ ਕਿਸੇ ਨੇ ਗੱਲ ਦੱਸੀ ਹੈ ਸੱਚੀ ਹੈ? ਪਿਤਾ ਨੂੰ ਪਤਾ ਵੀ ਸੀ ਵੀ ਸੱਚੀ ਹੈ, ਔਰ ਨਾਲ ਹੀ ਆਪਣੇ ਪੁੱਤਰ ਨੂੰ ਘੂਰਿਆ, ਅੱਖਾਂ ਲਾਲ ਕੀਤੀਆਂ, ਤੈਨੂੰ ਪਤਾ ਹੈ ਤੇਰਾ ਦਾਦਾ ਤਿੰਨਾਂ ਤਿੰਨਾਂ ਪਿੰਡਾਂ ਦੀ ਪੰਚਾਇਤ 'ਚ ਫੈਸਲੇ ਕਰਦਾ ਸੀ, ਇਹ ਤੇ ਕਿਸੇ ਨੇ ਕੰਨ 'ਚ ਗਲਤ ਗੱਲ ਪਾਈ ਹੈ, ਅਜੇ ਉਹਨੂੰ ਪਤਾ ਵੀ ਸੀ ਕਿ ਮੇਰਾ ਦਾਦਾ ਪਿਤਾ ਗਲਤ ਹੈ, ਪਰ ਆਪਣੇ ਪੁੱਤ ਤੱਕ ਦਾਦੇ ਦੀ ਸ਼ਖਸੀਅਤ ਵਿਗੜ ਨਾ ਦਿੱਤੀ। ਇੱਥੇ ਤਾਂ ਸਾਡੇ ਗੁਰੂ 'ਚ ਗੁਣ ਬੜੇ ਨੇ, ਗੁਰੂ ਦੀ ਵਿਚਾਰ ਐਡੀ ਉੱਚੀ ਹੈ, ਗੁਰੂ ਦੀ ਗੱਲ ਸੱਚੀ ਨੂੰ ਵੀ ਤੋੜ ਮਰੋੜ ਕੇ ਸਾਡਿਆਂ ਪੁੱਤ ਪੁੱਤਰਿਆਂ ਦੇ ਕੰਨਾਂ 'ਚ ਕਿੱਦਾਂ ਜ਼ਹਿਰ ਘੋਲਿਆ ਜਾ ਰਿਹਾ, ਉਹ ਤੂੰ ਆਪਣੇ ਦਾਦੇ ਦੀ ਗਲਤ ਗੱਲ 'ਤੇ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਡੇ ਗੁਰੂ 'ਚ ਤਾਂ ਗੁਣ ਹੀ ਗੁਣ ਸੀ, ਤੁਹਾਨੂੰ ਕਿਸੇ ਨੇ ਅਥਾਰਟੀ ਦੇ ਦਿੱਤੀ ਏਡੀ ਵੱਡੀ ਮਹਾਨ ਸ਼ਖਸੀਅਤ ਕੋਲੋਂ? ਤੁਸੀਂ ਇੱਕ ਵਿਅਕਤੀ ਦੇ ਜਿਹੜੇ ਨੇ ਉਹ ਚਰਨ ਸਾਫ਼ ਕਰਨ ਵਾਸਤੇ ਐਡੇ ਸ਼ਬਦ ਬੋਲੋ, ਪਰ ਨਾ ਨਾ ਕੋਈ ਜਥੇਦਾਰ ਬੋਲੇ, ਨਾ ਕੋਈ ਸਾਡਾ ਬਾਬਾ ਬੋਲੇ। ਬਾਬਿਆਂ ਦੇ ਗੜ੍ਹ ਵਿੱਚ ਸਾਡੇ ਰਾਗੀ ਢਾਡੀ ਪ੍ਰਚਾਰਕ ਇਹ ਸਾਖੀਆਂ ਸੁਣਾ ਜਾਂਦੇ ਨੇ, ਕਿਸੇ ਨੇ ਪੁੱਛਿਆ ਨਹੀਂ ਇਹ ਕਿਹੜੇ ਗ੍ਰੰਥ ਵਿੱਚੋਂ ਆਈ ਹੈ। ਕਿਸੇ 'ਚੋਂ ਵੀ ਆਈ ਹੋਵੇ, ਇਮਾਨਦਾਰੀ ਨਾਲ ਸੋਚਿਓ, ਇਹ ਘਟਨਾ ਮੇਰੇ ਗੁਰੂ ਰਾਮਦਾਸ ਨਾਲ ਵਾਪਰ ਸਕਦੀ ਹੈ? ਗੁਰੂ ਰਾਮਦਾਸ ਵਰਗੀ ਇਹ ਸ਼ਬਦ ਬੋਲੇਗੀ? ਇੱਥੇ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਉਚਾਰਨ ਕਰ ਰਹੇ ਸੀ, ਉਹਨਾਂ ਨੂੰ 16 ਅਸ਼ਟਪਦੀਆਂ ਤੋਂ ਬਾਅਦ ਬਾਣੀ ਨਾ ਉਤਰੀ, ਫਿਰ ਕਿੱਥੇ ਗਏ? ਪਤਾ ਹੁਣ ਅਗਲੀ ਕਹਾਣੀ ਦਾ ਕਿੱਥੇ ਗਏ ਜੀ? ਫਿਰ ਸ੍ਰੀ ਚੰਦ ਕੋਲ ਗਏ, ਫਿਰ ਸ੍ਰੀ ਚੰਦ ਨੇ ਆਖਿਆ ਭਾਈ ਇਹ ਬਾਣੀ ਉਤਰ ਜਾਏਗੀ, ਫਿਰ ਤੈਨੂੰ ਇੱਕ ਲਗਾਤਾਰ ਦਾ ਫਰਕ ਪਾਉਣਾ ਪੈਣਾ, ਇੱਥੇ ਭੀ ਹੈ ਉੱਥੇ ਭੇ ਲਿਖਣਾ ਪੈਣਾ। ਫਿਰ 17ਵੀਂ ਅਸ਼ਟਪਦੀ ਦੇ ਆਰੰਭ ਵਿੱਚ ਸਲੋਕ ਲਿਖਿਆ ਆਦ ਸੱਚ ਜੁਗਾਦ ਸੱਚ, ਉੱਥੇ ਭੀ ਹੈ ਉੱਥੇ ਭੇ ਲਿਖ ਦਿੱਤਾ, ਜਦੋਂ ਸਲੋਕ ਲਿਖਿਆ ਫਿਰ ਬਾਣੀ ਉਤਰ ਗਈ। ਇਹਦਾ ਅਰਥ 16 ਅਸ਼ਟਪਤੀਆਂ ਗੁਰੂ ਅਰਜਨ ਸਾਹਿਬ ਦੀਆਂ ਅਤੇ 16 ਤੋਂ ਬਾਅਦ ਦੀਆਂ, ਅਤੇ ਫਿਰ ਸਿਹਰਾ ਸ੍ਰੀ ਚੰਦ ਨੂੰ ਜਾਂਦਾ ਗੁਰੂ ਰਾਮ ਦਾ। ਗੁਰੂ ਅਰਜਨ ਸਾਹਿਬ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਵਾਲੀ ਵਿਚਾਰ ਕਿੱਥੇ ਗਈ? ਗੁਰੂ ਅਰਜਨ ਪ੍ਰਤਾਕਾਰ ਵੀ ਰੱਬ ਦਾ ਸਰੂਪ ਨੇ ਗੁਰੂ ਅਰਜਨ ਸਾਹਿਬ, ਗੁਰੂ ਅਰਜਨ ਸਾਹਿਬ ਦੇ ਅੰਦਰ ਰੱਬੀ ਗੁਣ ਨੇ ਜੋ ਭੱਟਾਂ ਨੇ ਵੇਖਿਆ, ਪਰ ਭੁੱਲਣ ਲੋਕਾਂ ਨੇ ਲਿਆ ਕੇ ਉੱਥੇ ਖਿਲਾਰ ਦਿੱਤਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ। ਅੱਜ ਵੀ ਗੁਰੂ ਅਰਜਨ ਸਾਹਿਬ ਦਾ ਭਾਵੇਂ ਪ੍ਰਕਾਸ਼ ਦਿਹਾੜਾ ਹੋਵੇ ਭਾਵੇਂ ਸ਼ਹੀਦੀ ਦਿਹਾੜਾ ਹੋਵੇ, ਇੱਦਾਂ ਦੀਆਂ ਸਾਖੀਆਂ ਸਾਡੇ ਕੰਨਾਂ 'ਚੋਂ ਘੋਲ ਘੋਲ ਕੇ ਪਾਈਆਂ ਜਾਂਦੀਆਂ ਨੇ। ਜਾਗੋ ਭਾਈ, ਸੁਚੇਤ ਹੋ, ਬੜਾ ਯਹਿਰ ਸਾਡੇ ਕੰਨਾਂ 'ਚ ਅਗਲਿਆਂ ਨੇ ਘੋਲ ਦਿੱਤਾ। ਐਡੀ ਮਹਾਨ ਸ਼ਖਸੀਅਤ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ, ਸਿਰ ਝੁਕਦਾ ਉਹਨਾਂ ਮਹਾਨ ਯੋਧਿਆਂ ਦੇ ਅੱਗੇ ਜਿਨ੍ਹਾਂ ਨੇ ਆਪਣਾ ਸਰੀਰ ਲੇਖੇ ਲਾ ਕੇ ਸਾਨੂੰ ਡੋਲਣ ਨਾ ਦਿੱਤਾ। ਆਓ ਸਿਜਦਾ ਕਰੀਏ ਉਹਨਾਂ ਜੂਨ 1984 ਦੇ ਅਨੇਕਾਂ ਸਮੂਹ ਸਿੰਘਾਂ ਸਿੰਘਣੀਆਂ ਮਾਸੂਮ ਬੱਚਿਆਂ ਨੂੰ ਜਿਨ੍ਹਾਂ ਵਿਚਾਰਿਆਂ ਦਾ ਕਸੂਰ ਕੋਈ ਨਹੀਂ ਸੀ, ਜੋ ਦਰਸ਼ਨ ਮੇਲੇ ਕਰਨ ਗਏ, ਪਰਿਵਾਰਾਂ ਦੇ ਪਰਿਵਾਰ ਉਸ ਵਕਤ ਜਿਹੜੇ ਸਨ ਉਹ ਸਦਾ ਦੀ ਨੀਂਦ ਸੌ ਗਏ। ਆਓ ਮਾਲਕ ਕਿਰਪਾ ਕਰੇ ਗੁਰੂ ਅਰਜਨ ਸਾਹਿਬ ਮਹਾਰਾਜ ਵਰਗੀ ਮਹਾਨ ਸ਼ਖਸੀਅਤ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੇ ਸ਼ਬਦ, ਉਹਨਾਂ ਦੇ ਪਾਏ ਹੋਏ ਪੂਰਨੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਤਾਂ ਕਿ ਸਾਨੂੰ ਗੁਰਮਤਿ ਦੀ ਵਿਚਾਰ ਦਾ ਪਤਾ ਲੱਗ ਸਕੇ। ਆਪਣੇ ਬੱਚਿਆਂ ਨੂੰ ਗੁਰਮਤਿ ਦੀ ਵਿਚਾਰ ਦਿਓ, ਤਾਂ ਕਿ ਸਾਡੇ ਬੱਚੇ ਨਸ਼ਿਆਂ 'ਚੋਂ, ਵਹਿਮਾਂ 'ਚੋਂ, ਭਰਮਾਂ 'ਚੋਂ, ਪਖੰਡਾਂ 'ਚੋਂ ਬਾਹਰ ਨਿਕਲ ਸਕਣ। ਸਮਾਂ ਆਪਣੀ ਰਫ਼ਤਾਰ ਤੁਰਿਆ ਜਾ ਰਿਹਾ, ਆਪਾਂ ਥੋੜ੍ਹਾ ਜਿਹਾ ਸਮਾਗਮ ਲੇਟ ਸ਼ੁਰੂ ਕੀਤਾ ਸੀ, ਕੋਸ਼ਿਸ਼ ਕਰਾਂਗੇ ਜੇ ਤੁਹਾਡੇ ਵਿੱਚੋਂ ਕਿਸੇ ਵੀਰ ਦਾ ਕੋਈ ਸਵਾਲ ਜਵਾਬ ਹੋਵੇ ਤਾਂ ਉਹਦੇ 'ਤੇ ਆਪਾਂ ਵਿਚਾਰ ਜਿਹੜੀ ਹੈ ਉਹ ਥੋੜ੍ਹਾ ਸਮਾਂ ਕਰ ਸਕਦੇ ਹਾਂ, ਜੇ ਤੁਹਾਡੇ ਵੱਲੋਂ ਆਗਿਆ ਹੋਵੇ। ਜੇ ਨਹੀਂ ਤਾਂ ਆਪਾਂ ਇੱਥੇ ਅੱਜ ਦੀਵਾਨ ਦੀ ਸਮਾਪਤੀ ਕਰ ਦਿੰਦੇ ਹਾਂ, ਕਿਉਂਕਿ ਅਸੀਂ ਵੀ ਲੁਧਿਆਣੇ ਵਾਪਸ ਜਾਣਾ ਹੈ, ਤਾਂ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਤੋ ਜੇ ਅੱਗੇ ਕਿਤੇ ਸਮਾਂ ਬਣਿਆ ਫਿਰ ਆਪਾਂ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਕਰਾਂਗੇ। ਇਹ 2 ਦਿਨਾਂ ਦੇ ਗੁਰਮਤਿ ਸਮਾਗਮ ਵਿੱਚ ਤੁਹਾਡੇ ਵੱਲੋਂ ਵੀਰਾਂ ਨੇ, ਭੈਣਾਂ ਨੇ ਬਹੁਤ ਸਹਿਯੋਗ ਦਿੱਤਾ ਹੈ, ਬੜੀ ਤੁਸੀਂ ਮਿਹਨਤ ਨਾਲ ਇਹ ਸਮਾਗਮ ਰੱਖੇ ਨੇ। ਜਿਨ੍ਹਾਂ ਵੀ ਇਹਨਾਂ ਸਮਾਗਮਾਂ ਵਿੱਚ ਤਨ ਮਨ ਧਨ ਦੇ ਨਾਲ ਸਹਿਯੋਗ ਦਿੱਤਾ, ਮਾਲਕ ਚੜ੍ਹਦੀ ਕਲਾ ਕਿਰਪਾ ਕਰੇ। ਜੋ ਪਿੰਡਾਂ 'ਚੋਂ ਸੰਗਤ ਲੈ ਕੇ ਆਏ ਨੇ, ਸਾਰਿਆਂ ਦਾ ਧੰਨਵਾਦ ਹੈ, ਸ਼ੁਕਰਾਨਾ ਹੈ ਅਕਾਲ ਪੁਰਖ ਪਰਮਾਤਮਾ ਦਾ, ਜਿਨ੍ਹਾਂ ਨੇ ਸਾਨੂੰ ਗੁਰੂ ਦੀ ਗੋਦ ਵਿੱਚ ਬੈਠਣ ਦਾ ਇਹ ਮੌਕਾ ਬਖਸ਼ਿਸ਼ ਕੀਤਾ ਹੈ। ਸਾਰਿਆਂ ਦਾ ਧੰਨਵਾਦ ਹੈ ਸਾਧ ਸੰਗਤ ਜੀ।
ਜੋ ਰਜੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਆਏ ਹੋ, ਆਓ ਇੰਨੀਆਂ ਕੀ ਵਿਚਾਰਾਂ ਪ੍ਰਵਾਨ ਕਰਿਓ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਭੁੱਲਾਂ ਮੇਰੀਆਂ ਸ਼ਬਦ ਗੁਰੂ ਦੇ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ। ਉੱਠਿਓ ਨਾ ਸਾਧ ਸੰਗਤ, ਸਤਿਕਾਰ ਨੂੰ ਮੁੱਖ ਰੱਖਦੇ ਹਾਂ। ਮਹਾਰਾਜ ਦੇ ਸਰੂਪ ਜਿੰਨੀ ਦੇਰ ਤੱਕ ਨਹੀਂ ਜਾਂਦੇ ਕੋਈ ਫਰਕ ਨਹੀਂ ਪੈਂਦਾ। ਭਾਵੇਂ ਵਰਕਿੰਗ ਡੇ ਐਸ ਅਸੀਂ ਕੰਮ ਕਰਨੇ ਹੁੰਦੇ ਨੇ, ਪਰ ਵਿਆਹਾਂ ਸ਼ਾਦੀਆਂ 'ਤੇ ਕਈ ਵਾਰੀ ਦੋ ਦੋ ਵਾਜਾਂ ਦੇ ਉਹ ਵੀ ਜਾਰੀ ਲੈਂਦੇ ਹਾਂ। ਇਹ 'ਤੇ ਜ਼ਿਆਦਾ ਸਮਾਂ ਵੀ ਨਹੀਂ ਲੱਗਣਾ, ਥੋੜ੍ਹਾ ਜਿਹਾ ਸਮਾਂ ਹੋਰ ਹੈ ਬਸ। ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਹੋਏਗਾ, ਅਰਦਾਸ ਹੋਏਗੀ, ਮੁੱਖ ਵਾਕ ਲੈ ਕੇ ਨਾਲ ਹੀ ਕੜਾ ਪ੍ਰਸ਼ਾਦੀ ਦੇਗ ਵਰਤਾ ਕੇ ਮਹਾਰਾਜ ਦਾ ਸਰੂਪ ਨਿੱਜ ਸਥਾਨ 'ਤੇ ਪਹੁੰਚਾਇਆ ਜਾਏਗਾ। ਉਹਨਾਂ ਸਮਾਂ ਆਪ ਜੀ ਇਕਾਗਰਤਾ ਬਖਸ਼ਿਸ਼ ਕਰੋ। ਸਾਰਿਆਂ ਦਾ ਧੰਨਵਾਦ ਹੈ ਜੀ। ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ। ਫਤਿਹ ਬੁਲਾਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।